ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ 'ਤੇ ਸਿੱਖੀ ਦੇ ਪ੍ਰਚਾਰ ਹਿੱਤ ਮਾਤਾ ਤ੍ਰਿਪਤਾ ਜੀ ਚੈਰੀਟੇਬਲ ਟਰੱਸਟ ਚੰਡੀਗੜ੍ਹ ਇੰਡੀਆ ਦਾ ਇਹ ਨਿਮਾਣਾ ਜਿਹਾ ਯਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਦੀ 300 ਸਾਲਾ ਸ਼ਹਾਦਤ ਨੂੰ ਸਮਰਪਿਤ ਹੈ। ਅਸੀਂ ਧੰਨਵਾਦੀ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ, ਜਿਨ੍ਹਾਂ ਨੇ ਸਦਾ ਚਿਰ ਜੀਵੋ ਦੀ ਸਕ੍ਰਿਪਟ ਨੂੰ ਨਾ ਕੇਵਲ ਪ੍ਰਮਾਣਿਤ ਹੀ ਕੀਤਾ ਬਲਕਿ ਸਲਾਹਿਆ ਵੀ। ਪਰ ਫਿਰ ਵੀ ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ ਦੇ ਮਹਾਂਵਾਕ ਅਨੁਸਾਰ ਕਈ ਉਲਤਾਈਆਂ ਰਹਿ ਗਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਹਾਰ ਹੈ ਜੇਕਰ ਸਦਾ ਚਿਰ ਜੀਵੋ ਟੈਲੀਫਿਲਮ ਦੀ ਪੇਸ਼ਕਾਰੀ ਨਾਲ ਇੱਕ ਵੀ ਪਤਿਤ ਪ੍ਰਾਣੀ ਮੁੜ ਸਿੱਖੀ ਸਰੂਪ ਧਾਰਨ ਕਰ ਲਵੇ ਤਾਂ ਅਸੀਂ ਆਪਣਾ ਇਹ ਯਤਨ ਸਫਲ ਸਮਝਾਂਗੇ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦੇ ਨਾਂ 'ਤੇ ਇਹ ਟਰੱਸਟ ਦਾ ਮੁੱਖ ਮੰਤਵ ਨਿਰੋਲ ਗੁਰਮਤਿ ਪ੍ਰਚਾਰ ਕਰਨਾ ਹੈ। ਮਾਤਾ ਤ੍ਰਿਪਤਾ ਜੀ ਚੈਰੀਟੇਬਲ ਟਰੱਸਟ ਵੱਲੋਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੇ ਨਾਵਾਂ ਹੇਠ 2 ਡੈਂਟਲ ਹੋਸਪਿਟਲ ਅਤੇ 1 ਕਲੀਨਿਕਲ ਡਾਇਗਨੋਸਟਿਕ ਸੈਂਟਰ ਚੰਡੀਗੜ੍ਹ ਵਿੱਚ ਪਿਛਲੇ ਕਈ ਸਾਲਾਂ ਤੋਂ ਸੇਵਾ ਨਿਭਾ ਰਹੇ ਹਨ। ਇਹ ਸਾਰੀਆਂ ਸੇਵਾਵਾਂ ਗਰੀਬਾਂ ਅਤੇ ਲੋੜਵੰਦਾਂ ਲਈ ਬਿਲਕੁਲ ਫ੍ਰੀ ਉਪਲਬਧ ਹਨ। ਇਸ ਟੈਲੀਫਿਲਮ ਦੇ ਸ਼ੋਅ ਨਾਲ ਜੋ ਵੀ ਮਾਇਕ ਸਹਾਇਤਾ ਜਾਂ ਡੋਨੇਸ਼ਨ ਆਵੇਗੀ ਉਹ ਸਾਰੀ ਦੀ ਸਾਰੀ ਸਾਹਿਬਜ਼ਾਦਿਆਂ ਦੀ 300 ਸਾਲਾ ਸ਼ਹਾਦਤ ਨੂੰ ਸਮਰਪਿਤ ਇੱਕ ਮਲਟੀ ਸਪੈਸ਼ਲਿਟੀ ਪੋਲੀ ਕਲੀਨਿਕ ਹੋਸਪਿਟਲ ਵਾਸਤੇ ਖਰਚ ਹੋਵੇਗੀ। ਸਾਨੂੰ ਆਸ ਹੈ ਸੰਗਤਾਂ ਇਸ ਮਹਾਨ ਕਾਰਜ ਵਾਸਤੇ ਆਪਣੇ ਦਸਵੰਦ ਵਿੱਚੋਂ ਸਮਰੱਥਾ ਮੁਤਾਬਕ ਯੋਗਦਾਨ ਦੇਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਦਾ ਚਿਰ ਜੀਵੋ, ਸਦਾ ਚਿਰ ਜੀਵੋ, ਸਦਾ ਚਿਰ ਜੀਵੋ, ਸਦਾ ਚਿਰ ਜੀਵੋ, ਅੰਮ੍ਰਿਤ ਪੀਵੋ ਪੀਵੋ, ਸਦਾ ਚਿਰ ਜੀਵੋ ਜੀਵੋ, ਅੰਮ੍ਰਿਤ ਪੀਵੋ ਪੀਵੋ, ਸਦਾ ਚਿਰ ਜੀਵੋ ਜੀਵੋ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਅੰਮ੍ਰਿਤ ਪੀਵੋ ਪੀਵੋ, ਸਦਾ ਚਿਰ ਜੀਵੋ ਜੀਵੋ, ਅੰਮ੍ਰਿਤ ਪੀਵੋ ਪੀਵੋ, ਸਦਾ ਚਿਰ ਜੀਵੋ ਜੀਵੋ, ਅੰਮ੍ਰਿਤ ਪੀਵੋ ਸਦਾ ਚਿਰ 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 ਜੀਵੋ। ਚਾਰੋਂ ਸਾਹਿਬਜ਼ਾਦੇ
ਤੇ ਮਾਤਾ ਗੁਜਰੀ ਜੀ ਦੀ 300 ਸਾਲਾ ਬੇਮਿਸਾਲ ਸ਼ਹਾਦਤ ਨੂੰ ਸਮਰਪਿਤ ਮਾਤਾ ਤ੍ਰਿਪਤਾ ਜੀ ਚੈਰੀਟੇਬਲ ਟਰੱਸਟ ਪੇਸ਼ ਕਰਦੇ ਨੇ ਸਦਾ ਚਿਰ ਜੀਵੋ। 21 ਦਸੰਬਰ 1704 ਤੋਂ 27 ਦਸੰਬਰ 1704 ਤੱਕ ਦੀਆਂ 7 ਕਹਿਰ ਭਰੀਆਂ ਰਾਤਾਂ ਦੀ ਦਾਸਤਾਂ ਚਮਕੌਰ ਦੀ ਗੜੀ ਤੋਂ ਸਰਹੰਦ ਦੀਆਂ ਨੀਹਾਂ ਤੱਕ ਦਾ ਸਫ਼ਰ। ਸਦਾ ਚਿਰ ਜੀਵੋ, ਸਦਾ ਚਿਰ ਜੀਵੋ। ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਗਗਨ ਦਮਾਮਾ ਬਾਜਿਓ, ਗਗਨ ਦਮਾਮਾ ਬਾਜਿਓ, ਗਗਨ ਦਮਾਮਾ ਬਾਜਿਓ, ਗਗਨ ਦਮਾਮਾ ਬਾਜਿਓ। ਪਰਿਓ ਨਿਸ਼ਾਨੇ ਕਾਓ, ਪਰਿਓ ਨਿਸ਼ਾਨੇ ਕਾਓ, ਪਰਿਓ ਨਿਸ਼ਾਨੇ ਕਾਓ, ਪਰਿਓ ਨਿਸ਼ਾਨੇ ਕਾਓ। ਖੇਤ ਜੋ ਮਾਂਡਿਓ ਸੂਰਮਾ, ਖੇਤ ਜੋ ਮਾਂਡਿਓ ਸੂਰਮਾ, ਖੇਤ ਜੋ ਮਾਂਡਿਓ ਸੂਰਮਾ, ਖੇਤ ਜੋ ਮਾਂਡਿਓ ਸੂਰਮਾ। ਅਬ ਜੂਜਨ ਕੋ ਦਾਓ, ਅਬ ਜੂਜਨ ਕੋ ਦਾਓ, ਅਬ ਜੂਜਨ ਕੋ ਦਾਓ, ਅਬ ਜੂਜਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ। ਜੋ ਲਰੇ ਦੀਨ ਕੇ ਹੇਤ, ਜੋ ਲਰੇ ਦੀਨ ਕੇ ਹੇਤ, ਜੋ ਲਰੇ ਦੀਨ ਕੇ ਹੇਤ, ਜੋ ਲਰੇ ਦੀਨ ਕੇ ਹੇਤ। ਪੁਰਜਾ ਪੁਰਜਾ ਘੱਟ ਮਰੇ, ਪੁਰਜਾ ਪੁਰਜਾ ਘੱਟ ਮਰੇ, ਪੁਰਜਾ ਪੁਰਜਾ ਘੱਟ ਮਰੇ, ਪੁਰਜਾ ਪੁਰਜਾ ਘੱਟ ਮਰੇ। ਕਬਹੂ ਨਾ ਛਾਡੇ ਖੇਤ, ਕਬਹੂ ਨਾ ਛਾਡੇ ਖੇਤ, ਕਬਹੂ ਨਾ ਛਾਡੇ ਖੇਤ, ਕਬਹੂ ਨਾ ਛਾਡੇ ਖੇਤ। ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। What's this place? I don't know. Oh ma'am, kithe le aayo? Take us to some picnic place. Jawange, jawange. Pehla matha te tek lo. We will have picnic as well. Sukhi, why are you not coming down? Just coming sir. Camera lab riya si. Oye aaja, rehne de camera. Ethe kitiyan snaps leni hai. ਪ੍ਰਸ਼ਾਦ ਤਰੇ ਆਈਏ। ਗੁਰੂ ਗੋਬਿੰਦ ਸਿੰਘ
Hey, it's too hot here. Come here. Minnu ta thand pe gayi hai. Yeah, it's fun. Oh, rubbish. You must uphold the sanctity of the sacred place. My God, he's talking in English. Vekhi ho vekhi. Baba, te angrezi cha rande hai. Do you know what happened here? No, Baba Ji. Martyrdoms that have taken place here have absolutely no parallel in the world. Oh, kida Baba Ji. ਇਥੋਂ ਦੀ ਮਿੱਟੀ ਦਾ ਕਿਣਕਾ ਕਿਣਕਾ ਰੰਗਿਆ ਹੋਇਆ ਸ਼ਹੀਦਾਂ ਦੇ ਲਹੂ ਨਾਲ ਮਰਦ ਅਗੰਬੜੇ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਜੁਝਾਰ ਸਿੰਘ ਜੀ ਅਤੇ ਗੁਰਾਂ ਦੇ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਸੈਂਤੀ ਸਿੰਘਾਂ ਸਮੇਤ ਚਮਕੌਰ ਦੇ ਲਾਸਾਨੀ ਜੰਗ ਵਿੱਚ 10 ਲੱਖ ਤੋਂ ਵੀ ਵੱਧ ਮੁਗਲ ਫੌਜਾਂ ਨਾਲ ਜੂਝਦੇ ਹੋਏ ਸ਼ਹੀਦੀ ਦਾ ਜਾਮ ਪੀ ਗਏ। 10 ਲੱਖ ਦੀਆਂ ਫੌਜਾਂ? You mean 1 million? ਹਾਂ ਹਾਂ, 10 ਲੱਖ ਦੀ ਫੌਜ। ਬਾਬਾ ਜੀ, ਇੱਥੋਂ ਦੀ ਹਿਸਟਰੀ ਬਾਰੇ ਥੋੜਾ ਡਿਟੇਲ ਵਿੱਚ ਦੱਸੋ ਬੱਚਿਆਂ ਨੂੰ। ਬਹਿ ਜਾਓ, ਸੁਣੋ ਫਿਰ। ਅੱਜ ਤੋਂ 300 ਸਾਲ ਪਹਿਲਾਂ ਦਸੰਬਰ 1704 ਯਾਨੀ 4-5 ਪੋ ਸਮਤ 1761 ਜਦੋਂ ਮੁਗਲਾਂ ਨੇ ਕੁਰਾਨੇ ਪਾਕ ਅਤੇ ਪਹਾੜੀ ਰਾਜਿਆਂ ਨੇ ਗਊ ਜੰਝੂ ਦੀਆਂ ਝੂਠੀਆਂ ਸੋਹਾਂ ਖਾ ਕੇ ਗੁਰੂ ਸਾਹਿਬ ਨੂੰ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਨ ਲਈ ਕਿਹਾ। ਅੰਤਰਜਾਮੀ ਸਤਿਗੁਰੂ ਸਭ ਕੁਝ ਜਾਣਦੇ ਹੋਏ ਵੀ ਮਾਤਾ ਜੀ ਅਤੇ ਸੰਗਤਾਂ ਦੀਆਂ ਬੇਨਤੀਆਂ ਮੰਨ ਕੇ ਪਰਿਵਾਰ ਅਤੇ ਸਿੰਘਾਂ ਸਮੇਤ ਅਨੰਦਪੁਰ ਦਾ ਕਿਲ੍ਹਾ ਛੱਡ ਕੇ ਰੋਪੜ ਵੱਲ ਕੂਚ ਕੀਤਾ। ਕੱਕਰੀ ਬਰਫ਼ਾਂ ਦੀ ਉਪ ਹਨੇਰੀ ਰਾਤ ਸੀ। ਪਰਤਗੜ੍ਹ ਕੋਲ ਜੰਗਲ ਵਿੱਚ ਸਰਸਾ ਦੇ ਕੰਢੇ ਜਾ ਡੇਰੇ ਲਾਏ। 1:15 ਰਾਤ ਦੀਵਾਨ ਸਜਿਆ ਉਸ ਮਾਲਕ ਦੀ ਯਾਦ ਵਿੱਚ ਅਜਿਹੇ ਰੰਮੇ, ਇਹ ਵੀ ਚੇਤੇ ਨਾ ਰਿਹਾ ਕਿ ਦੁਸ਼ਮਣ ਦੀਆਂ ਫੌਜਾਂ ਪਿੱਛਾ ਕਰ ਰਹੀਆਂ। ਪੌ ਫੁੱਟਦੇ ਹੀ ਆਸਾ ਦੀ ਵਾਰ ਦੇ ਕੀਰਤਨ ਦਾ ਭੋਗ ਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀਓ, ਵੈਰੀਆਂ ਦੀ ਫੌਜਾਂ ਦੇ ਟਿੱਡੀ ਦਲ ਨੇ ਸਾਨੂੰ ਤਿੰਨਾਂ ਪਾਸੇ ਤੋਂ ਘੇਰ ਲਿਆ ਤੇ ਮੂਲੇ ਬੰਨੇ ਸਰਸਾ ਵੀ ਬੁਰੀ ਤਰ੍ਹਾਂ ਚੜੀ ਹੋਈ ਹੈ। ਖਾਲਸੇ ਨੂੰ ਕੀ ਹੁਕਮ ਹੈ? ਹਾਏ
ਵਾਹਿਗੁਰੂ ਦਾਤਾ ਜੀ ਕਿੱਥੇ ਹੋ? ਦਰਸ਼ਨ ਕੀਤੇ ਬਿਨਾ ਅੰਨ ਪਾਣੀ ਵੀ ਮੂੰਹ ਨਹੀਂ ਲਾਣਾ। ਕਿਰਪਾ ਕਰੋ, ਰਾਹ ਵਿਖਾਓ। ਹੈ ਕੋਈ ਸਾਈਂ ਫਕੀਰ ਜਾਪਦਾ? ਚੱਲਦਾ ਮਤੇ ਸਤਿਗੁਰਾਂ ਦੀ ਸੂਹ ਮਿਲ ਜਾਏ। ਮੌਲਾਈ ਮੌਲਾ ਅੱਲਾਈ ਅੱਲਾ ਮੌਲਾਈ ਮੌਲਾ। ਹੈਂ ਕੌਣ ਹੈ ਬਈ, ਕੌਣ ਹੈ? ਲਾਂਘਾ ਹੈ ਉਹੀ ਖੁਦਾ ਦਾ ਰੂਪ। ਆ ਜਾ ਲਾਂਘਾ ਬੰਦਿਆ, ਲਾਂਘਾ ਦੱਸ ਕੀ ਸੇਵਾ ਕਰਾਂ ਮੈਂ ਤੇਰੀ? ਹਾਂ ਜੀ, ਪੂਰਾ ਅੱਗ ਸੇਕਣੀ ਹੈ, ਹੱਥ ਪੈਰ ਨਿੱਘੇ ਕਰਨੇ ਨੇ। ਬਹਿ ਜਾ ਸੇਕ ਲੈ, ਬਾਲਾ ਵੀ ਤਾਂ ਬਾਲਾ ਭਲਿਆ ਲੋਕਾ। ਤੂੰ ਕਿੱਥੋਂ ਆਇਆ ਤੇ ਕਿੱਧਰ ਜਾਣਾ ਹੈ? ਆਇਆ ਸਾਂ ਗੁਰੂ ਨੂੰ ਮਿਲਣ। ਮੁਰਸ਼ਦ ਨੂੰ ਇਸ ਜੰਗਲ 'ਚ? ਹਾਂ ਗੁਰੂ ਨੂੰ ਮਿਲਣ। ਮਿਲਿਆ ਹੀ ਫਿਰ? ਨਹੀਂ ਦਰਸ਼ਨ ਨਹੀਂ ਹੋਏ। ਲੋਕੀ ਆਉਂਦੇ ਨੇ। ਕੀ ਆਖਦੇ ਨੇ? ਆਉਂਦੇ ਨੇ ਮੁਰਸ਼ਦ ਨੂੰ ਕੱਢ ਦਿੱਤਾ, ਭਜਾ ਦਿੱਤਾ। ਭਜਾ ਦਿੱਤਾ? ਕੌਣ ਹੈ ਤੁਸਾਂ ਦਾ ਮੁਰਸ਼ਦ? ਮੁਰਸ਼ਦਾਂ ਦਾ ਮੁਰਸ਼ਦ ਗਰੀਬ ਨਿਵਾਜ, ਦੋ ਜਹਾਂ ਦਾ ਵਾਲੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਆਨੰਦਪੁਰ ਵਾਲਾ? ਹਾਂ ਹਾਂ ਉਹੀ ਉਹੀ ਸਾਈ ਜੀ। ਪਰ ਤੁਸੀਂ ਕਿਵੇਂ ਜਾਣਦੇ ਹੋ? ਪੀਰਾਂ ਦਾ ਪੀਰ, ਓ ਖੁਦਾਈ ਫਰਿਸ਼ਤਾ, ਸਾਨੂੰ ਵੀ ਦੀਦਾਰ ਹੋਏ ਨੇ ਓ ਸਿਲਾਹੀ ਨੂਰ ਦੇ। ਦੀਦਾਰ? ਹਾਂ ਇਧਰੋਂ ਕੱਲ ਹੀ ਲਸ਼ਕਰ ਲੰਘੇ ਸਨ, ਸਿੱਖ ਸੇਵਕ ਵੀ ਨਾਲ ਸਨ। ਮੇਰੀ ਜ਼ਿੰਦਗੀ ਦਾ ਮਕਸਦ ਪੂਰਨ ਹੋ ਗਿਆ। ਸਤਿਗੁਰਾਂ ਦੇ ਦਰਸ਼ਨ ਕੀਤੇ, ਮੈਂ ਧੰਨ ਹੋ ਗਿਆ ਤੁਸਾਂ ਦੇ ਦਰਸ਼ਨ ਕਰਕੇ ਸਾਈ ਜੀ। ਕੌਣ ਹੈ, ਕੌਣ ਹੈ? ਵਾਹਿਗੁਰੂ ਪਾਣੀ ਪਾਣੀ। ਲੱਗਦਾ ਹੈ ਕਿਸੇ ਸਿੰਘ ਦੀ ਆਵਾਜ਼ ਹੈ। ਸਾਈ ਜੀ ਮੈਂ ਦੇਖਦਾ। ਅੱਲਾਈ ਅੱਲਾ ਮੌਲਾਈ ਮੌਲਾ, ਅੱਲਾਈ ਅੱਲਾ ਮੌਲਾਈ ਮੌਲਾ। ਗੁਰੂ ਦਾ ਸਿੰਘ ਫੱਟੜ, ਜ਼ਖਮ ਵੀ ਕਾਫੀ ਡੂੰਘੇ ਨੇ। ਉੱਠ ਭਾਈ ਉੱਠ, ਕੌਣ ਹੈ ਤੂੰ? ਵਾਹਿਗੁਰੂ ਮੈਂ। ਉੱਠੋ ਬੱਚਾ। ਵਾਹਿਗੁਰੂ ਵਾਹਿਗੁਰੂ
ਮੈਂ ਸਿੰਘਾ ਕੀ ਵਾਪਰਿਆ ਕਿੱਥੋਂ ਆਇਓ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਉਹ ਇੱਥੇ ਇਸ ਹਾਲਤ ਚ ਧੰਨ ਕਲਗੀਆਂ ਵਾਲੇ ਧੰਨ ਬਾਜਾਂ ਵਾਲੇ ਉਹ ਕੀ ਹੋਇਆ ਸਤਿਗੁਰਾਂ ਨੂੰ ਲਾਹੌਰੋਂ ਆਇਆ ਸਾਂ ਦਰਸ਼ਨਾਂ ਨੂੰ ਟੱਬਰ ਵੀ ਨਾਲ ਸੀ ਅੱਗੋਂ ਮਿਲਿਆ ਮੱਸਿਆ ਵਰਗਾ ਨੇਰਾ ਆਉਂਦਿਆਂ ਹੀ ਪਾਣੇ ਵਰਤ ਗਏ ਵਾਹਿਗੁਰੂ ਕੀ ਦੱਸਾਂ ਕਾਲਜਾ ਪਾਠ ਰਿਹਾ ਯਾਦ ਕਰਕੇ ਕਰਦਿਆਂ ਦਾ ਵੀ ਕੋਈ ਥੋ ਪਤਾ ਨਹੀਂ ਵਾਹਿਗੁਰੂ ਦੱਸ ਦੱਸ ਮੇਰੇ ਸਤਿਗੁਰ ਜੀ ਕਿੱਥੇ ਗਏ ਉਹ ਕੀ ਪਾਣੇ ਵਰਤੇ ਉਹ ਦੱਸ ਤਾਂ ਸਹੀ ਕੀ ਦੱਸਾਂ ਕਈ ਮਹੀਨੇ ਕਿਰਿਆ ਰਿਹਾ ਆਨੰਦਪੁਰ ਅੰਨ ਪਾਣੀ ਮੁੱਕ ਗਿਆ ਕੱਪੜੇ ਲੀੜੇ ਪਾਟ ਗਏ ਜਿੱਧਰ ਵੇਖੋ ਲੋਥਾਂ ਹੀ ਲੋਥਾਂ ਖੰਡਰ ਹੀ ਖੰਡਰ ਆਖਰ ਕੀ ਹੋਇਆ ਆਖਰ ਕਾਲੀ ਬੋਲੀ ਰਾਤ ਹੱਡੀਆਂ ਚੀਰਦੀ ਸ਼ੂਕਦੀ ਬਰਫੀਲੀ ਵਾ ਉੱਤੋਂ ਮੀਂਹ ਦੇ ਫਰਾਟੇ ਵਾਹਿਗੁਰੂ ਬੋਲਿਆ ਨਹੀਂ ਜਾਂਦਾ ਪਾਣੀ ਪਾਣੀ ਪੀ ਲਓ ਪਾਣੀ ਕੀ ਹੋਇਆ ਫਿਰ ਪਾਤਸ਼ਾਹ ਨੇ ਆਨੰਦਪੁਰ ਛੱਡਿਆ ਮਹਿਲ ਮਾੜੀਆਂ ਛੱਡੀਆਂ ਤੁਰ ਪਏ ਰਾਤ ਦੇ ਨੇਰੇ ਚ ਯਾ ਅੱਲਾ ਉਸ ਬਾਦਸ਼ਾਹ ਦਰਵੇਸ਼ ਉੱਤੇ ਇਹ ਕਹਿਰ ਮੇਰੇ ਮੌਲਾ ਤੇਰੀਆਂ ਤੂੰ ਹੀ ਜਾਣੇ ਤੁਰ ਪਏ ਕਿੱਧਰ ਨੂੰ ਪਰਿਵਾਰ ਤੇ ਸਿੱਖ ਸੇਵਕ ਵੀ ਨਾਲ ਸਨ ਹਾਂ ਹਾਂ ਕੋਰ ਯੁੱਧ ਸਰਸਾ ਦਾ ਕੰਡਾ ਮੁਗਲਾਂ ਨਾਲ ਕੌਲ ਦਰਿਆ ਦਾ ਹੜ ਪਰਿਵਾਰ ਦਾ ਵਿਛੜਨਾ ਦੇਖਦੇ ਦੇਖਦੇ ਸਭ ਘੇਰੂ ਘੇਰੂ ਹੋ ਗਿਆ ਸਭ ਘੇਰੂ ਘੇਰੂ ਹੋ ਗਿਆ ਬੋਲ ਬੋਲ ਗੁਰਮੁਖਾ ਉਹ ਬੋਲ ਉਹ ਚੁੱਪ ਕਿਉਂ ਕਰ ਗਿਆ ਨਹੀਂ ਬੋਲਿਆ ਜਾਂਦਾ ਕਿੱਡੀ ਭਿਆਨਕ ਰਾਤ ਸੀ ਉਹ ਕੁਝ ਹੋ ਗਿਆ ਜੋ ਸੁਪਨੇ ਚ ਵੀ ਨਹੀਂ ਸੀ ਸੋਚਿਆ ਪਰ ਸਿੰਘਾ ਤੂੰ ਵਿਛੜ ਕਿਵੇਂ ਗਿਆ ਸਤਿਗੁਰਾਂ ਤੋਂ ਸਭ ਤੋਂ ਪਿਛਾਂ ਸਾਂ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਅਚਾਨਕ
ਮੁਗਲ ਪਠਾਨਾ ਧਾਵਾ ਬੋਲ ਦਿੱਤਾ। ਅਸਾਂ ਰੋਕੀ ਰੱਖਿਆ ਵੈਰੀਆਂ ਨੂੰ। ਗੁਰੂ ਜੀ ਤੇ ਸਿੰਘ ਤਾਂ ਗਾਹਾਂ ਨਿਕਲ ਗਏ। ਮੈਂ ਲੜਦਾ ਲੜਦਾ ਡਿੱਗ ਪਿਆ। ਮੁੜ ਸਾਹਿਬਜ਼ਾਦਾ ਵੀ ਸਰਸਾ ਪਾਰ ਕਰ ਗਏ। ਫਿਰ ਪਤਾ ਨਹੀਂ ਸਾਈਂ ਜੀ ਉਹ ਕਿੱਧਰ ਨੂੰ ਲੰਘੇ ਨੇ। ਗੁਰੂ ਜੀ ਦੱਖਣ ਵੱਲ ਸਰਸਾ ਦੇ ਨਾਲ ਨਾਲ ਤੇ ਛੋਟੇ ਸਾਹਿਬਜ਼ਾਦੇ ਉਹਨਾਂ ਦਾ ਤੇ ਵੱਡੇ ਮਾਤਾ ਜੀ ਦਾ ਕੋਈ ਪਤਾ ਨਹੀਂ। ਖੋਰੇ ਸ਼ਹੀਦ ਹੀ ਨਾ ਹੋ ਗਏ ਹੋਣ ਜਾਂ ਸਰਸਾ ਰੋੜ ਕੇ ਨਾ ਲੈ ਗਈ ਹੋਵੇ। ਦੁਖੀਆਂ ਦਾ ਯਾਰ ਗੁਰੂ ਨਾਨਕ ਦਾ ਗੱਦੀ ਨਸ਼ੀ ਯਾ ਅੱਲਾ ਓ ਸੌਲੀਏ ਤੇ ਕਹਿਰ ਦਾ ਸਮਾਂ। ਚੰਗਾ ਸਾਈਂ ਜੀ ਮੈਂ ਚੱਲਦਾ। ਖਬਰੇ ਗੁਰੂ ਜੀ ਕਿੱਥੇ ਹੋਣ? ਪੈਂਡਾ ਵੀ ਚੌਖਾ ਹੈ। ਉਹ ਮੈਂ ਵੀ ਚੱਲਾਂਗਾ ਨਾਲ। ਜਿੰਨੀ ਦੇਰ ਸਵਾਸ ਨੇ ਜ਼ਾਲਮਾਂ ਨਾਲ ਲੜਾਂਗਾ। ਹਾਂ ਹਾਂ ਚਲੋ। ਅੱਛਾ ਸਾਈਂ ਜੀ। ਅੱਛਾ ਜਾਓ। ਖੁਦਾ ਤੁਹਾਡਾ ਨਿਗਾਹਬਾਨ ਹੋਵੇ। ਉਸ ਅੱਲਾ ਦੇ ਨੂਰ ਨੂੰ ਸਾਡੀ ਵੀ ਆਦਾਬ ਕਰਨਾ। ਇਬਾਦਤ ਵੇਲੇ ਅਸੀਂ ਵੀ ਮੌਲਾ ਅੱਗੇ ਅਰਜ਼ੋਈ ਕਰਾਂਗੇ। ਯਾ ਅੱਲਾ ਮੇਰੇ ਮੌਲਾ ਰਹਿਮ ਕਰੀ ਰਹਿਮ ਕਰੀ। ਸੁਣਾ 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 ਸ਼ਾਹੀ ਫੁਰਮਾਨ ਖਲਕਤ ਖੁਦਾ ਦੀ ਮੁਲਕ ਬਾਦਸ਼ਾਹ ਦਾ ਹਰ ਆਮ ਤੇ ਖਾਸ ਔਰਤ ਤੇ ਮਰਦ ਬੱਚੇ ਤੇ ਬਜ਼ੁਰਗ ਗੌਰ ਨਾਲ ਸੁਣੋ। ਸਿੱਖਾਂ ਦੇ ਮੁਰਸ਼ਦ ਗੋਬਿੰਦ ਸਿੰਘ ਨੂੰ ਬਾਗੀ ਐਲਾਨਿਆ ਜਾਂਦਾ ਹੈ। ਜੋ ਬਸ਼ਰ ਕਾਫਰ ਗੋਬਿੰਦ ਜਾਂ ਉਸਦੇ ਸਿੱਖਾਂ ਨੂੰ ਪਨਾਹ ਦੇਵੇਗਾ ਉਸ ਨੂੰ ਟੱਬਰ ਸਮੇਤ ਜ਼ਮੀਨ 'ਚ ਗੱਡ ਕੇ ਸ਼ਿਕਾਰੀ ਕੁੱਤਿਆਂ ਤੋਂ ਪੜਵਾ ਦਿੱਤਾ ਜਾਵੇਗਾ। ਤੇ ਜਿਹੜਾ ਬਾਗੀਆਂ ਬਾਰੇ ਸੂਹ ਦੇਵੇਗਾ ਜਾਂ ਜ਼ਿੰਦਾ ਫੜਾਵੇਗਾ ਉਸ ਤੇ ਸ਼ਾਹੀ ਖਜ਼ਾਨਾ ਲੁਟਾ ਦਿੱਤਾ ਜਾਵੇਗਾ। ਸੁਣੋ ਸੁਣੋ ਸੁਣੋ। ਹਾਏ ਰਾਮ, ਕੀ ਬਣੂ ਚਮਕੌਰ ਦਾ? ਇਹਨਾਂ ਕੁਲੈਣਿਆਂ ਤੋਂ ਬਚਾਈ? ਤੌਬਾ ਤੌਬਾ,
ਜ਼ਾਲਮ ਨੂੰ ਅੱਲਾਹ ਤਾਲਾ ਦਾ ਰਤਾ ਵੀ ਖੌਫ ਨਹੀਂ? ਗੁਰੂ ਜੀ ਨਾਲ ਵੈਰ? ਉਹ ਤਾਂ ਬੜੇ ਅਜ਼ਮਤ ਵਾਲੇ ਪੀਰ ਨੇ। ਕਲਗੀਆਂ ਵਾਲੇ ਦੀ ਤਲਵਾਰ ਹੀ ਇਸ ਕਮੀਨੇ ਦਾ ਹੰਕਾਰ ਪੰਨੂਗੀ, ਵੇਖੀ ਕੁੱਤੇ ਦੀ ਮੌਤ ਮਰੂਗਾ ਕੁੱਤੇ ਦੀ। ਗੁਲਾਬਿਆ, ਖੁਸ਼ਖਬਰੀ ਲਿਆਇਆ, ਗੁਰੂ ਜੀ ਸਲਾਮਤ ਨੇ। ਸ਼ੁਕਰ ਹੈ ਮੇਰਾ ਰੱਬਾ। ਦੇਖਿਆ, ਆਖਦਾ ਸਾ ਨਾ, ਸੱਚੇ ਪਾਤਸ਼ਾਹ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਕਿਆ ਪਿੱਟੀ ਜਾਂਦਾ ਡਮਰੂ ਤੇ, ਨੀ ਸੰਤੀ ਸੁਣਦੀ ਐ, ਮੈਂ ਕਿਆ ਬੱਕੀ ਜਾਨੀ ਆ। ਠਹਿਰ ਜਾਨੀ ਬੇਬੇ, ਆਨੀ ਆ, ਆ ਕੇ ਦੱਸਣੀ ਆ। ਭਲਾ ਕੀ ਨਾਮ ਵੰਡਨੇ ਹੋਏ ਨਾ? ਲੈ ਲੈ ਨਾਮ, ਤੂੰ ਵੀ ਕਿਤੇ ਪਛਾਣ ਆ ਰਹਿ ਜਾਈ। ਆਈ ਕੁੜੇ ਆਈ, ਬਾਲ ਕੇ ਰੱਖੀ ਇਹਨਾਂ ਨੂੰ। ਕਿੰਨੀ ਖਚਰੀ ਹੈ ਬੁੱਢੀ, ਕੰਮ ਦੀ ਗੱਲ ਲਈ ਠੀਕ ਆ ਕਹਨੇ ਦੇ। ਪੁੱਤ ਕਿੱਥੇ ਗਿਆ ਉਹ? ਕੰਨ ਮਰੋੜ ਕੇ ਸੁਣ ਬੇਬੇ, ਅਜੇ ਵੀ ਭੌਂਕੀ ਜਾ ਰਹੇ ਨੇ। ਵਾਜਾਂ ਕਾਹਦੀਆਂ ਨੇ, ਕੌਣ ਨੇ ਉਹ? ਬੇਬੇ ਸਰਕਾਰੀ ਕੁੱਤੇ ਨੇ, ਨਿਰੇ ਦਿਓ, ਮੋਟੀਆਂ ਮੋਟੀਆਂ ਅੱਖਾਂ ਵਾਲੇ। ਇਹ ਮਰ ਜਾਣੇ ਉਰੇ ਵੀ ਆ ਗਏ ਨੇ, ਕੀ ਬੱਕਦੇ ਨੇ ਖਸਮਾਂ ਨੂੰ ਖਾਣੇ। ਕਹਿ ਰਹੇ ਨੇ ਬਾਜਾਂ ਵਾਲਿਆਂ ਜਾਂ ਸਿੱਖਾਂ ਨੂੰ ਜਿਹੜਾ ਫੜਾਊਗਾ ਚੋਖਾ ਨਾਮ ਪਾਊਗਾ ਰੁੜ ਜਾਣਿਆਂ ਕੋਲੋਂ। ਸੰਤੀਏ, ਬਾਜਾਂ ਵਾਲੇ ਚਮਕੌਰ ਆਏ ਨੇ? ਇਹ ਤਾਂ ਪਤਾ ਨੀ, ਢੰਡੋਰ ਚ ਪਿੱਟੀ ਜਾ ਰਿਹਾ। ਇਹਨਾਂ ਝੂਠਿਆਂ ਚੰਦਰਿਆਂ ਦਾ ਕੋਈ ਦੀਨ ਮਾਨ ਹੈ? ਹੌਲੀ ਬੋਲ ਬੇਬੇ, ਹੌਲੀ, ਚੱਲ ਚੱਲ ਅੰਦਰ ਚਲੀਏ, ਦਾਣਾ ਫੱਕਾ ਸਾਂਭ ਲਈਏ, ਇਹਨਾਂ ਕਮੀਨਿਆਂ ਦਾ ਕੁਝ ਨੀ ਪਤਾ, ਕੀ ਘੈਟ ਆ ਦੇਣ। ਓਏ ਸੁਣਿਆ ਤੂੰ? ਕੀ ਭਲਾ? ਢੋਲ ਪਟਵਾ ਕੇ ਮੁਨਾਦੀ ਕਰਾਤੀ ਸੂਬੇ ਨੇ, ਕੋਈ ਵੀ ਕਿਸੇ ਸਿੱਖ ਦੀ ਮਦਦ ਨਾ ਕਰੇ, ਸਗੋਂ ਫੌਜ ਹਵਾਲੇ ਕਰ ਦੇਵੇ। ਗੱਫਾ ਮਿਲੂ ਇਨਾਮ ਚ ਗੱਫਾ। ਹੇ ਦਾਤਿਆ, ਐਸੀ ਕਲਾ ਵਰਤਾਈ ਧੀ ਭੈਣ ਦੀ ਆਬਰੂ ਨਾ ਲੁੱਟਣ ਜਰਬਾਣੇ, ਨਾ ਹੀ ਘਰ ਤਬਾਹ ਕਰਨ। ਪਤਾ ਚੱਲਿਆ ਗੁਰੂ ਵੀ ਕਿਤੇ ਇੱਧਰ ਹੀ ਤੁਰਿਆ ਫਿਰਦਾ। ਸ਼ੁਕਰ ਹੈ, ਫਿਰ ਤਾਂ ਸਤਿਗੁਰੂ ਆਪੇ ਹੀ ਸਾਂਭ ਲੈਣਗੇ। ਉਹ ਮੂਰਖਾ, ਬਲਾ ਤਾਂ ਅਜੇ ਵੀ ਨਹੀਂ ਟਲੀ, ਫੌਜਦਾਰ ਦੇ ਸਿਪਾਹੀ ਘਰੋ ਘਰੀ ਜਾ ਕੇ ਸਿੱਖਾਂ ਨੂੰ ਲੱਭਦੇ ਫਿਰਦੇ ਆ। ਇਹਨਾਂ ਹਲਕਾਏ ਕੁੱਤਿਆਂ ਦਾ ਕੁਝ ਨਹੀਂ ਪਤਾ, ਜਾਓ ਉਤਲੇ ਚਬਾਰੇ ਚੜ ਜਾਓ, ਛੇਤੀ ਜਾਓ ਜਾਓ। ਓਏ ਓਏ, ਰੂਪਚੰਦਾ ਖੋਲ ਛੇਤੀ। ਖੋਲ ਦੇ ਨਾ ਬਾਈ ਜੀ, ਸਾਨੂੰ ਰਾਜਪੂਤਾਂ ਨੂੰ ਕਾਹਦਾ ਡਰ। ਹੌਲੀ ਬੋਲ ਤੇ ਬੂਹਾ ਛੇਤੀ ਖੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਫਤਿਹ, ਆਓ ਆਓ ਗੁਰੂ ਦੇ ਸਿੰਘੋ, ਲੰਘ ਆਓ। ਸਿੱਖ ਤੇ ਮੇਰੀ ਹਵੇਲੀ ਚ? ਵੀਰਾ, ਇਹ ਉੱਚੀ ਹਵੇਲੀ ਤੁਸਾਂ ਦੀ ਹੈ? ਹਾਂ ਅਸਾਂ ਦੀ ਹੈ।
ਸਤਿਗੁਰ ਜੀ 35-40 ਸਿੰਘਾਂ ਨਾਲ ਬਾਹਰ ਬਾਗ 'ਚ ਬੈਠੇ ਨੇ। ਸਾਨੂੰ ਹੁਕਮ ਹੋਇਆ ਕੋਈ ਉੱਚੀ ਥਾਂ ਪਾਲਣ ਦਾ। ਅਸੀਂ ਚਾਹੁੰਦੇ ਹਾਂ ਇਹ ਹਵੇਲੀ ਸਾਡੇ ਹਵਾਲੇ ਕਰ ਦਿਓ। ਥਾਂ ਉੱਚੀ ਹੈ, ਵੈਰੀਆਂ ਦੇ ਮੁਕਾਬਲੇ ਨਹੀਂ ਵਾਲਿਆ। ਮੇਰੇ ਦਾਤਾ ਕਲਗੀਧਰ ਪਾਤਸ਼ਾਹ ਮੇਰੇ ਘਰ, ਸਦਕੇ ਜਾਵਾਂ ਮੈਂ ਬਾਜਾਂ ਵਾਲੇ ਦੇ। ਓਏ ਤੁਸੀਂ ਸਰਕਾਰ ਦੇ ਬਾਗੀ ਹੋ, ਸ਼ਾਹੀ ਫੌਜਾਂ ਲੱਭ ਰਹੀਆਂ ਨੇ ਤੁਹਾਨੂੰ, ਇਹ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਸੂਬੇਦਾਰ ਦਾ ਸਖ਼ਤ ਹੁਕਮ ਹੈ, ਕੋਈ ਵੀ ਗੁਰੂ ਤੇ ਸਿੰਘਾਂ ਨੂੰ ਅੰਨ ਪਾਣੀ ਆਸਰਾ ਨਾ ਦੇਵੇ, ਨਹੀਂ ਤਾਂ ਘਾਣ ਬੱਚਾ ਪੀੜ ਦਿੱਤਾ ਜਾਊ। ਕੋਈ ਗੱਲ ਨਹੀਂ, ਸਾਡਾ ਘਰ ਬਾਰ ਬਾਲ ਬੱਚਾ ਸਭ ਉਸੇ ਦਾ ਹੀ ਤਾਂ ਹੈ। ਦੀਨ ਦੁਨੀਆ ਦੇ ਵਾਲੀ ਆਪ ਚੱਲ ਕੇ ਆਏ ਨੇ ਸਾਡੇ ਘਰ। ਓਏ ਰੁਪਿਆ, ਓਏ ਮੈਨੂੰ ਮਤਾਂ ਦੇਣ ਦੀ ਲੋੜ ਨਹੀਂ। ਸੂਬੇ ਦਾ ਪਤਾ ਜਿੰਦਾ ਗੱਡ ਦੂ ਜ਼ਮੀਨ ਚ ਜਿੰਦਾ। ਚੌਧਰੀ ਆ, ਰਾਜਪੂਤ ਹੋ ਕੇ ਡਰਪੋਕਾਂ ਵਾਲੀ ਗੱਲ ਕਰਦਾ? ਗੁਰਾਂ ਦਾ ਹੁਕਮ ਹੈ, ਗੜੀ ਤਾਂ ਅਸੀਂ ਲੈਣੀ ਓ ਲੈਣੀ ਹੈ। ਮੈਂ ਆਪਣੇ ਪੈਰੀ ਕੁਹਾੜਾ ਨਹੀਂ ਮਾਰਨਾ। ਤੁਸੀਂ ਗਾਹਾਂ ਨਿਕਲ ਜਾਓ, ਬੜੇ ਖੁੱਲੇ ਜੰਗਲ ਦੇ ਅੱਗੇ। ਪੈ ਵਾਲੀ ਕੋਈ ਗੱਲ ਨਹੀਂ ਚੌਧਰੀ, ਉਹ ਤਾਂ ਕੀੜੀ ਤੋਂ ਹਾਥੀ ਮਰਵਾ ਸਕਦੇ ਨੇ। ਮਰਵਾ ਲੈਣ ਫਿਰ ਕੀੜੀਆਂ ਤੋਂ ਹਾਥੀ, ਮੈਂ ਨਹੀਂ ਰੋਕਦਾ, ਮੈਂ ਨਹੀਂ ਦੇ ਸਕਦਾ ਗੜੀ। ਵੀਰੋ ਤੁਸੀਂ ਮੇਰਾ ਹਿੱਸਾ ਲੈ ਲਵੋ, ਮੇਰਾ ਇਸ ਵਿੱਚ ਅੱਧ ਹੈ। ਪਾਤਸ਼ਾਹ ਸਭ ਕੁਛ ਛੱਡ ਛੜਾ ਕੇ ਅੱਜ ਕੱਚੀਆਂ ਹਵੇਲੀਆਂ ਲੱਭ ਰਹੇ ਹੈ, ਤੇ ਅਸੀਂ ਮੂਰਖ ਉਹ ਵੀ ਦਿਨੋਂ ਭੱਜ ਰਹੇ ਹਾਂ। ਓਏ ਰੁਪਿਆ, ਤੂੰ ਇਹ ਠੀਕ ਨਹੀਂ ਕਰ ਰਿਹਾ। ਬਾਈ ਇਹ ਸਭ ਉਹਨਾਂ ਦਾ ਹੀ ਬਖਸ਼ਿਆ ਹੋਇਆ ਹੈ। ਸਿੰਘ ਜੀ ਕੱਚੀਆਂ ਇੱਟਾਂ ਦਾ ਕੋਠਾ ਤਾਂ ਕੀ, ਸਾਡੀਆਂ ਜਾਨਾਂ ਵੀ ਹਾਜ਼ਰ ਨੇ ਉਹ ਸ਼ਹਿਨਸ਼ਾਹ ਲਈ। ਧੰਨ ਹੈ ਸਿੱਖਾ, ਤੂੰ ਧੰਨ ਹੈ। ਸਾਡੇ ਕੋਲ ਬਾਹਲਾ ਸਮਾਂ ਨਹੀਂ, ਅਸੀਂ ਗੁਰਾਂ ਨੂੰ ਲੈ ਕੇ ਆਉਂਦੇ ਹਾਂ। ਮੈਂ ਵੀ ਚੱਲਾਂ। ਨਹੀਂ ਵੀਰਾ, ਚੱਪੇ ਚੱਪੇ ਤੇ ਵੈਰੀ ਖੜਾ ਹੈ, ਤੂੰ ਲੰਗਰ ਪਾਣੀ ਤਿਆਰ ਕਰ, ਅਸੀਂ ਸਤਿਗੁਰਾਂ ਨੂੰ ਲੈ ਕੇ ਆਏ। ਰੁਪਿਆ ਤੇਰਾ ਹੱਠ ਮਰਵਾ ਸਕਦਾ, ਜੇ ਗੁਰੂ ਦੀਨ ਦੁਨੀਆ ਦਾ ਮਾਲਕ ਹੈ ਤਾਂ ਕਾਹਦਾ ਡਰ ਆ ਉਹਨੂੰ? ਕਰਾਮਾਤ ਵਿਖਾ ਕੇ ਕਰਦੇ ਅਨਿਆ ਸ਼ਾਹੀ ਲਸ਼ਕਰ ਨੂੰ। ਚੌਧਰੀਆ ਰੱਬ ਦੀਆਂ ਖੇਡਾਂ ਨਹੀਂ ਜਾਣ ਸਕਦਾ ਕੋਈ, ਜੇ ਉਹਨਾਂ ਦਾ ਘੋੜਾ ਤਪਦੇ ਭੱਠੇ ਨੂੰ ਠਾਰ ਸਕਦਾ ਹੈ, ਉਹ ਇਹ ਲਸ਼ਕਰ ਕੀ ਆ ਉਹਨਾਂ ਅੱਗੇ? ਚੱਲ ਪਰ ਤਿਆਰ ਹੋ ਜਾ ਸਿੰਘ ਜੀ, ਲੱਗਦਾ ਦੋ ਦੋ ਹੱਥ ਕਰਨੇ ਪੈਣੇ ਨੇ। ਓਏ ਤੇਰੇ ਘਰ ਕੋਈ ਕਾਫਰ ਤਾਂ ਨਹੀਂ ਆਇਆ? ਕਾਫਰ ਤੇ ਇੱਥੇ? ਸੇਵਾ ਦਾ ਮੌਕਾ। ਭਗਵਾਨੇ ਬੱਚਿਓ ਛੇਤੀ ਆਓ, ਛੇਤੀ, ਮੈਂ ਕਿਹਾ ਛੇਤੀ ਆਓ ਛੇਤੀ। ਹੈ ਕਾਤੋ ਰੌਲਾ ਪਾਇਆ? ਬਾਜਾਂ ਵਾਲੇ ਆ ਰਹੇ ਨੇ ਸਾਡੇ ਘਰੀ। ਹੈ ਬਾਜਾਂ ਵਾਲੇ? ਓ ਛੇਤੀ ਆਓ ਛੇਤੀ, ਸਾਰੇ ਚੌਂਕਾ ਸੁੱਚਾ ਕਰ ਦਿਓ, ਚੁੱਲ੍ਹੇ 'ਚ ਸ਼ਤੀਰੀਆਂ ਬਾਲ ਦਿਓ, ਮੰਜੇ ਡਾਹ ਦਿਓ, ਨਵੇਂ ਖੇਸ ਵਿਛਾ ਦਿਓ, ਪਾਣੀ ਦੀਆਂ ਮਸ਼ਕਾਂ ਭਰ ਲਿਆਓ। ਸਾਡੇ ਘਰੀ ਸ਼ਹਿਨਸ਼ਾਹ ਆ ਰਹੇ ਨੇ, ਸ਼ਹਿਨਸ਼ਾਹ ਨਾਲ ਸਿੰਘ ਵੀ ਨੇ, ਫਿਰ ਨੀਜੇ ਮਿਲਣਾ ਇਤਰਾਂ ਦਾ ਮੌਕਾ। ਨੀ ਬੰਤੀਏ, ਨੀ ਮਿੰਦੋ, ਨੀ ਤਾਰੋ, ਛੇਤੀ ਇੱਧਰ ਆਓ। ਆਈ ਬੇਬੇ, ਸੁੱਖ ਤਾਂ ਹੈ? ਨੀ ਸਾਡੇ ਘਰੀ ਸ਼ਹਿਨਸ਼ਾਹ ਆ ਰਹੇ ਨੇ। ਕਲਗੀਆਂ ਵਾਲੇ ਵਾਰੇ ਜਾਈਏ, ਸਦਕੇ ਜਾਈਏ, ਆਪ ਸਤਿਗੁਰੂ ਜੀ ਚੱਲ ਕੇ ਆ ਰਹੇ ਨੇ। ਮੈਂ ਕਿਹਾ ਕਿਹੜੀਆਂ ਸੋਚਾਂ ਚ ਪੈ ਗਏ ਹੋ? ਬਾਈ ਪਤਾ ਨੀ ਕੀ ਚੰਨ ਚਾੜ ਆਏ, ਇਸ ਤੋਂ ਪਹਿਲਾਂ ਗੁਰੂ ਜੀ ਉੱਪਰ ਜਾਣ। ਦਾਲ ਵਿੱਚ ਲੂਣ ਮਿਰਚ ਦਾ ਖਿਆਲ ਰੱਖੀ, ਵੇਖੀ ਪ੍ਰਸ਼ਾਦਾ ਨਾ ਸੜੇ। ਉਹ ਮੈਂ ਕਿਹਾ ਰੱਤਾ ਰਾਮੇ ਦੇ ਘਰੋਂ ਵੀ ਲੱਸੀ ਦੀ ਚਾਟੀ ਬਣਾਈ ਲਿਆਉਣਾ। ਆਸ ਨਹੀਂ ਵੀ ਲੱਸੀ ਮਿਲੇ, ਸੁਣਿਆ ਮੁਗਲੇ ਦੁੱਧ ਦੇ ਕਾੜਨਾ ਤੱਕ ਉਲਟਾ ਕੇ ਲੈ ਗਏ ਨੇ। ਬੂਹਾ ਬੰਦ ਰੱਖੀ,
ਪ੍ਰਸ਼ਾਦੇ ਪੱਕਦੇ ਵੇਖ ਕੋਈ ਅੰਦਰ ਨਾ ਆਵੜੇ, ਇਹਨਾਂ ਭੁੱਖੇ ਬਗਿਆੜਾਂ ਦਾ ਕੋਈ ਨੀ ਪਤਾ। ਚੰਗਾ ਜੀ ਚੰਗਾ। ਬੇੜਾ ਗਰਕ ਤਾਂ ਸਾਡਾ ਹੋਇਆ, ਉਸ ਕਾਫਰ ਦਾ ਕੀ ਗਿਆ? ਇਹਨਾਂ ਪਹਾੜੀਆਂ ਨੂੰ ਸਫੈਦ ਹਾਥੀ ਬਣਾ ਕੇ ਬੂਹੇ ਬਣ ਲਿਆ। ਚਮਕੌਰ ਦੇ ਹਰ ਘਰੋਂ ਦਾਣਾ ਬੱਕਾ ਚੁੱਕ ਲਿਆ ਜਾਵੇ ਤਾਂ ਜੋ ਸ਼ਾਹੀ ਫੌਜਾਂ ਕੁਝ ਦਿਨ ਖਾ ਪੀ ਸਕਣ। ਜੋ ਹੁਕਮ ਸਰਕਾਰ ਦਾ। ਸ਼ਾਹੀ ਲਸ਼ਕਰ ਦਾ ਕੀ ਬਣਿਆ? ਹਜ਼ੂਰ ਪਹੁੰਚਣ ਹੀ ਵਾਲਾ। ਬਹੁਤ ਖੂਬ, ਹੁਣ ਕਾਫਰਾਂ ਦਾ ਮੁਰਸ਼ਦ ਸਾਡੀ ਗ੍ਰਿਫਤ ਆ ਹੀ ਜਾਵੇਗਾ। ਜਨਾਬ, ਸ਼ਾਹੀ ਲਸ਼ਕਰ ਬਾਰੇ ਸੁਣ ਕੇ ਤਾਂ ਪਹਾੜੀਆਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਗਏ ਨੇ। ਪਹਾੜੀ ਰਾਜੇ ਕਿੱਥੇ ਗਿਆ? ਉਹ ਭੀਮ ਚੰਦ ਸਾਡਾ ਸਿਰ ਓਖਲੀ ਚ ਦੇ ਕੇ ਆਪ ਕਿੱਥੇ ਤੁਰਿਆ ਫਿਰਦਾ? ਹਜ਼ੂਰ ਹੁਣੇ ਆਇਆ ਕਿ ਆਇਆ? ਸ਼ਾਹੀ ਲਸ਼ਕਰ ਦੀ ਖਬਰ ਜੋ ਮਿਲ ਗਈ ਹੋਣੀ ਹੈ। ਪਤਾ ਨਹੀਂ ਕੀ ਆਬੇ ਹਯਾਤ ਪੀਤਾ ਹੋਇਆ ਇਹਨਾਂ ਕਾਫਰਾਂ ਨੇ, ਇੰਨੀ ਜ਼ਰੂਰਤ, ਮੌਤੋਂ ਵੀ ਨਹੀਂ ਡਰਦੇ। ਹਜ਼ੂਰ ਤਸਲੀਮ ਅਰਜ਼ ਕਰਦਾ, ਸੂਬਾ ਲਾਹੌਰ ਆਏ ਨੇ। ਆਓ ਆਓ ਸੂਬਾ ਲਾਹੌਰ। ਕੀ ਗੱਲ ਹੈ, ਬੜੇ ਬੇਚੈਨ ਨਜ਼ਰ ਆ ਰਹੇ ਹੋ। ਬੇਚੈਨ ਨਾ ਹੋਵਾਂ ਤਾਂ ਹੋਰ ਕੀ ਕਰਾਂ, 8 ਮਹੀਨੇ ਘੇਰੀ ਰੱਖਿਆ ਆਨੰਦਪੁਰ, ਹੱਥ ਕੁਝ ਵੀ ਨਾ ਲੱਗਾ। ਗੋਬਿੰਦ ਟੱਬਰ ਤੇ ਚੇਲਿਆਂ ਨੂੰ ਲੈ ਕੇ ਇਉਂ ਨਿਕਲ ਗਿਆ ਜਿਵੇਂ ਮੱਖਣ ਚੋਂ ਵਾਲ। ਮੈਂ ਤਾਂ ਸੁਣਿਆ ਸਿੱਖਾਂ ਦਾ ਮੁਰਸ਼ਦ ਕੋਈ ਪੀਰ ਫਕੀਰ ਹੈ। ਪੀਰ ਫਕੀਰ ਕੋਈ ਜਾਦੂਗਰ ਜਾਪਦਾ, ਪਤਾ ਨੀ ਲੱਖਾਂ ਦੇ ਘੇਰੇ ਚੋਂ ਕਿਵੇਂ ਖਿਸਕ ਜਾਂਦਾ, ਪਰ ਹੁਣ ਨਹੀਂ ਬਚ ਸਕਦਾ, ਨਾਮੁਮਕਿਨ। ਜ਼ਬਰਦਸਤ ਖਾਂ, ਹੁਣ ਗੁਰੂ ਨੂੰ ਮਾਰਨਾ ਨਹੀਂ, ਜ਼ਿੰਦਾ ਫੜਨਾ ਹੈ ਜ਼ਿੰਦਾ। ਪੁਸ਼ਕਾ ਬੰਨ ਕੇ ਜਦੋਂ ਦਿੱਲੀ ਦਰਬਾਰ ਚ ਪੇਸ਼ ਕਰਾਂਗੇ, ਪਿਛਲੇ ਧੋਣੇ ਵੀ ਧੋਤੇ ਜਾਣਗੇ ਜ਼ਬਰਦਸਤ ਖਾਂ। ਹਜ਼ੂਰ ਕੈਲੂਰੀਆ ਦੇ ਰਾਜਾ ਭੀਮ ਚੰਦ ਰੂਬਰੂ ਹੋਣ ਦੀ ਇਜਾਜ਼ਤ ਚਾਹੁੰਦੇ ਨੇ। ਭੀਮਾ ਆਉਣ ਦਿਓ ਉਹਨੂੰ। ਸਰਕਾਰ ਦਾ ਇਕਬਾਲ ਬੁਲੰਦ ਹੋਵੇ ਹਜ਼ੂਰ, ਹੁਣ ਗੱਲ ਬਣਦੀ ਨਜ਼ਰ ਆਉਂਦੀ ਹੈ। ਸੱਤਾਂ ਚੁੱਲਿਆਂ ਦੀ ਸਵਾਹ ਨਜ਼ਰ ਆਉਂਦੀ ਹੈ। ਓਏ ਭੀਮੇ ਦਿਆ ਪੁੱਤਰਾ, ਸ਼ਾਹੀ ਫੌਜ ਨੂੰ ਵੇਖ ਕੇ ਸ਼ੇਰ ਬਣ ਗਿਆ? ਓਏ ਹੁਣ ਜਾਂ ਤਾਂ ਤੂੰ ਮਰਨਾ ਹੈ ਜਾਂ ਗੁਰੂ ਨੂੰ ਫੜਨਾ ਹੈ, ਹੋਰ ਜ਼ਲਾਲਤ ਨਹੀਂ ਚੱਲੀ ਜਾਂਦੀ ਸਾਤੋਂ। ਜਨਾਬ ਉਹ ਤੁਸੀਂ ਫਿਕਰ ਨਾ ਕਰੋ। ਫਿਕਰ? ਤੈਨੂੰ ਪਤਾ ਸਾਡੀ ਸ਼ਿਕਸਤ ਬਾਦਸ਼ਾਹ ਸਲਾਮਤ ਦੀ ਤੋਹੀਨ ਹੋਵੇਗੀ, ਤੋਹੀਨ ਜਿਹੜਾ ਉਹਨਾਂ ਨੂੰ ਕਦੇ ਗਵਾਰਾ ਨਹੀਂ ਹੋਏਗਾ। ਪਰ ਜਨਾਬ ਕਿੰਨੀਆਂ ਕੁ ਫੌਜਾਂ ਨੇ ਗੜੀ ਚ? ਖੁਦਾ ਹੀ ਜਾਣੇ, ਸੂਈਏ ਛੱਡੇ ਹੋਏ ਨੇ, ਪਰ ਹਾਲਾਂ ਕੋਈ ਖਬਰ ਨਹੀਂ। ਖਬਰ ਨਹੀਂ? ਕੀ ਕਹਿ ਰਹੇ ਹੋ? ਸੁਣਿਆ ਦਿੱਲੀਓਂ ਖਵਾਜ਼ਾ ਮੁਹੰਮਦ ਵੀ ਆ ਰਹੇ ਨੇ ਸ਼ਾਹੀ ਲਸ਼ਕਰ ਲੈ ਕੇ। ਹਾਂ ਹਾਂ, ਲੱਖਾਂ ਦੀ ਫੌਜ ਇੱਕ ਨਿੱਕੀ ਜਿਹੀ ਗੜੀ ਲਈ? ਸ਼ਾਇਦ ਤੁਸੀਂ ਵਾਕਫ ਨਹੀਂ ਹੋ ਗੋਬਿੰਦ ਤੋਂ, ਇਹਨਾਂ ਸੂਰਮਿਆਂ ਦਾ ਤਾਂ ਪਿਸ਼ਾਬ ਨਿਕਲ ਜਾਂਦਾ ਗੁਰੂ ਦਾ ਨਾਂ ਸੁਣ ਕੇ। ਓਏ ਭੀਮਿਆ ਭੱਜਣਾ ਜਾਈ ਹੁਣ। ਹਜ਼ੂਰ ਹੁਣ ਘੁੰਗਰੂ ਬੰਨ ਹੀ ਲਏ ਨੇ, ਨੱਚਣਾ ਤਾਂ ਪਊਗਾ ਹੀ। ਫੌਜ ਨੂੰ ਤਿਆਰ ਕਰੋ, ਪੌ ਫੁੱਟਦੇ ਹੀ ਧਾਵਾ ਬੋਲ ਦੇਣਾ, ਪੌੜੀਆਂ ਲਾ ਕੇ ਗੜੀ ਤੇ ਚੜ ਜਾਓ, ਹਾਥੀਆਂ ਨੂੰ ਦਾਰੂ ਪਿਆ ਕੇ ਦਰਵਾਜ਼ੇ ਭੰਨ ਦਿਓ। ਜੇ ਗੜੀ ਤੱਕ ਨਹੀਂ ਪਹੁੰਚ ਸਕਦੇ ਤਾਂ ਤੋਪਾਂ ਨਾਲ ਉਸਦੇ ਚੀਥੜੇ ਚੀਥੜੇ ਉਡਾ ਦਿਓ। ਮੈਨੂੰ ਗੁਰੂ ਜ਼ਿੰਦਾ ਚਾਹੀਦਾ, ਜ਼ਿੰਦਾ। ਜੋ ਹੁਕਮ ਸਰਕਾਰ। ਹਜ਼ੂਰ ਦਿੱਲੀ ਤੋਂ ਸ਼ਾਹੀ ਲਸ਼ਕਰ ਦੇ ਸਿਪਾਹ ਸਲਾਰ ਖਵਾਜ਼ਾ ਮੁਹੰਮਦ ਤਸ਼ਰੀਫ ਲਿਆਏ ਨੇ।
ਸਰਾਏ ਨਸੀਬ ਖਵਾਜ਼ਾ ਮੁਹੰਮਦ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੈਸੇ ਮਿਜਾਜ਼ ਨੇ ਵਜ਼ੀਰ ਖਾਂ? ਫਿਲਹਾਲ ਤਾਂ ਹਾਲ ਬੇਹਾਲ ਹੈ, ਇਹਨਾਂ ਟੰਗ ਦਿੱਤੇ ਛਿੱਕੇ ਵਾਂਗੂ। 8 ਮਹੀਨੇ ਹੋ ਗਏ ਕਾਫਰਾਂ ਨਾਲ ਜੂਝਦਿਆਂ ਸ਼ਾਹੀ ਦਰਬਾਰ ਦੇ ਲੁਤਫੋ ਰਾਮ ਸੁਪਨਾ ਹੀ ਜਾਪਦੇ ਨੇ। ਪਹਾੜੀ ਰਾਜੇ, ਵੱਲਾਹ ਸੁਣਿਆ ਇਹ ਲੋਕ ਜਾਦੂ ਟੋਣੇ ਦੇ ਮਾਹਰ ਹੁੰਦੇ ਨੇ। ਆਨੰਦਪੁਰ ਦੇ ਕਿਲੇ 'ਚ ਕੋਈ ਜਾਦੂ ਕਰਕੇ ਫੜ ਲੈਂਦੇ ਗੁਰੂ ਨੂੰ। ਜਾਦੂ? ਸਵਾਹ ਦੇਖੇ, ਫਿਰ ਸਾਡੀ ਕੀ ਲੋੜ ਸੀ ਇਹਨਾਂ ਪਹਾੜੀਆਂ ਨੂੰ? ਵੱਲਾਹ ਹੂਰਾਂ ਨੂੰ ਹੀ ਸੱਜ ਸਵਾਰ ਕੇ ਧੱਕ ਦਿੰਦੇ ਕਿਲੇ ਅੰਦਰ, ਰੂਪ ਦੇ ਗੁਲਾਮ ਹੋ ਕੇ ਆਪੇ ਹੀ ਆ ਜਾਂਦੇ ਸਾਡੇ ਸ਼ਿਕੰਜੇ 'ਚ। ਨਾਲੇ ਹੀ ਫੜਿਆ ਜਾਂਦਾ ਇਹਨਾਂ ਦਾ ਮੁਰਸ਼ਦ। ਖਵਾਜਾ ਸਾਹਿਬ, ਸ਼ਾਇਦ ਤੁਸੀਂ ਵਾਕਫ ਨਹੀਂ ਇਹਨਾਂ ਦੇ ਇਮਾਨ ਤੋਂ। ਪਰਾਈ ਔਰਤ ਨੂੰ ਧੀ ਭੈਣ ਜਾਣਦੇ ਨੇ। ਸੁਣਨ 'ਚ ਤਾਂ ਕਦੇ ਨਹੀਂ ਆਇਆ ਕਿ ਕਿਸੇ ਸਿੱਖ ਨੇ ਕਿਸੇ ਪਰਾਈ ਔਰਤ 'ਤੇ ਹੱਥ ਪਾਇਆ ਹੋਵੇ। ਵੱਲਾਹ ਇੰਨਾ ਪੁਖਤਾ ਇਮਾਨ! ਔਰਤ ਤਾਂ ਹਰ ਕਿਸੇ ਦੀ ਕਮਜ਼ੋਰੀ ਹੁੰਦੀ ਹੈ। ਹੁੰਦੀ ਹੈ ਜਨਾਬ, ਪਰ ਇਹਨਾਂ ਸਿੱਖਾਂ ਦੀ ਨਹੀਂ। ਬਹਿਰਹਾਲ ਦੱਸੋ, ਜੰਗ ਦੀ ਕੀ ਰੂਪਰੇਖਾ ਬਣਾਈ ਹੈ? ਅੱਧੀ ਰਾਤੀ ਗੜੀ 'ਤੇ ਘੇਰਾ ਪੱਕਾ ਕਰ ਦੇਣਾ, ਦਿਨ ਚੜ੍ਹਦਿਆਂ ਕੰਧਾਂ ਟੱਪ ਕੇ ਅੰਦਰ ਜਾ ਵੜੀਏ। ਇਹ ਕਿਹੜਾ ਆਨੰਦਗੜ੍ਹ ਦਾ ਕਿਲਾ ਜਿਹੜਾ ਸਰ ਨਹੀਂ ਹੋਣਾ? ਕੱਚੀ ਗੜੀ 'ਚੋਂ ਗੋਬਿੰਦ ਨੂੰ ਜਿਉਂਦੇ ਹੀ ਦਬੋਚ ਲੈਣਾ, ਜਿਉਂਦੇ ਹੀ। ਇੰਨਾ ਸੌਖਾ ਨਹੀਂ ਗੋਬਿੰਦ ਸਿੰਘ ਨੂੰ ਦਬੋਚਣਾ। ਹੁਣ ਕਾਹਦਾ ਡਰ? ਫੌਜ ਦੀ ਤਾਦਾਦ ਤਾਂ ਵੇਖੋ, 10 ਲੱਖ ਤੋਂ ਵੀ ਵੱਧ ਹੈ। ਵੱਲਾਹ ਨਾਰ ਖਾਂ, ਗੁਲਸ਼ੇਰ ਖਾਂ ਵਰਗੇ ਵੱਡੇ ਵੱਡੇ ਜਰਨੈਲ, ਫਤਿਹ ਯਕੀਨਨ ਹੁਣ ਸਾਡੀ ਹੋਵੇਗੀ। ਪਰ ਹਾਂ, ਗੜੀ ਦਾ ਮਾਲਕ ਕੌਣ ਹੈ? ਰਾਏ ਜਗਤ ਸਿੰਘ ਤੇ ਰੂਪ ਚੰਦ। ਉਹਨਾਂ ਬਦਬਖਤਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਉਹਨਾਂ ਤੋਂ ਹੀ ਕਾਫਰਾਂ ਦੀ ਸੂਹ ਮਿਲੇਗੀ। ਜੀ ਜਨਾਬ, ਇਹੀ ਮੁਨਾਸਿਬ ਰਹੇਗਾ। ਉਹਨਾਂ ਕੁੱਤਿਆਂ ਦੀਆਂ ਮੁਸ਼ਕਾਂ ਬਣ ਕੇ ਪੇਸ਼ ਕਰੋ ਫੌਰਨ। ਜੋ ਹੁਕਮ ਗੁਰੂ। ਵਾਹਿਗੁਰੂ, ਧੰਨ ਸੱਚੇ ਪਾਤਸ਼ਾਹ। ਹੈਂ, ਇਹ ਕੀ, ਤੁਸੀਂ ਤਾਂ ਲਹੂ ਲੁਹਾਣ, ਇਹ ਕਿਸ ਤਰ੍ਹਾਂ ਹੋਏ? 2 ਮੁਗਲ ਸਿਪਾਹੀਆਂ ਨੂੰ ਧੱਕ ਆਇਆ ਨਰਕਾਂ ਨੂੰ, ਪਿਛਾਂ ਤੋਂ ਮਾਰਨ ਨੂੰ ਪਏ ਸੀ ਮੈਨੂੰ। ਫੱਟ ਬਹੁਤੇ ਡੂੰਘੇ ਤਾਂ ਨਹੀਂ? ਨਹੀਂ ਨਹੀਂ, ਉਂਝੀ ਮਾੜੀ ਜਿਹੀਆਂ ਝਰੀਟਾਂ ਨੇ। ਹੈਂ, ਪਰ ਕਾਂਵਾਂ ਰੌਲੀ ਕਾਹਦੀ ਹੈ? ਲੱਖਾਂ ਦੀਆਂ ਫੌਜਾਂ ਨੇ, ਘੋੜਿਆਂ ਦੀ ਗਰਦ ਨੇ ਨੇਰ ਪਾਤਾ ਬਾਹਰ। ਲੱਖਾਂ ਦੀਆਂ ਫੌਜਾਂ ਮੇਰੇ ਪਾਤਸ਼ਾਹ ਨੂੰ ਘੇਰਨ ਲਈ? ਤੇ ਸੱਚੇ ਪਾਤਸ਼ਾਹ? ਰੂਪ ਚੰਦ ਦੀ ਹਵੇਲੀ 'ਚ ਰਾਤੀ ਵੱਡੇ ਸਾਹਿਬਜ਼ਾਦਿਆਂ ਤੇ ਸਿੰਘਾਂ ਨਾਲ ਡੇਰੇ ਲਾਏ ਨੇ, 5 ਪਿਆਰੇ ਵੀ ਨਾਲ ਨੇ। ਬਾਪੂ, ਗੁਰੂ ਜੀ ਆਏ ਨੇ, ਹੁਣ ਇੱਥੇ ਵੀ ਮੇਲੇ ਲੱਗਣਗੇ ਅਨੰਦਪੁਰ ਵਾਂਗੂ। ਹਾਂ ਪੁੱਤ, ਲੱਗਣਗੇ ਮੇਲੇ ਵੀ। ਮੁਗਲਿਆਂ ਦਾ ਟਿੱਡੀ ਦਲ ਗੜੀ ਵੱਲ ਰਿਹਾ ਤੇ ਲਸ਼ਕਰ ਅਜੇ ਵੀ ਆਈ ਜਾ ਰਹੇ ਨੇ। ਤੁਸੀਂ ਹੱਥ ਪੈਰ ਸੁੱਚੇ ਕਰੋ ਜੀ ਤੇ ਪ੍ਰਸ਼ਾਦਾ ਛਕੋ। ਸਲਾਮ ਬੀਬਾ। ਗੁਰੂ ਫਤਿਹ ਵੀਰਾ, ਕੀ ਗੱਲ, ਸੁੱਖ ਤਾਂ ਹੈ? ਖੈਰੀਅਤ ਤਾਂ ਮੈਂ ਆਇਆ ਸਾਂ ਤੁਸਾਂ ਦੀ ਪੁੱਛਣ। ਕੋਈ ਨੀ ਵੀਰਾ, ਸਤਿਗੁਰ ਸਾਡੇ ਅੰਗ ਸੰਗ ਨੇ। ਪਰ ਫਿਰ ਵੀ ਭੈਣੇ, ਕੋਈ ਸਿਪਾਹੀ ਆਵੇ, ਬੂਹਾ ਨਾ ਖੋਲਿਓ, ਮੈਂ ਜਾਣਾ। ਕੌਣ ਸੀ? ਉਹ ਆਪਣਾ ਗੁਆਂਢੀ ਬਸ਼ੀਰਾ ਧਰਵਾਸ ਦੇ ਰਿਹਾ ਸੀ। ਬਲਕਾਰ ਸਿੰਘ, ਬੂਹਾ ਖੋਲ ਛੇਤੀ, ਬਲਕਾਰ ਸਿੰਘ। ਸੋਮਾ, ਉਹ ਆਇਆ, ਸੋਮਿਆ ਆਇਆ। ਮੈਂ ਬਰਬਾਦ ਹੋ ਗਿਆ ਬਿੱਲੀਆ, ਸਾਰਾ ਘਰ ਬਾਹਰ ਲੁੱਟ ਕੇ ਲੈ ਗਏ ਕੰਜਰ,
ਜਾਂਦੇ ਹੋਏ ਕਰ ਵੀ ਫੂਕ ਗਏ। ਮੈਂ ਹੀ ਜਾਣਦਾ ਕਿਤਨਾ ਬਚਾਇਆ ਜਿੰਦੋ ਨੂੰ। ਸ਼ੁਕਰ ਹੈ ਰੱਬਾ ਸਾਡੀ ਪੱਤ ਰੱਖ ਲਈ। ਜਿਸ ਪੱਤ ਰੱਖਿਆ ਹੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ, ਘਾਬਰ ਨਾ ਵੀਰਾ। ਸਾਡੀਆਂ ਲੋਥਾਂ ਤੋਂ ਹੀ ਲੰਘ ਕੇ ਅਪੜਨਗੇ ਮੁਗਲੇ ਤੇਰੇ ਕੋਲ। ਲਾਂਘਾ ਭੈਣੇ ਬੱਚਿਓ, ਸੰਗ ਨਾ ਕਰੋ, ਤੁਹਾਡਾ ਆਪਣਾ ਹੀ ਘਰ ਹੈ, ਪ੍ਰਸ਼ਾਦਾ ਤਿਆਰ ਹੈ, ਛੱਕ ਲਓ। ਵੀਰ ਕੌਰੇ ਮੈਂ ਚੱਲਦਾ। ਬਾਪੂ ਬਾਪੂ ਮੈਂ ਵੀ ਚੱਲਾਂਗਾ ਤੁਹਾਡੇ ਨਾਲ। ਵਾਹਿਗੁਰੂ ਤੇਰਾ ਸ਼ੁਕਰ ਹੈ, ਕਾਕੇ ਨੂੰ ਕਿਤੇ ਸਿੱਖੀ ਸਿੱਧ ਬਖਸ਼ਿਆ। ਨਹੀਂ ਪੁੱਤਰ ਤੂੰ ਨਹੀਂ ਜਾਣਾ। ਕਿਉਂ ਨੀ, ਜੇ ਸਤਿਗੁਰਾਂ ਆਪਣੇ ਆ ਲਾਲਾ ਨੂੰ ਨਹੀਂ ਰੱਖਿਆ ਫਿਰ ਅਸੀਂ ਇਹਨਾਂ ਲਾਲਾ ਨੂੰ ਘਰੇ ਕਿਤੇ ਜੋਗਾ ਰੱਖਣਾ? ਉਹ ਤਾਂ ਠੀਕ ਹੈ, ਪਰ ਇੱਥੇ। ਬਾਪੂ ਜੀ ਤੁਸੀਂ ਬੇਫਿਕਰੇ ਰਹੋ, ਮੈਂ ਇੱਥੇ ਦੀ ਸੇਵਾ ਸੰਭਾਲਦਾ। ਉਹ ਮੁਗਲੇ ਧੀਆਂ ਪੈਣਾ ਦੀ ਇੱਜ਼ਤ ਵੀ ਰੋਲ ਸਕਦੇ ਨੇ, ਖਿਆਲ ਰੱਖੀ ਪੁੱਤ। ਕੀ ਹੋਇਆ ਬਸ਼ੀਰਿਆ, ਉਹ ਰੋਂਦਾ ਕਾਤੋਂ ਹੈ? ਮੇਰੀ ਰੇਸ਼ਮਾ। ਹੌਸਲਾ ਰੱਖ ਬਸ਼ੀਰਿਆ, ਵੀਰ ਕੌਰੇ ਖੇਸ ਦਈ ਬੁੱਕਲ ਮਾਰਨ ਨੂੰ, ਇਹ ਜਨਮ ਤਾਂ ਹੁਣ ਗੁਰਾਂ ਦੇ ਲੇਖੇ ਹੀ ਹੈ। ਯਾ ਅੱਲਾ ਰਹਿਮ ਕਰੀ। ਈਸ਼ਵਰ ਭਲਾਈ ਕਰੋ। ਧੰਨ ਗੁਰੂ, ਧੰਨ ਗੁਰੂ ਕੇ ਸਿੱਖ, ਨਾ ਡਰੇ ਮਰਨੋ ਨਾ ਸੇਵਾ ਕਰਨੋ। ਮੈਂ ਇਹਨਾਂ ਬੁਜ਼ਦਿਲਾਂ ਦੀਆਂ ਧਜੀਆਂ ਉਡਾ ਦਿਆਂਗਾ, ਐਸੀਆਂ ਸਜ਼ਾਵਾਂ ਦਿਆਂਗਾ ਇਹਨਾਂ ਦੀਆਂ ਪੁਸ਼ਤਾਂ ਚ ਵੀ ਬੁਜ਼ਦਿਲ ਪੈਦਾ ਨਹੀਂ ਹੋਣਗੇ। ਜਨਾਬ ਕਾਫਰਾਂ ਦਾ ਮੁਰਸ਼ਦ ਕੋਈ ਵੱਡਾ ਕਰਮਾਤੀ ਹੈ? ਇੰਨਾ ਵੱਡਾ ਸੂਰਮਾ ਵੇਖਿਆ ਤਾਂ ਕੀ, ਮੈਂ ਤਾਂ ਸੁਣਿਆ ਵੀ ਨਹੀਂ ਸੀ। ਦੋ ਦੋ ਘੋ ਤੋਂ ਵੀ ਵੱਧ ਦੂਰ ਜਾਂਦਾ ਹੈ ਉਹਦਾ ਤੀਰ। ਹਜ਼ੂਰ ਮੈਂ ਤਾਂ ਹੋਰ ਵੀ ਸੁਣਿਆ ਹੈ ਕਿ ਉਹਦਾ ਇਲਾਹੀ ਨੂਰ ਵੇਖ ਕੇ ਸਾਡੇ ਸਿਪਾਹੀ ਵੀ ਨਾਲ ਰਲ ਜਾਂਦੇ ਨੇ। ਜ਼ਬਰਦਸਤ ਖਾਂ, ਇਹ ਵੇਲਾ ਦੁਸ਼ਮਣ ਦੀ ਤਾਰੀਫਾਂ ਕਰਨ ਦਾ ਨਹੀਂ, ਸਗੋਂ ਆਪਣੀ ਬਹਾਦਰ ਦੇ ਜੌਹਰ ਵਖਾਣ ਦਾ ਹੈ। ਜੌਹਰ ਦੁਸ਼ਮਣ ਦਲੇਰ ਹੋਵੇ ਤਾਂ ਸਿਫਤ ਕਰਨੀ ਵਾਜਬ ਹੈ ਜਨਾਬ। ਹਜ਼ੂਰ ਦਾ ਇਕਬਾਲ ਬੁਲੰਦ ਰਹੇ, ਹਜ਼ੂਰ ਗੋਬਿੰਦ ਸਿੰਘ ਨੂੰ ਪਨਾਹ ਦੇਣ ਵਾਲੇ ਕਾਫਰ ਨੂੰ ਫੜ ਲਿਆਇਆ। ਕੌਣ ਹੈ ਕਮਜ਼ਾਦ? ਹਜ਼ੂਰ ਰਾਏ ਜਗਤ ਸਿੰਘ ਦਾ ਭਰਾ ਰੂਪ ਚੰਦ। ਵੇਖੀਐ ਵੇਖੀਐ ਬੂਥੀ ਰਾਏਜ਼ਾਦੇ ਦੀ, ਵੱਡੇ ਆਏ ਚੌਧਰੀ, ਉਹ ਮਰਦੂਦਾ ਭਰਾ ਤਾਂ ਵਫਾਦਾਰੀ ਦੇ ਸਾਗ ਭਰਦਾ ਹੈ, ਤੇ ਤੂੰ ਗੱਦਾਰ, ਤੂੰ ਗੱਦਾਰ ਕਿੱਥੋਂ ਜੰਮ ਪਿਆ ਹੋਏ? ਜਾਣਦਾ ਇਸ ਦਾ ਅੰਜਾਮ? ਪਰਵਾਨੇ ਅੰਜਾਮ ਦੀ ਪਰਵਾਹ ਨਹੀਂ ਕਰਦੇ ਸੂਬਿਆ, ਉਹ ਤਾਂ ਸ਼ਮਾ ਤੋਂ ਕੁਰਬਾਨ ਹੋਣਾ ਹੀ ਜਾਣਦੇ ਨੇ। ਓਏ ਕਮੀਨਿਆਂ, ਕਿੰਨੀਆਂ ਮੋਹਰਾਂ ਤੇ ਵਿਕਿਆ ਸੀ? ਕੀ ਲਾਲਚ ਦਿੱਤਾ ਉਸ ਗੁਰੂ ਨੇ ਜਿਹੜੀ ਪਿਓ ਵਾਲੀ ਗੜੀ ਉਹਦੇ ਹਵਾਲੇ ਕਰ ਦਿੱਤੀ ਹੈ? ਮੈਂ ਨਿਮਾਣਾ ਕੀ ਦੇ ਸਕਦਾ ਉਸ ਦੋ ਜਹਾਂ ਦੇ ਵਾਲੀ ਨੂੰ? ਵੇਖਿਆ ਵੇਖਿਆ ਮੂੰਹ ਇਸ ਕੁੱਤੇ ਦਾ ਕਿਵੇਂ ਭੌਂਕੀ ਜਾ ਰਿਹਾ ਹੈ। ਜਿਸ ਦਰ ਤੇ ਸਿਰ ਚੁਕਾਇਆ ਤਖਤ ਹਾਸਲ ਹੁੰਦੇ ਨੇ ਉਸੇ ਨਾਲ ਤੂੰ ਮੱਥਾ ਲਾ ਰਿਹਾ ਸੂਬਿਆ। ਮੇਰੀ ਮਨ ਸ਼ਰਨ ਚ ਆ ਜਾ, ਸਤਿਗੁਰੂ ਬਹੁਤ ਦਿਆਲ ਨੇ। ਕੱਟ ਦਿਓ ਜ਼ੁਬਾਨ ਇਸ ਹਰਾਮਜ਼ਾਦੇ ਦੀ, ਮੈਨੂੰ ਮੱਤਾ ਦਿੰਦਾ ਹੈ। ਸੂਬਾ ਜੀ ਪਹਿਲਾਂ ਗੜੀ ਬਾਰੇ ਪੁਸ਼ਤੀ ਕਰ ਲਈਏ। ਓਏ ਕਿੰਨੇ ਕੁ ਫੌਜ ਹੈ ਗੜੀ ਅੰਦਰ? ਫੌਜ ਲੱਖਾਂ ਦੀ ਫੌਜ। ਓਏ ਕਿਉਂ ਕੁਫਰ ਤੋਲਦਾ ਹੈ? ਕੱਚੀ ਗੜੀ ਚ ਲੱਖਾਂ ਦੀ ਫੌਜ? ਓਏ ਲੱਖਾਂ ਦੀ ਫੌਜ ਤਾਂ ਉਹਦੇ ਕੋਲ ਆਨੰਦਪੁਰ ਵਿੱਚ ਵੀ ਨਹੀਂ ਸੀ। ਸਵਾ ਸਵਾ ਲੱਖ ਦੇ ਬਰਾਬਰ ਹੈ ਉਹਨਾਂ ਦਾ ਇੱਕ ਇੱਕ ਸਿੱਖ। ਸਾਰਾ ਸਰ ਬਕਵਾਸ ਹੈ, ਕੁਫਰ ਹੈ, ਸਿਰ ਲਾ ਦਿਓ ਇਸ ਨਮਕ ਹਰਾਮ ਦਾ। ਸੁਪਿਆ ਸਾਨੂੰ ਮੌਤ ਦੇ ਡਰਾਵੇ ਨਾ ਦੇ,
ਇਹ ਤਾਂ ਸਾਡੇ ਵਾਸਤੇ ਇੱਕ ਖੇਡ ਬਣ ਗਈ ਹੈ। ਖੇਡ ਪਤਾ ਨਹੀਂ ਕੀ ਪਿਆਉਂਦਾ, ਝੱਟ ਮਰਨ ਲਈ ਤਿਆਰ ਹੋ ਜਾਂਦੇ ਨੇ, ਜਿਵੇਂ ਮਰਨ ਤੋਂ ਬਾਅਦ ਕੋਈ ਬਾਦਸ਼ਾਹੀ ਮਿਲਣੀ ਹੋਵੇ। ਪਤਾ ਹੈ ਉਹਨੇ ਕਿਸ ਨੂੰ ਭੇਜਿਆ ਗੈਰੰਤ ਖਾਂ ਵਰਗੇ ਸੂਰਮੇ ਦੇ ਟਾਕਰੇ ਲਈ? ਕਿਸ ਨੂੰ? ਵੱਡੇ ਫਰਜ਼ੰਦ ਤੋਂ ਬਾਅਦ ਛੋਟੇ ਨੂੰ। ਹੈਂ, ਉਹ ਤਾਂ ਆਪਣੇ ਪੁੱਤਰਾਂ ਨੂੰ ਇਉਂ ਭੇਜ ਰਿਹਾ ਸੀ ਜਿਵੇਂ ਲਾੜੇ ਵਿਆਹਣ ਚੱਲਿਆ ਹੋਵੇ। ਵੱਲਾ ਹਾਂ, ਆਪਣੇ ਛੋਟੇ ਫਰਜ਼ੰਦ ਨੂੰ ਮੈਦਾਨੇ ਜੰਗ 'ਚ ਜੂਝਦਾ ਵੇਖ ਖੁਸ਼ ਹੋ ਰਿਹਾ ਸੀ। ਇਹ ਸਾਹਿਬਾਂ ਦੇ ਸਾਹਿਬਜ਼ਾਦੇ ਜੁਝਾਰ ਸਿੰਘ ਸਨ ਜਿਹੜੇ ਤੁਹਾਡੇ ਲੱਖਾਂ 'ਤੇ ਭਾਰੂ ਸਨ। ਮੈਨੂੰ ਤਾਂ ਹੋਰ ਵੀ ਹੈਰਤ ਹੋਈ ਜਦੋਂ ਉਸ ਨੇ ਆਪਣੇ ਪੁੱਤਰ ਦੀ ਮੌਤ 'ਤੇ ਅੱਲਾਹ ਤਾਲਾ ਦਾ ਸ਼ੁਕਰ ਕੀਤਾ, ਫਿਰ ਆਪ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ। ਆਖਿਰ ਉਸਨੇ ਇੰਜ ਕਿਉਂ ਕੀਤਾ? ਆਪਣੀ ਔਲਾਦ, ਉਹ ਹਰ ਸਿੱਖ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਦਿੰਦੇ ਨੇ, ਹੋਰਾ ਫਰਕ ਨਹੀਂ ਰੱਖਦੇ ਆਪਣੇ ਬੱਚਿਆਂ ਤੇ ਸਿੱਖਾਂ 'ਚ। ਦੱਸ ਹੋਰ ਕੀ ਜਾਣਦਾ ਉਸ ਗੁਰੂ ਬਾਰੇ? ਮੇਰੇ ਸਤਿਗੁਰੂ ਤਾਂ ਅੰਤਰਜਾਮੀ ਨੇ, ਦੀਨ ਦੁਨੀਆ ਦੇ ਵਾਲੀ ਸਭ ਦੀਆਂ ਜਾਣਦੇ ਨੇ, ਅਸੀਂ ਨਿਮਾਣੇ ਕੀ ਜਾਣੀਏ। ਕਮਬਖਤਾ, ਤੈਨੂੰ ਮੌਤ ਦਾ ਰਤਾ ਵੀ ਖੌਫ ਨਹੀਂ? ਸੁਬਿਆ, ਦੋਨੋਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੇਖ ਕੇ ਤਾਂ ਇੱਥੋਂ ਦੇ ਪਸ਼ੂ ਪੰਛੀਆਂ 'ਚ ਵੀ ਜਿਗਰਾ ਪੈਦਾ ਹੋ ਗਿਆ, ਤੇ ਅਸੀਂ 100 ਜਾਨਾਂ ਵੀ ਵਾਰੀਏ ਉਹ ਵੀ ਘੱਟ ਨੇ। ਲੈ ਜਾਓ ਇਸ ਮਨਹੂਸ ਨੂੰ, ਕੱਢ ਦਿਓ ਜ਼ਮੀਰ 'ਚ ਤੇ ਸ਼ਿਕਾਰੀ ਕੁੱਤਿਆਂ ਤੋਂ ਪੜਵਾ ਦਿਓ ਤਾਂ ਜੋ ਬਾਗੀਆਂ ਨੂੰ ਗੱਦਾਰੀ ਦਾ ਅੰਜਾਮ ਪਤਾ ਲੱਗ ਸਕੇ। ਦੇਖ ਦੇਖ ਫਤਿਹ, ਦੇਖ ਦੇਖ ਫਤਿਹ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇੰਨੀ ਜ਼ੁਰਤ ਇਹਨਾਂ ਕਾਫਰਾਂ ਦੀ? ਪਤਾ ਕੀ ਕਹਿ ਰਹੇ ਸੀ 17 ਸਾਲਾਂ ਦੇ ਸਾਹਿਬਜ਼ਾਦਾ ਅਜੀਤ ਸਿੰਘ? ਸੱਚੇ ਪਾਤਸ਼ਾਹ, ਤੁਹਾਡਾ ਪੁੱਤਰ ਹੀ ਨਹੀਂ, ਸਿੱਖ ਵੀ ਆ, ਦਾਨ ਮੰਗਦਾ ਸ਼ਹੀਦੀ ਦਾ। ਸਤਿਗੁਰੂ ਚੁੰਮਿਆ ਨਹੀਂ, ਚੱਟਿਆ ਨਹੀਂ, ਸੀਨੇ ਨਾਲ ਨਹੀਂ ਸੀ ਲਾਇਆ, ਹੰਝੂ ਨਹੀਂ ਸੀ ਵਹਾਏ, ਤੋਰ ਰਹੇ ਸੀ ਸਦਾ ਚਿਰ ਜੀਣ ਲਈ, ਅਸੀਸ ਦੇ ਕੇ ਜਾ ਕੇ ਵੀਰਾਂ ਨਾਲ ਸ਼ਹੀਦ ਹੋਣ ਦੀ। ਬੱਬਰ ਸ਼ੇਰ ਹਿਰਨਾਂ ਦੇ ਝੁੰਡ ਤੇ ਜਾ ਪਿਆ, ਤੀਰ ਛੱਡਣੇ ਸ਼ੁਰੂ ਕੀਤੇ, ਮੁੱਕ ਗਏ ਤੀਰ, ਕਿਰਪਾਨ ਕੱਢੀ, ਲੜਦੇ ਲੜਦੇ ਉਹ ਵੀ ਟੁੱਟ ਗਈ, ਨੇਜਾ ਸੰਭਾਲਿਆ ਤੇ ਖੋਬ ਦਿੱਤਾ ਪੂਰੇ ਜ਼ੋਰ ਨਾਲ ਮੁਗਲੀਆ ਜਰਨੈਲ ਦੀ ਛਾਤੀ 'ਚ। ਨਿਹੱਥੇ ਹੋ ਗਏ, ਡੋਲੇ ਨਹੀਂ ਪਰ ਵੈਰੀਆਂ ਦੇ ਨੇਜੇ ਪਾਲੇ ਛਵੀਆਂ ਉੱਠੀਆਂ, ਬਸ ਵੇਖਦੇ ਵੇਖਦੇ ਕੋਹ ਸੁੱਟਿਆ ਗੁਰੂ ਕਾ ਲਾਲ। ਤੇ ਫਿਰ 14 ਸਾਲਾਂ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਕਹਿਣ ਲੱਗੇ, ਮਹਾਰਾਜ ਅਸੀਂ ਦੋਵੇਂ ਵੀਰ ਇਕੱਠੇ ਰਹਿੰਦੇ, ਖਾਂਦੇ ਤੇ ਸੌਂਦੇ ਸਾਂ, ਜੇ ਆਪ ਆਗਿਆ ਦਿਓ। ਅੰਤਰਜਾਮੀ ਸਮਝ ਗਏ, ਫੁਰਮਾਇਆ ਠੀਕ ਹੈ ਜੁਝਾਰ, ਤੇਰਾ ਵੀਰ ਰਾਹ ਦੇਖ ਰਿਹਾ ਤੇਰੀ, ਲਾਲ ਨੂੰ ਘੱਲ ਦਿੱਤਾ ਮੌਤ ਲਾੜੀ ਨਾਲ ਵਿਆਹਣ ਲਈ। ਸਾਹਿਬਜ਼ਾਦਾ ਜੈਕਾਰੇ ਛੱਡਦੇ, ਵੈਰੀਆਂ ਦੇ ਆਹੂ ਲਾਂਦੇ, ਪੀ ਗਏ ਜਾਮ ਸ਼ਹਾਦਤ ਦਾ,
ਭਾਈ ਮਾਨ ਸਿੰਘ ਕਹਿਆ, ਸੱਚੇ ਪਾਤਸ਼ਾਹ ਇਹ ਛੋਟਾ ਜਿਹਾ ਹਜ਼ੂਰੀਆ ਤੇ ਕਮਰ ਕੱਸਾ ਹੈ, ਹੁਕਮ ਹੋਵੇ ਤਾਂ ਪਾਵਾਂ ਅਜੀਤ ਜੁਝਾਰ ਤੇ। ਬਾਜਾਂ ਵਾਲਿਆ ਫੁਰਮਾਇਆ, ਜਾਓ ਜੀ ਸਦਕੇ, ਦਿਲ ਨਹੀਂ ਤੋੜਾਂਗਾ ਤੁਹਾਡਾ, ਪਰ ਬਾਕੀ ਸਰੀਰਾਂ ਨੂੰ ਟੱਕ ਲੈਣਾ ਪਹਿਲਾਂ। ਮੈਨੂੰ ਉਹ ਅਜੀਤ ਤੇ ਜੁਝਾਰ ਤੋਂ ਘੱਟ ਪਿਆਰੇ ਨਹੀਂ। ਹੈ ਹੈ, ਇਹ ਕੌਣ? ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਨਾਲ ਕੌਣ ਹੈ? ਹੈ ਗੰਗੂ ਰਸੋਈਆ ਇਸ ਬੀਆਬਾਨ ਚ? ਰਾਮ 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 ਰਾਮ। ਮਾਤਾ ਜੀ ਹੌਲੀ ਹੌਲੀ ਚੜੋ, ਚੁੱਪ ਚੁੱਪ ਇੱਥੇ ਸਮਾਨ ਇੱਥੇ ਹੀ ਰਹਿਣ ਦਿਓ। ਤੁਸੀਂ ਤੁਸੀਂ ਚੜ੍ਹਨ ਦੀ ਕਰੋ ਬਸ, ਮੈਂ ਬਾਅਦ ਚ ਲੈ ਆਉਣਾ। ਜਲਦੀ ਕਰੋ ਬੱਚਿਓ, ਪੋਚ ਪੋਚ ਕੇ ਰੱਖਿਓ ਪੈਰ, ਚੜ੍ਹ ਜਾਓ, ਚੜ੍ਹ ਜਾਓ ਛੇਤੀ ਛੇਤੀ। ਆ ਗਏ ਹੋ? ਹੋ ਚੁੱਪ, ਹੌਲੀ ਬੋਲ ਹੌਲੀ। ਰਾਮ 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 ਰਾਮ। ਕਾਹਦਾ ਲੋੜਾ ਆਇਆ, ਘਾਬਰੇ ਕਿਉਂ ਹੋਏ ਹੋ? ਹੋਈ ਦੱਸਾਂ ਦੱਸਾਂ। ਰਾਮ ਰਾਮ ਰਾਮ। ਰਤਾ ਠਹਿਰ ਵੀ ਜਾ, ਬੂਹਾ ਬੰਦ ਹੀ ਰਹਿਣ ਦੀ, ਕਿਸੇ ਤੱਕ ਲਿਆ ਤਾਂ ਮਾਰੇ ਜਾਵਾਂਗੇ। ਰਾਮ ਰਾਮ ਰਾਮ। ਮਰਨ ਤੁਹਾਡੇ ਦੁਸ਼ਮਣ, ਪਰ ਤੁਹਾਡੇ ਨਾਲ ਹੈ ਕੌਣ? ਉਹ ਪੂਰਾ ਸਬਰ ਵੀ ਕਰ, ਸਾਹ ਤਾਂ ਲੈਣ ਦੇ। ਰਾਮ ਰਾਮ ਰਾਮ। ਸ਼ੁਕਰ ਹੈ ਰੱਬਾ, ਸਾਹ ਆਇਆ। ਰਾਮ ਰਾਮ। ਕੰਬਦਾ ਹੀ ਆਇਆ ਸਾਰੇ ਰਸਤੇ। ਕੰਬਣਾ ਤਾਂ ਹੈ ਹੀ ਸੀ, ਕੱਕਰ ਥੋੜਾ ਪੈ ਰਿਹਾ, ਪਰ ਤੁਹਾਡੇ ਨਾਲ ਹੈ ਕੌਣ? ਤੂੰ ਤਾਂ ਕਮਲੀ ਰਹੇਗੀ ਸਾਰੀ ਉਮਰ। ਇੱਧਰ ਇੱਧਰ, ਪਤਾ ਹੈ ਕੌਣ ਹੈ? ਕੌਣ ਹੈ? ਰਾਮ ਰਾਮ ਰਾਮ। ਮਾਤਾ ਜੀ ਤੇ ਛੋਟੇ। ਮਾਤਾ ਜੀਤੋ ਜੀ? ਓਏ ਨਹੀਂ, ਵੱਡੇ ਮਾਤਾ ਗੁਜਰੀ ਜੀ। ਵੱਡੇ ਮਾਤਾ ਜੀ ਤੇ ਸਾਹਿਬਜ਼ਾਦੇ? ਧੰਨ ਭਾਗ, ਧੰਨ ਭਾਗ ਸਾਡੇ। ਓਏ ਹੌਲੀ ਬੋਲ ਹੌਲੀ। ਰਾਮ ਰਾਮ ਰਾਮ। ਕਿਤੇ ਸਿਆਪਾ ਨਾ ਖੜਾ ਕਰ ਦੇਈਂ। ਨਾ ਕੋਠੇ ਕਿਉਂ ਚਾੜ ਦਿੱਤਾ, ਹੇਠਾਂ ਹੀ ਰਹਿਣ ਦਿੰਦੇ। ਓ ਚੁੱਪ ਕਰਨੀ, ਕੋਠੇ ਨਾ ਚਾੜਦਾ ਤਾਂ ਅਸੀਂ ਚੜ ਜਾਣਾ ਸੀ। ਰਾਮ ਰਾਮ ਰਾਮ। ਜਾ ਰੋਟੀ ਲਿਆ ਛੇਤੀ, ਕੱਲ ਦੇ ਭੁੱਖੇ ਆ। ਹਾਏ ਹਾਏ, ਕੱਲ ਦੇ ਭੁੱਖੇ? ਮੈਂ ਦਰਸ਼ਨ ਤਾਂ ਕਰ ਆਵਾਂ, ਨਾਲੇ ਪਾਣੀ ਦੇ ਆਉਣੀ ਹੈ, ਖੌਰੇ ਕਦੋਂ ਦੇ ਇੱਥੇ ਆਏ ਹੋਣਗੇ। ਲੈ ਤਾਂ ਆਇਆ, ਪਤਾ ਨੀ ਕੀ ਬਣੂ ਹੁਣ। ਰਾਮ ਰਾਮ ਰਾਮ। ਸੂਬੇ ਨੂੰ ਭਿਣਕ ਪੈ ਗਈ ਤਾਂ ਮਾਰੋ ਘੱਟ, ਘਸੀਟੂ ਬਾਲਾ। ਕੋਈ ਨੀ, ਕੋਈ ਨਾ ਕੋਈ ਤਾਂ ਵਿਉਂਤ ਬਣਾਉਣੀ ਪੈਣੀ ਹੈ। ਵਾਹਿਗੁਰੂ ਵਾਹਿਗੁਰੂ, ਕਾਲ ਜਾ ਖਿੜ ਗਿਆ, ਪੂਰੇ ਸਤਿਗੁਰਾਂ ਵਰਗਾ ਜਲਾਲ, ਧੰਨ ਹੋ ਗਈ ਮੈਂ ਤਾਂ। ਉਹ ਕਿਹਦੇ ਨਾਲ ਗੱਲਾਂ ਕਰੀ ਜਾਨੀ ਹੈ, ਨਾਲੇ ਹੌਲੀ ਬੋਲ ਹੌਲੀ। ਰਾਮ ਰਾਮ ਰਾਮ। ਦਰਸ਼ਨ ਕਰਕੇ ਠਰ ਗਈ ਮੈਂ ਤਾਂ। ਓਏ ਤੂੰ ਤਾਂ ਠਰ ਗਈ ਹੈ, ਉਰਾ ਅੱਗ ਲੱਗੀ ਪਈ ਹੈ। ਕੀੜੀ ਦੇ ਘਰ ਨਰਾਇਣ ਆਏ ਨੇ, ਆਪੇ ਠੰਡੀਰ ਹੋ ਜੂਗੀ ਜੀ। ਅੱਛਾ ਅੱਛਾ, ਕੁਝ ਦੱਫਣ ਨੂੰ ਵੀ ਦੇਗੀ ਕਿ ਟੈਂ ਟੈਂ ਕਰੀ ਜਾਏਗੀ? ਰਾਮ ਰਾਮ ਰਾਮ। ਕਿੰਨੇ ਮੋਹਣੇ ਨੇ ਨੀਲੇ ਵਾਲੇ ਦੇ ਬੱਚੇ, ਦਗ ਦਗ ਕਰਦੇ ਮੁਖੜੇ, ਨੂਰ ਡਲਕਾਂ ਮਾਰ ਰਿਹਾ। ਕਾਹਤੋਂ ਕੁੜਕੁੜ ਕਰੀ ਜਾਨੀ ਹੈ, ਹੌਲੀ ਬੋਲ ਹੌਲੀ। ਕੰਧਾਂ ਚ ਵੀ ਚੀਥਾਂ ਹੁੰਦੀਆਂ, ਇਹਨਾਂ ਕੰਜਰਾਂ ਨੂੰ ਸੂਹ ਲੱਗ ਗਈ ਤਾਂ ਸਾਡੀ ਖੁੰਬੀ ਠੱਪੀ ਜਾਊ। ਰਾਮ ਰਾਮ ਰਾਮ। ਪਰ ਇਹ ਮਿਲੇ ਕਿੱਥੋਂ ਤੁਹਾਨੂੰ? ਪਾਸ਼ਾ ਕਿੱਕਣ ਤੁਠੇ।
ਉਹ ਪਾਤਸ਼ਾਹ ਤੁੱਠੇ ਤੁੱਠਿਆ ਤਾਂ ਮੈਂ ਆ। ਪਤਾ ਨਹੀਂ ਕਿੱਦਾਂ ਰਾਤੋ ਰਾਤ ਲੈ ਆ, ਉਹ ਵੀ ਜੰਗਲਾਂ ਚੋਂ। ਰਾਮ ਰਾਮ ਰਾਮ। ਹੈ ਤੇ ਬਾਕੀ ਟੱਬਰ? ਰਾਮ ਰਾਮ ਰਾਮ। ਹੱਡ ਹੱਡ ਕਰਤੇ ਸਰਸਾ ਦੀ ਗਰੋਪੀ ਨੇ। ਖੌਰੇ ਗੁਰੂ ਕਿੱਥੇ ਤੇ ਵੱਡੇ ਕਿੱਥੇ ਤੇ ਮਾਵਾਂ ਕਿੱਥੇ? ਰਾਮ ਰਾਮ ਰਾਮ। ਇਹ ਤਾਂ ਉਹੀਓ ਜਾਣੇ। ਸ਼ੁਕਰ ਹੈ ਮੇਰਿਆ ਰੱਬਾ, ਕਿਤੇ ਸਾਨੂੰ ਵੀ ਸੇਵਾ ਨਸੀਬ ਹੋਈ। ਸੇਵਾ ਉਹ ਸ਼ੁਰੂ ਤੋਂ ਹੀ ਕਰਦੇ ਆਏ ਆ, ਹੁਣ ਤਾਂ ਮੇਵਾ ਮਿਲਿਆ। ਮੇਵਾ? ਰਾਮ ਰਾਮ ਰਾਮ। ਕਿਹੜਾ ਮੇਵਾ ਜੀ? ਉਹ 20 ਸਾਲ ਸੇਵਾ ਥੋੜੀ ਹੁੰਦੀ ਹੈ ਕਮਲੀਏ, ਸੇਵਾ ਦਾ ਮੇਵਾ ਤਾਂ। ਮਾਤਾ ਜੀ ਨਾਲ ਜਾਣੇ ਨਾ, ਅੱਜ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ? ਮਖਾਂ ਤੇਰੀ ਤਾਕਤ ਤਾਂ ਨਹੀਂ ਛੋਟੀ ਹੈ, ਜਾ ਰੋਟੀ ਦੇ ਆ ਉੱਤੇ। ਰਾਮ ਰਾਮ ਰਾਮ। ਹੁਣ ਤਾਂ ਚਾਰ ਦਿਹਾੜੇ ਮੌਜਾਂ ਲੁੱਟਾਂਗੇ ਅਸੀਂ ਵੀ। ਰਾਮ 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 ਰਾਮ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਗੁਰਾਂ ਦੀ ਮੂਰਤ। ਖੇਸ ਬਿਛਾਈ ਹੈ, ਪਾਲਾ ਵੀ ਵਾਲਾ, ਉੱਤੇ ਭਾਰੀਆਂ ਖੇਸੀਆਂ ਦੇ ਆਈਆਂ। ਜੀ ਕਰਦਾ ਸਾਰੀ ਰਾਤ ਗੁਰੂ ਕਿਆਂ ਦੇ ਪੈਰ ਦਵਾਉਂਦੀ ਰਹਾਂ। ਉਹ ਕੀ ਕਮਲ ਘੋਟੀ ਜਾਨੀ ਹੈ, ਕਿਸੇ ਪਤਾ ਲੱਗ ਗਿਆ ਤਾਂ ਅਸੀਂ ਉਹ ਦੱਬੇ ਜਾਵਾਂਗੇ। ਮਾਤਾ ਜੀ ਹਿੱਕੀ ਲਾਈ ਬੈਠੇ ਸੀ ਦੋਨਾਂ ਨੂੰ, ਥੱਕ ਜੋ ਗਏ ਨੇ ਲੰਬੇ ਪੈਂਡੇ ਚੋਂ ਵਿਚਾਰੇ। ਉਹ ਮੇਰੀ ਤਾਂ ਨੀਂਦ ਹਰਾਮ ਹੋ ਗਈ ਹੈ, ਪਤਾ ਨਹੀਂ ਕਿਆ ਹੋਊਗਾ ਭਲਕੇ। ਸੱਚੇ ਪਾਤਸ਼ਾਹ ਦੀ ਨਿਗਾਹ ਸਵੱਲੀ ਹੈ, ਤੁਸੀਂ ਸੌ ਜਾਓ ਜੀ ਅਰਮਾਨ ਨਾਲ। ਉਹ ਬੁੜਬੁੜੀ ਕਰੀ ਜਾਏਗੀ ਕਿ ਸੌਣ ਵੀ ਦੇਗੀ? ਅੱਧੀ ਰਾਤ ਹੋਣ ਵਾਲੀ ਹੈ, ਭੋਰਾ ਅੱਖ ਲਾ ਲੈ ਹੁਣ ਤੂੰ ਵੀ। ਅੱਛਾ ਜੀ। ਮੋਹਰਾਂ ਦੀ ਖੁਰਜੀ ਚੁੱਕ ਕੇ ਲਿਆਣਾ। ਮੈਂ ਕਿਹਾ ਸੁੱਤੇ ਰਹੋ ਸੁੱਤੇ ਰਹੋ। ਕਹਿੰਦੇ ਸੀ ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ। ਓਏ ਗੰਗੂ ਆ, ਓਏ ਹੁਣ ਤੂੰ ਤੇਲੀ ਨਹੀਂ ਰਾਜਾ ਭੋਜ ਬਣ ਗਿਆ, ਮੌਲਦਾਰ ਬਾਹਮਣ। ਤੁਹਾਨੂੰ ਕਿੱਥੇ ਰੱਖਾਂ? ਉੱਥੇ? ਨਹੀਂ ਨਹੀਂ ਨਹੀਂ, ਓਏ ਉੱਥੇ ਨਾ 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 ਨਾ। ਤੁਹਾਡੇ ਲਈ ਤਾਂ ਤੂੜੀ ਵਾਲਾ ਕੋਠਾ ਹੀ ਠੀਕ ਰਹੂ। ਰਾਮ ਰਾਮ ਰਾਮ। ਓਏ ਗੰਗੂਆ, ਹੁਣ ਘੋੜੇ ਵੇਚ ਲਏ ਨੇ ਤੇ ਮਾਰ ਘਰਾੜੇ ਤੇ ਸੌ। ਉੱਠੋ ਜੀ ਉੱਠੋ ਉੱਠੋ, ਲੱਗਦਾ ਰਾਤੀ ਚੋਰ ਆਏ ਨੇ। ਕੀ ਕੀ ਚੋਰ? ਹਾਏ ਰੱਬਾ, ਓਏ ਮੈਂ ਪੱਟਿਆ ਗਿਆ। ਰਾਮ ਰਾਮ ਰਾਮ। ਓਏ ਲੁੱਟਿਆ ਗਿਆ, ਸਭ ਕੁਝ ਲੈ ਗਏ ਹੋਏ, ਓਏ ਕੁਝ ਨਾ ਛੱਡਿਆ, ਓਏ ਕੁਝ ਨਾ ਛੱਡਿਆ ਮੇਰੇ ਪੱਲੇ। ਰਾਮ ਰਾਮ ਰਾਮ। ਓਏ ਮੇਰਾ ਬਾਲ ਬੱਚਾ ਕੀ ਕਰੂ,
ਸਾਰੀ ਉਮਰ ਦੀ ਕਮਾਈ ਰੁੜ ਗਈ ਹੈ। ਰਾਮ ਰਾਮ ਰਾਮ। ਭਗਵਾਨੇ ਲਿਆ ਮੇਰੀ ਟਕੋਰੀ ਲਿਆ, ਥੱਕਾ ਵਾ, ਪ੍ਰਾਹੁਣੇ ਤਾਂ ਠੀਕ ਨੇ ਨਾ। ਹੇ ਮੇਰਿਆ ਰੱਬਾ, ਸਾਡਾ ਭਾਵੇਂ ਸਭ ਕੁਛ ਚੱਲਿਆ ਜਾਏ ਪਰ ਗੁਰੂ ਕਿਆਂ ਦੀ ਕਿਸੇ ਨੂੰ ਭਿਣਕ ਨਾ ਪਵੇ। ਕੀ ਕਿਹਾ ਚੋਰ ਤੇ ਮੈਂ? ਕੀ ਗੁਨਾਹ ਹੋਇਆ ਸਾਤੋਂ? ਉਹ ਗੁਨਾਹ ਤਾਂ ਮੈਥੋਂ ਹੋਇਆ, ਸਰਕਾਰ ਦੇ ਮੁਜਰਮਾਂ ਨੂੰ ਘਰੇ ਰੱਖਿਆ, ਹੁਣ ਪਤਾ ਲੱਗ ਗਿਆ ਇੱਥੇ ਰੱਖਣ ਨਾਲ ਖਾਤਮਾ ਹੋ ਜੂ ਸਾਡਾ, ਇਹਨਾਂ ਨੂੰ ਫੜਾਉਣ ਚ ਭਲਾ। ਨਾ ਜੀ ਨਾ, ਛੁਰੀ ਨਾ ਖੋਬੋ ਪਿੱਠ ਚ, ਗੁਰਾਂ ਕਾ ਟੱਬਰ ਹੈ, ਘੱਟੋ ਘੱਟ ਨਿੱਕਿਆਂ ਤੇ ਹੀ ਰਹਿਮ ਕਰੋ। ਰਹਿਮ? ਰਾਮ ਰਾਮ ਰਾਮ। ਰਹਿਮ ਤਾਂ ਇਹਨਾਂ ਨੇ ਮੇਰੇ ਤੇ ਨਹੀਂ ਕੀਤਾ। ਰਾਮ ਰਾਮ, ਮੈਂ ਚੱਲਿਆ ਮਰਿੰਦੇ ਕੋਤਵਾਲ ਕੋਲ, ਹੁਣ ਤਾਂ ਫੜਾ ਕੇ ਦਮ ਲਾਉਂਗਾ। ਨਾ ਜੀ ਨਾ, ਇਹ ਨੀਚ ਕਰਤੂਤ ਹੈ, ਜਿਹੜਾ ਬਣਾ ਦੇਵੇ ਉਸੇ ਨੂੰ ਚੋਰ ਬਣਾਉਣਾ, ਇਹ ਨੀਚ ਗੱਲ ਨਹੀਂ। ਰੁੱਖੇ ਬਾਕ ਮੂੰਹੋਂ ਨਾ ਕੱਢੋ ਜੀ, ਬੜੇ ਸਾਨ ਨੇ ਗੁਰੂ ਘਰ ਦੇ, ਪੂੰਜੀਆਂ ਦਾ ਹੀ ਰੱਖਦੇ ਸੀ, ਖਾਓ ਪੀਓ ਹੰਡਾਓ, ਮਾਲਕ ਬਣਾ ਕੇ ਰੱਖਿਆ ਸੀ ਘਰ ਦੇ, ਨਾਲੇ ਮਾਤਾ ਜੀ ਸਿਰ ਦਿੱਤਾ ਇਹਨਾਂ ਦੇ ਸਾਈ ਨੇ, ਇਸੇ ਜਨੇ ਉਹ ਖਾਤਰ। ਚੁੱਪ ਕਰਨੀ ਵੱਡੀ ਆਈ ਮਤਾ ਦੇਣ ਵਾਲੀ, ਕੀ ਸਾਨ ਨੇ? ਅਸੀਂ ਦਿਨ ਰਾਤ ਕੰਮ ਕੀਤਾ, ਕਾਲ ਕਾਲੀ ਜੇਠ ਹੜ ਦੀ ਤਪਸ਼ ਤਪ ਕੀਤਾ, ਅੱਗ ਸਾਹਮਣੇ ਸੈਂਕੜਿਆਂ ਲਈ ਮੰਦੇ ਪਕਾਏ, ਜੇ ਸਾਈਂ ਸਿਰ ਦਿੱਤਾ ਤਾਂ ਕਸ਼ਮੀਰੀਆਂ ਲਈ, ਸਾਡੇ ਲਈ ਨਹੀਂ। ਕੁਛ ਤਾਂ ਸ਼ਰਮ ਕਰੋ, ਇਹ ਕੁਰਬਾਨੀ ਤਾਂ ਸਾਰੀ ਹਿੰਦੂ ਜਾਤੀ ਲਈ ਸੀ, ਸਾਰਾ ਹਿੰਦੁਸਤਾਨ ਕਰਜਾਈ ਆ ਉਹਨਾਂ ਦਾ। ਬਕਵਾਸ ਬੰਦ ਕਰਨੀ, ਲਾਂਬੇ ਹੋ, ਹੁਣ ਤਾਂ ਫੜਾ ਕੇ ਛੱਡੂ। ਤਿਲਕ ਜੰਜੂ ਦੀ ਹੀ ਸ਼ਰਮ ਕਰੋ, ਜਿਹਦੀ ਲਾਜ ਰੱਖੀ ਸੀ ਇਹਨਾਂ ਦੇ ਦਾਦੇ ਨੇ। ਦਫਾ ਹੋ ਜਾਣੀ ਇੱਥੋਂ। ਰਾਮ ਰਾਮ ਰਾਮ, ਹੁਣ ਤਾਂ ਫੜਾ ਕੇ ਦਮ ਲਾਉਂਗਾ, ਫੜਾ ਕੇ ਨਾਲੇ ਸਰਕਾਰ ਤੋਂ ਇਨਾਮ ਵੀ ਲਾਉਂਗਾ। ਇਹ ਪਾਪ ਨਾ ਕਮਾਓ, ਲੋੜ ਆਰਾਮ ਨਾ ਕਰੋ। ਜਾਓ ਜਾਓ, ਫੜਾ ਦਿਓ, ਲਾ ਲਓ ਆਪਣਾ ਚੋ, ਇਹ ਤਾਂ ਪਹਿਲਾਂ ਹੀ ਸਿਰ ਤੇ ਕੱਪੜ ਵੱਧੀ ਬੈਠੇ ਨੇ, ਬਾਜਾ ਬਾਜਦੇ ਲਾਲ ਨੇ, ਮਾਤੋਂ ਨਹੀਂ, ਮਾਂ ਤੇ ਨਾ ਤੋਂ ਡਰਦੀ ਹੈ, ਮਾਂ ਤੇ ਨਾ ਤੋਂ ਡਰਦੀ ਹੈ। ਕਿੱਥੇ ਬਾਜ ਘੋੜਾ ਵਾਗਾ ਮੋੜ ਆਇਓ, ਫੁੱਲ ਮਹਿਕ ਦੇ ਕਿੱਥੇ ਤਰੋੜ ਆਇਓ, ਨਾ ਪੈਰੀ ਜੋੜਾ ਰਿਹਾ ਨਾ ਹੇਠੀ ਕੋੜਾ ਰਿਹਾ, ਸੁੱਖ ਸਾਰੇ ਕਿਸ ਵਹਿਣ ਚ ਰੋੜ ਆਇਓ, ਕਿੱਥੇ ਮਾਂ ਗੁਜਰੀ ਕਿੱਥੇ ਲਾਲ ਚਾਰੇ, ਬਾਜਾਂ ਵਾਲਿਆ ਕਿੱਥੇ ਹੈ ਛੋੜ ਆਇਓ, ਖਿੜਿਆ ਲੜੀ ਦੇ ਵਾਂਗ ਪਰਿਵਾਰ ਸਾਰਾ, ਮੋਤੀ ਹਾਰ ਵਿੱਚੋਂ ਕੱਢ ਕੇ ਵਿਛੋੜ ਆਇਓ, ਮਾਵਾਂ ਪੁੱਛਣਗੀਆਂ ਕਲਗੀ ਧਰ ਤੈਥੋਂ, ਸਾਡੇ ਨਿੱਕੇ ਨਿੱਕੇ ਬਾਲ ਕਿੱਥੇ
छोड़ आयो हो केड़ा कर्ज करतार दासी से तेरे जेड़ा कर्ज अपना अज मोड़ आयो जेड़ा कर्ज अपना अज मोड़ आयो हजूर हजूर ख्वाजा साहब ख्वाजा जी तुसी की गल बड़े हैरान हो मैनू वेख के तुसी की समझिया मैं मर गया नहीं नहीं इंशाल्लाह मरण तुहाडे दुश्मन खबर मिली सी तुसी किसे दीवार दी ओट चो सिपाही भेजे सी पाल च पर खाली हाथ मुड़ाए शुक्र है परवरदिगार तू रख ले नहीं तो उस गुरु ने लीरो लीर कर देना सी वल्ला एडा जबरदस्त निशानेबाज देखिया था कि सुनिया भी नहीं गनीमत समझो भज के कंध ओले हो गया नहीं तो ज्योदे ही पड़े जाना सी जख्मी तो नहीं हुए तुसी जख्म तो गहरे नहीं पर घबराहट बहुत है जनाब ओ काफरां दी एनी दहशत हजूर 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 ओए बकेगा भी हजूर फतेह या भी नसीब हुई है काफरां दे मुर्शिद नूं मार दिता है ओए की बक रहे हैं हजूर सच कह रहे हैं मोया ही पिया तू शनाख्त किवें कीती सरकार मैं खुद उसदे सिर ते कलगी लगी वेखी है या खुदा मेरी इज्जत ओ आबरू कायम रखी सरहंद पहुंच के रोजा शरीफ ते चादर चढ़ावांगा नमाज अता करांगा हैं बागी मर गया काफरां दा मुर्शिद फौत हो गया गुरु नूं हलाक कर दिता है मार दिता है तेरी गल हकीकत सच लगदी है हजूर हजूर नूं सलाम गिणा आ ओए काफरां दीआं लाशां जी सरकार किन्नीआं लाशां ने हजूर कुल मिला के 35 सिर्फ 35 ओए बाकी दीआं काफर नाल चुक के लै गए ने नहीं जनाब घड़ी च किन्नीआं लाशां ने सरकार 2 झूठ है कुफर है सरा सर बकवास सिर्फ 2 लाशां घड़ी च यानी 2 काफरां पिछे इन्ना कसमान ਉਹ ਫਿਰ ਰਾਤੀ ਇੰਨਾ ਰੌਲਾ ਕਾਹਦਾ ਸੀ ਜਨਾਬ ਇਹੋ ਤਾਂ ਮੈਂ ਅਰਜ਼ ਕਰਨਾ ਚਾਹੁੰਦਾ ਕਾਫਰਾਂ ਦਾ ਮੁਰਸ਼ਦ ਗੜੀ ਚੋਂ ਫਰਾਰ ਹੋ ਗਿਆ ਕੀ ਬਕ ਰਿਹਾ ਹਾਂ ਜਨਾਬ ਅੱਧੀ ਰਾਤ ਵੇਲੇ ਨਗਾਰੇ ਤੇ ਜਕਾਰੇ ਦੀ ਗੁੰਜਾ ਸੁਣੀਆਂ ਤੇ ਫਿਰ 3 ਤਾੜੀਆਂ ਨਾਲ ਜ਼ੋਰਦਾਰ ਆਵਾਜ਼ ਆਈ ਹਿੰਦਾ ਪੀਰ ਜਾ ਰਿਹਾ ਹਿੰਮਤ ਆ ਤਾਂ ਫੜ ਲਓ ਪਹਿਰੇਦਾਰਾਂ ਨੇ ਗੋਲੀਆਂ ਕਿਉਂ ਨਹੀਂ ਚਲਾਈਆਂ ਜਨਾਬ ਨਿਸ਼ਾਨੇ ਬੰਨੇ ਹੀ ਸੀ ਤੀਰਾਂ ਦਾ ਮੀਂਹ ਵਰਨਾ ਸ਼ੁਰੂ ਹੋ ਗਿਆ ਸਾਡੇ ਕਈ ਫੌਜੀ ਹਲਾਕ ਹੋ ਗਏ ਗੁੱਪ ਹਨੇਰੇ ਚ ਹਫੜਾ ਦਫੜੀ ਮਚ ਗਈ ਆਪਸ ਚ ਗੁੱਥ ਮਗੁੱਥਾ ਹੋ ਗਈਆਂ ਫੌਜਾਂ ਜਨਾਬ ਲਾਣਤ ਹੈ ਸਾਡੀ ਨਾਕਾਮਯਾਬੀ ਤੇ ਮੀਆਂ ਜ਼ਫਰ ਬੇਗ ਗੋਬਿੰਦ ਦਾ ਨਕਲੀ ਸਿਰ ਲਿਆਉਣ ਦੀ ਸਜ਼ਾ ਜਾਣਦੇ ਹੋ ਜੇ ਸਿਰ ਜਹਾਂ ਆਪਣਾ ਅੱਗੇ ਪੇਸ਼ ਕਰ ਦਿੰਦੇ ਤਾਂ ਜਾਨ ਦੀ ਅਮਾਨ ਹੋਵੇ ਹਜ਼ੂਰ ਕਿਸ ਤਰਫ ਗਿਆ ਉਹ ਕਾਫਰ ਹਜ਼ੂਰ ਹੁਣੇ ਹੀ ਸੂਹ ਮਿਲੀ ਹੈ ਮਾਛੀ ਵਾੜੇ ਦੇ ਜੰਗਲਾਂ ਵੱਲ ਗਿਆ ਜਾਓ ਜੰਗਲਾਂ ਚ ਫੌਜਾਂ ਦਾ ਜਾਲ ਵਿਛਾ ਦਿਓ ਜ਼ਰਾ ਜ਼ਰਾ ਸ਼ਾਨ ਮਾਰੋ ਮੈਨੂੰ ਗੁਰੂ ਚਾਹੀਦਾ ਹੈ ਗੁਰੂ ਤਹਿਕੀਕਾਤ ਕਰੋ ਜੋ ਵੀ ਗੁਰੂ ਦੀ ਸੂਹ ਦੇਵੇ ਉਸ ਲਈ ਸ਼ਾਹੀ ਖਜ਼ਾਨੇ ਦਾ ਮੂੰਹ ਖੋਲ ਦਿੱਤਾ ਜਾਵੇ
ਤੇ ਜਿਹੜਾ ਪਨਾਹ ਦੇਵੇ ਚੌਂਕ ਵਿੱਚ ਖੜਾ ਕਰਕੇ ਉਹਦੇ ਸਿਰ 'ਚ ਕਿੱਲੇ ਠੋਕ ਦਿਓ। ਹਜ਼ੂਰ, ਮੈਦਾਨੇ ਜੰਗ 'ਚੋਂ ਇੱਕ ਜਿਉਂਦਾ ਕਾਫਰ ਕਾਬੂ ਕੀਤਾ। ਕੀ ਕਿਹਾ? ਜਿਉਂਦਾ ਕਾਫਰ? ਫੌਰਨ ਪੇਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਕਵਾਸ ਬੰਦ ਕਰ। ਹੈ ਤ੍ਰਿਮਦੀ ਆਵਾਸ ਖਾਤੂਨ ਤੇ ਮੈਦਾਨੇ ਜੰਗ ਚੋਂ? ਹਾਂ ਹਜ਼ੂਰ, ਕੋਈ ਜਸੂਸ ਲੱਗਦੀ ਹੈ। ਕੀ ਕਸੂਰ ਹੈ ਇਸਦਾ? ਜਨਾਬ, ਰਾਤ ਦੇ ਹਨੇਰੇ 'ਚ ਕਾਫਰਾਂ ਦੀਆਂ ਲਾਸ਼ਾਂ ਤੇ ਚਿੱਟੀਆਂ ਚਾਦਰਾਂ ਪਾ ਅੱਗ ਦੀ ਨਜ਼ਰ ਕਰ ਰਹੀ ਸੀ। ਅੱਛਾ ਲੜਕੇ, ਤੂੰ ਜਾਣਦੀ ਹੈ ਕਿੰਨਾ ਸੰਗੀਨ ਜੁਰਮ ਕੀਤਾ? ਮੈਂ ਕੋਈ ਜ਼ੁਰਮ ਨਹੀਂ ਕੀਤਾ, ਸੇਵਾ ਕਰ ਰਹੀ ਸਾਂ। ਕਿੰਨਾ ਦੀਆਂ ਲਾਸ਼ਾਂ ਸੀ ਉਹ? ਸਤਿਗੁਰੂ ਜੀ ਦੇ ਪਿਆਰਿਆਂ ਦੀਆਂ। ਤੂੰ ਲਾਸ਼ਾਂ ਦੀ ਸ਼ਨਾਖਤ ਕਿਵੇਂ ਕੀਤੀ? ਉਹਨਾਂ ਦੇ ਨੂਰੇ ਜਲਾਲ ਤੋਂ। ਗੁਸਤਾਖ ਲੜਕੀ, ਤੈਨੂੰ ਸਜ਼ਾਏ ਮੌਤ ਵੀ ਹੋ ਸਕਦੀ ਹੈ ਇਸ ਗੁਨਾਹ ਲਈ। ਗੁਨਾਹ? ਮੈਂ ਤਾਂ ਸਜਦਾ ਕੀਤਾ ਹੈ ਪਿਆਰਿਆਂ ਸਚਿਆਰਿਆਂ ਦੀ ਕਮਾਈ ਨੂੰ। ਸਜਦਾ? ਲੈ ਜਾਓ ਸ਼ਾਹੀ ਹਰਮ 'ਚ, ਮੈਂ ਵੀ ਸਜਦਾ ਕਰ ਲਵਾਂ ਇਸ ਦੇ ਹੁਸਨ ਨੂੰ। ਵੈਸ਼ੀਆ, ਮੈਂ ਕਲਗੀਧਰ ਪਾਸ਼ਾ ਦੀ ਬੱਚੀ ਹਾਂ, ਸਿੰਘਣੀ। ਹਾਏ, ਮੈਨੂੰ ਤਾਂ ਤੂੰ ਕੋਈ ਮੋਰਨੀ ਜਾਪਦੀ ਆ। ਮੋਰਨੀ? ਮੋਰਨੀ ਨਹੀਂ, ਸ਼ੇਰਨੀ। ਸਿੰਘਾਂ ਨਾਲ ਮੱਥਾ ਲਾਇਆ, ਤੈਨੂੰ ਮੌਤ ਹੀ ਨਸੀਬ ਹੋਏਗੀ, ਉਹ ਵੀ ਕੁੱਤਿਆਂ ਵਾਲੀ। ਬੇਖੌਫ ਲੜਕੀ, ਤੇਰੀ ਇਹ ਜ਼ਰੂਰਤ, ਮੇਰਾ ਜੀ ਕਰਦਾ ਤੇਰੀ ਤੌਣ ਲਾ ਦਿਆਂ। ਸੂਬਿਆ, ਤੂੰ ਸਾਨੂੰ ਮੌਤ ਦਾ ਡਰਾਵਾ ਨਾ ਦੇ, ਅਸੀਂ ਮੌਤ ਨੂੰ ਤਲੀ ਤੇ ਰੱਖੀ ਫਿਰਦੇ ਆ, ਤਲੀ ਤੇ। ਬਕਵਾਸ ਬੰਦ ਕਰ ਨਦਾਨ ਛੋਕਰੀ। ਧੋਖੇਬਾਜ਼ਾ, ਡਰਪੋਕਾ, ਜੰਗ ਹਾਰ ਕੇ ਬਹਾਦਰੀ ਦਿਖਾਉਣ ਲੱਗਾ, ਡਰ ਦਾ ਬੁੱਕਲ ਚੋਂ ਤਾਂ ਬਾਹਰ ਨਾ ਨਿਕਲਿਆ, ਔਰਤ ਅੱਗੇ ਚੀਕਦਾ। ਬਦਜ਼ੁਬਾਨ ਲੜਕੀ, ਮੈਨੂੰ ਤੇਰੀ ਜਵਾਨੀ ਤੇ ਤਰਸ ਆ ਰਿਹਾ। ਤਰਸ ਤਾਂ ਮੈਨੂੰ ਆ ਰਿਹਾ ਤੇਰੇ ਪਾਪਾਂ ਤੇ। ਬਦਜ਼ਾਤ ਖਾਤੂਨ, ਆਪਣੀ ਜ਼ੁਬਾਨ ਨੂੰ ਲਗਾਮ ਦੇ, ਵਰਨਾ। ਵਰਨਾ ਕੀ? ਇਨ੍ਹਾਂ ਕਾਫਰਾਂ ਨਾਲ ਤੇਰਾ ਵੀ ਖਾਤਮਾ ਕਰ ਦਿਆਂਗਾ। ਖਾਤਮਾ? ਕਰ ਸਕੇਗਾ ਖਾਤਮਾ? ਸਿੱਖਾਂ ਕੋਲ ਭਗਤੀ ਤੇ ਸ਼ਕਤੀ ਦੀ ਔਦਾਤ ਹੈ। ਭਗਤੀ ਤੇ ਸ਼ਕਤੀ ਤਾਂ ਕੀ, ਮੈਂ ਸਿੱਖਾਂ ਦਾ ਤੁਖਮੀ ਨਾਸ ਕਰ ਦਿਆਂਗਾ, ਫਿਰ ਦੇਖਾਂਗਾ ਕਿਹੜੀ ਖਲਕਤ ਯਾਦ ਕਰੂਗੀ ਗੋਬਿੰਦ ਤੇ ਸਿੱਖੜਿਆਂ ਨੂੰ। ਸੂਬਿਆ, ਸਾਹਿਬਜ਼ਾਦੇ ਤੇ ਸਿੱਖ ਅਜੇ ਵੀ ਜਿਉਂਦੇ ਨੇ ਤੇ ਰਹਿੰਦੀ ਦੁਨੀਆਂ ਤੱਕ ਜਿਉਂਦੇ ਰਹਿਣਗੇ। ਇਹਨਾਂ ਦੀ ਸ਼ਹੀਦੀ ਦੁਨੀਆਂ ਦੇ ਇਤਿਹਾਸ 'ਚ ਇੱਕ ਬੇਮਿਸਾਲ ਸਾਕਾ ਹੋਵੇਗੀ ਤੇ ਤੈਨੂੰ ਪੈਣਗੀਆਂ ਲਾਲਤਾਂ, ਥੁੱਕੇਗੀ ਦੁਨੀਆਂ ਤੇਰੇ ਤੇ। ਤੂੰ ਔਰਤ ਦੇ ਇਮਾਨ ਦੀ ਹੱਦ ਤੋਂ ਬਾਹਰ ਜਾ ਰਹੀ ਹੈ। ਧਰਮ ਇਮਾਨ ਤਾਂ ਤੇਰਾ ਕੋਈ ਨਹੀਂ, ਧੋਖੇਬਾਜ਼ਾ। ਝੂਠੀਆਂ ਕਸਮਾਂ ਖਾ ਕੇ ਕਿਲਾ ਖਾਲੀ ਕਰਨ ਲਈ ਕਿਹਾ, ਪਿੱਛੋਂ ਹਮਲਾ ਕਰ ਦਿੱਤਾ ਡਰਪੋਕਾ ਵਾਂਗੂ। ਮੇਰਾ ਜੀ ਕਰਦਾ ਤੇਰੀ ਸੰਗੀ ਨੱਪਦਿਆਂ। ਔਰਤ ਤੇ ਗੁੱਸਾ ਕਰਕੇ ਕੀ ਕਰੇਗਾ ਕਾਇਰਾ? ਖਿੱਚ ਦਿਓ ਜ਼ੁਬਾਨ ਇਸ ਬਸ ਜ਼ੁਬਾਨ ਦੀ। ਮੈਂ ਤਾਂ ਔਰਤ ਜਾਤ ਸਮਝ ਕੇ ਲਿਹਾਜ਼ ਕਰ ਰਿਹਾ ਸਾਂ, ਇਹ ਵਧੀ ਜਾ ਰਹੀ ਹੈ, ਵਧੀ ਜਾ ਰਹੀ ਹੈ, ਵਧੀ ਜਾ ਰਹੀ ਹੈ। ਔਰਤ ਜਾ ਅੰਨਿਆ, ਤੈਨੂੰ ਆਨੰਦਪੁਰ 'ਚ ਮਾਤਾ ਗੁਜਰੀ, ਮਾਤਾ ਸੁੰਦਰੀ ਤੇ ਹੋਰ ਔਰਤਾਂ ਨਜ਼ਰ ਨਾ ਆਈਆਂ, ਥੁੱਕਦੀ ਆ ਮੈਂ ਤੇਰੇ ਰਹਿਣ ਤੇ। ਲੈ ਜਾਓ ਇਸ ਕਮਜ਼ਾਤ ਨੂੰ, ਸਾੜ ਦਿਓ, ਸਾੜ ਦਿਓ ਉਸੇ ਅੱਗ 'ਚ ਜਿਸ ਜਿਸ ਨੇ ਲਾਸ਼ਾਂ ਫੂਕੀਆਂ ਹੈ। ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਲੈ ਜਾਓ ਗੁਸਤਾਖ ਲੜਕੀ ਨੂੰ,
ਬੋਲੇ ਸੋ ਨਿਹਾਲ। ਹਜ਼ੂਰ ਦੀ ਫਤਿਹ! ਹਜ਼ੂਰ, ਖੁਸ਼ਖਬਰੀ ਲਿਆਇਆ। ਓਏ, ਹੁਣ ਕੀ ਚੰਨ ਚਾੜ ਆਇਓ ਕਿ ਗੁਰੂ ਹੱਥ ਲੱਗ ਗਿਆ? ਨਹੀਂ ਹਜ਼ੂਰ। ਤਾਂ ਫੇਰ ਇੱਥੇ ਕੀ ਕਰਨ ਆਇਆ? ਹਜ਼ੂਰ, ਗੁਰੂ ਦੇ ਦੋ ਛੋਟੇ ਪੁੱਤਰ ਤੇ ਮਾਂ ਫੜੇ ਗਏ ਨੇ। ਫੜੇ ਗਏ ਨੇ? ਕੀ ਕਹਿ ਰਿਹਾ? ਹਾਂ ਜਨਾਬ, ਠੀਕ ਕਹਿ ਰਿਹਾ। ਵਾਕਈ ਇਹ ਤਾਂ ਵੱਡੀ ਖੁਸ਼ਖਬਰੀ ਹੈ। ਮੈਨੂੰ ਪੁਖਤਾ ਯਕੀਨ ਹੈ ਹੁਣ ਗੁਰੂ ਵੀ ਫੜਿਆ ਜਾਵੇਗਾ। ਬਹਿਰਹਾਲ, ਕਿੱਥੇ ਨੇ ਉਹ ਬੱਚੇ? ਜਨਾਬ, ਵਾਲੀਏ ਮੋਰਿੰਡਾ ਜਾਨੀ ਖਾਨ ਕੋਲ ਕੈਦ ਨੇ। ਸਰਹੰਦ ਕੂਚ ਕਰਨ ਦੀ ਤਿਆਰੀ ਕੀਤੀ ਜਾਵੇ। ਜਾਨੀ ਖਾਨ ਨੂੰ ਹੁਕਮ ਭੇਜੋ, ਬੱਚਿਆਂ ਨੂੰ ਲੈ ਕੇ ਸਰਹੰਦ ਪੇਸ਼ ਹੋਵੇ। ਸਾਰੇ ਸਰਹੰਦ ਚ ਜਸ਼ਨੇ ਖਾਸ ਮਨਾਏ ਜਾਣ। ਮੁੱਦਤ ਬਾਅਦ ਖੁਸ਼ੀ ਦੀ ਖਬਰ ਨਸੀਬ ਹੋਈ ਹੈ। ਵਾ ਮੁਲਾਇਜ਼ਾ ਹੋਸ਼ਿਆਰ, ਸੂਬਾਏ ਸਰਹੰਦ ਨਵਾਬ ਵਜ਼ੀਰ ਖਾਨ ਤਸ਼ਰੀਫ ਲਿਆ ਰਹੇ ਨੇ। ਇਕਬਾਲ ਬੁਲੰਦ ਰਹੇ, ਵਾਲੀਏ ਮੋਰਿੰਡਾ ਜਾਨੀ ਖਾਂ ਦਰ ਪੇਸ਼ ਹੈ ਹਜ਼ੂਰ। ਆਓ ਜਾਨੀ ਖਾਂ, ਤੂੰ ਮੁਗਲ ਸਲਤਨਤ ਦਾ ਵਫਾਦਾਰ ਸਿਪਾਹੀ ਹੈ, ਸਾਨੂੰ ਫਖਰ ਹੈ ਤੇਰੇ ਤੇ। ਤੂੰ ਹਕੂਮਤ ਦੇ ਸਭ ਤੋਂ ਵੱਡੇ ਬਾਗੀ ਦੇ ਬੱਚੇ ਤੇ ਮਾਂ ਫੜ ਕੇ ਸਾਡੇ ਹਵਾਲੇ ਕੀਤੇ ਨੇ। ਬਾਦਸ਼ਾਹ ਸਲਾਮਤ ਨੂੰ ਖਬਰ ਪਹੁੰਚਾ ਦਿੱਤੀ ਗਈ ਹੈ। ਸ਼ਾਹੀ ਖਜ਼ਾਨੇ ਚੋਂ ਇਨਾਮਾਤ ਦੇ ਕੇ ਤੈਨੂੰ ਨਵਾਜ਼ਿਆ ਜਾਵੇਗਾ। ਹਜ਼ੂਰ ਦੀ ਜ਼ਰਾ ਨਵਾਜ਼ੀ ਹੈ, ਵਰਨਾ ਖਾਕਸਾਰ ਨਾਚੀਜ਼ ਨੇ ਤਾਂ ਆਪਣਾ ਫਰਜ਼ ਹੀ ਅਦਾ ਕੀਤਾ। ਬਹੁਤ ਖੂਬ, ਕਿੱਥੋਂ ਫੜੇ ਬੱਚੇ? ਹਜ਼ੂਰ, ਸਹੇੜੀ ਪਿੰਡ ਤੋਂ, ਗੋਬਿੰਦ ਦੇ ਰਸੋਈਏ ਗੰਗੂ ਦੇ ਘਰੋਂ। ਉਸ ਨੂੰ ਵੀ ਮਾਲਾ ਮਾਲ ਕਰ ਦਿੱਤਾ ਜਾਵੇ। ਹਜ਼ੂਰ, ਉਸ ਨੂੰ ਇਸ ਦਾ ਫਲ ਮਿਲ ਚੁੱਕਾ ਹੈ। ਇਨਸ਼ਾਅੱਲਾ, ਬੱਚਿਆਂ ਨੂੰ ਪੇਸ਼ ਕਰੋ। ਜੀ ਹਜ਼ੂਰ। ਸਿਰ ਝੁਕਾ ਕੇ ਸਲਾਮ ਕਰੋ ਬੱਚਿਓ। ਸਾਹਮਣੇ ਨਵਾਬ ਸਾਹਿਬ ਬੈਠੇ ਨੇ, ਸੂਬਾਏ ਸਰਹੰਦ। ਬੰਦ ਕਰੋ ਇਹ ਗੁਫ਼ਤਗੂ। ਸਿਰ ਝੁਕਾ ਸਿਰ, ਨਵਾਬ ਸਾਹਿਬ ਦਾ ਗੁੱਸਾ ਵੱਧ ਗਿਆ ਤਾਂ ਤੁਹਾਡੀ ਖੈਰ ਨਹੀਂ। ਸਲਾਮ ਕਰੋ ਸਰਕਾਰ ਨੂੰ ਛੇਤੀ। ਕੀ ਕਹਿੰਦੇ ਨੇ ਜਾਨੀ ਖਾਂ? ਹਜ਼ੂਰ, ਕਹਿੰਦੇ ਨੇ ਅਕਾਲ ਪੁਰਖ ਤੇ ਗੁਰੂ ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀਂ ਝੁਕਾਉਂਦੇ। ਮਾਸ਼ਾਅੱਲਾ, ਕਿੰਨੇ ਸੋਹਣੇ ਬੱਚੇ ਨੇ, 14ਵੀਂ ਦੇ ਮਹਤਾਬ। ਕੀ ਉਮਰ ਹੈ ਇਹਨਾਂ ਦੀ? ਹਜ਼ੂਰ, ਛੋਟਾ 7 ਸਾਲ ਦਾ ਤੇ ਵੱਡਾ 9 ਸਾਲ ਦਾ ਹੈ। ਕੀ ਕਿਹਾ, 7 ਤੇ 9 ਸਾਲ? ਬਸ ਹੈ ਜਨਾਬ, ਅਜੇ ਤੇ ਇਹਨਾਂ ਦੇ ਦੁੱਧ ਦੇ ਦੰਦ ਵੀ ਨਹੀਂ ਚੜੇ। ਕੀ ਨਾਂ ਨੇ ਇਹਨਾਂ ਦੇ? ਹਜ਼ੂਰ, ਵੱਡੇ ਦਾ ਜ਼ੋਰਾਵਰ ਸਿੰਘ। ਜ਼ੋਰਾਵਰ ਯਾਨੀ ਤਾਕਤਵਰ ਹੈ। ਤੇ ਛੋਟੇ ਦਾ? ਹਜ਼ੂਰ, ਛੋਟੇ ਦਾ ਫਤਿਹ ਸਿੰਘ। ਸੁਭਾਨ ਅੱਲਾ,
ਫਤਿਹ ਯਾਨੀ ਜਿੱਤ ਹੈ। ਕਿੰਨੇ ਪਿਆਰੇ ਨਾਂ ਨੇ ਤੇ ਓਨੀਆਂ ਹੀ ਭੋਲੀਆਂ ਦਿਲ ਅਜ਼ੀਜ਼ ਸੂਰਤਾਂ। ਆ ਮੁਸਲਮਾਨ ਬਣ ਕੇ ਤਾਂ ਕਿਆਮਤ ਢਾ ਦੇਣਗੇ ਕਿਆਮਤ। ਕਿਉਂ ਮੌਲਵੀ ਸਾਹਿਬ ਜੀ? ਹਜ਼ੂਰ, ਇਸਲਾਮ ਨੂੰ ਚਾਰ ਚੰਨ ਲਾ ਦੇਣਗੇ। ਬੱਚਿਓ, ਸ਼ਾਇਦ ਤੁਹਾਨੂੰ ਇਲਮ ਨਹੀਂ, ਤੁਹਾਡੇ ਵਾਲਦ ਤੇ ਦੋਨੋਂ ਵੱਡੇ ਭਰਾ ਜੰਗ ਵਿੱਚ ਹਲਾਕ ਹੋ ਚੁੱਕੇ ਨੇ। ਹੁਣ ਤੁਹਾਡੇ ਬੇਕਸਾਂ ਦਾ ਕੋਈ ਨਹੀਂ ਜੋ ਸਾਰ ਲਵੇ। ਨਵਾਬ ਸਾਹਿਬ ਤੁਸਾਂ ਦੀ ਪਰਵਰਿਸ਼ ਕਰਨਾ ਚਾਹੁੰਦੇ ਨੇ। ਕਹਿ ਰਹੇ ਨੇ ਬੇਕਸਾਰਾ ਯਾਰ ਹੈ ਸਾਡਾ ਗੁਰੂ, ਉਹ ਪਾਲਣਾ ਕਰ ਰਿਹਾ ਸਾਡੀ। ਰਹੀ ਧਰਮ ਦੀ ਗੱਲ, ਉਹ ਅਸੀਂ ਕਿਸੇ ਕੀਮਤ ਤੇ ਨਹੀਂ ਛੱਡ ਸਕਦੇ। ਬੱਚਿਓ, ਤੁਹਾਨੂੰ ਪਤਾ ਹੈ ਤੁਸਾਂ ਦੇ ਬਾਪ ਤੇ ਸ਼ਾਹੀ ਬਗਾਵਤ ਦਾ ਇਲਜ਼ਾਮ ਹੈ। ਹੈ ਕੀ ਕਿਹਾ? ਸੱਚਾਈ ਲਈ ਲੜਨਾ ਕੋਈ ਬਗਾਵਤ ਨਹੀਂ? ਬੜੇ ਦਲੇਰ ਤੇ ਤਰਕਬਾਜ਼ ਨੇ, ਮੈਨੂੰ ਤਾਂ ਤਰਸ ਆ ਰਿਹਾ ਇਹਨਾਂ ਦੀ ਉਮਰ ਤੇ। ਨਵਾਬ ਸਾਹਿਬ ਸਮੇਂ ਦੇ ਹਾਕਮ ਨੇ, ਬੜੇ ਖੁਸ਼ ਨੇ ਤੁਸਾਂ ਤੇ। ਕਰ ਲੋ ਕਬੂਲ ਦੀਨ, ਇਸੇ ਜੀ ਬਿਹਤਰੀ ਹੈ। ਸੁਣਿਆ ਜਨਾਬ ਕੀ ਕਹਿੰਦੇ ਨੇ? ਤੁਹਾਡਾ ਧਰਮ ਤੁਸਾਂ ਨੂੰ ਮੁਬਾਰਕ, ਸਾਨੂੰ ਆਪਣਾ ਧਰਮ ਪਿਆਰਾ ਏ। ਗਜ਼ਬ ਦੇ ਦਲੇਰ ਨੇ। ਬੱਚਿਓ, ਜੇ ਤੁਹਾਨੂੰ ਛੱਡ ਦੇਈਏ। ਕੀ ਕਿਹਾ? ਉਮੀਦ ਨਹੀਂ ਅਸੀਂ ਛੱਡ ਦਿਆਂਗੇ। ਕੀ? ਜੇ ਛੱਡਤਾ ਤਾਂ ਜੰਗਲਾਂ ਚ ਜਾ ਕੇ ਸਿੰਘ ਇਕੱਠੇ ਕਰੋਗੇ, ਹਥਿਆਰ ਬੰਦ ਹੋ ਕੇ ਲੜੋਗੇ ਸਾਡੇ ਨਾਲ। ਇੰਨੀ ਹਿੰਮਤ ਕੱਲ ਦੇ ਜੰਮੇ ਜਵਾਕਾਂ ਦੀ? ਕਹਿੰਦੇ ਨੇ ਸਾਡੇ ਕੋਲ ਗੁਰੂ ਨਾਨਕ ਦੀ ਨਿਰਭਉ ਸ਼ਕਤੀ ਹੈ। ਬਰਖੁਰਦਾਰੋ, ਐਵੇਂ ਖਫਾ ਨਾ ਹੋਵੋ। ਤੁਹਾਨੂੰ ਵੱਡੇ ਵੱਡੇ ਮਰਤਬੇ, ਧਨ ਦੌਲਤ ਮਿਲੇਗੀ। ਬਾਦਸ਼ਾਹ ਸਲਾਮਤ ਕੋਲੋਂ ਜਾਗੀਰਾਂ ਦਿਵਾ ਕੇ ਸਰਦਾਰ ਬਣਾ ਦਿੱਤਾ ਜਾਵੇਗਾ। ਸਰਦਾਰ ਮੁਗਲ ਸ਼ਹਿਜ਼ਾਦੀਆਂ ਨਾਲ ਨਿਕਾਹ ਕਰਵਾ ਦਿਆਂਗੇ ਤੇ ਜ਼ਿੰਦਗੀ ਜ਼ਿੰਦਗੀ ਬੜੀ ਗੁਲੇ ਗੁਲਜ਼ਾਰ ਗੁਜ਼ਰੇਗੀ। ਸੁਣਿਆ ਹਜ਼ੂਰ ਕੀ ਕਹਿੰਦੇ ਨੇ? ਸਾਨੂੰ ਧਨ ਦੌਲਤ ਸਰਦਾਰੀਆਂ ਦੀ ਕੋਈ ਲੋੜ ਨਹੀਂ, ਸੀਸ ਦੇਣਾ ਜਾਣਦੇ ਆ, ਧਰਮ ਛੱਡਣਾ ਨਹੀਂ, ਇਹ ਸਾਡੇ ਵੰਸ਼ ਦੀ ਰੀਤ ਹੈ। ਸਾਫ਼ ਸਾਫ਼ ਦੱਸੋ, ਤੁਹਾਨੂੰ ਇਸਲਾਮ ਕਬੂਲ ਹੈ ਕਿ ਨਹੀਂ? ਕੀ ਕਿਹਾ? ਨਹੀਂ? ਜਾਣਦੇ ਹੋ ਇਸ ਦਾ ਅੰਜਾਮ? ਹੈ ਕੀ ਕਿਹਾ? ਖੰਡੇ ਬਾਟੇ ਦਾ ਅੰਮ੍ਰਿਤ ਪੀਤਾ ਮੌਤੋਂ ਨਹੀਂ ਡਰਦੇ? ਸੁਣਿਆ ਸਰਕਾਰ, ਕਹਿੰਦੇ ਨੇ ਖੰਡਾ ਟੁੱਟ ਸਕਦਾ ਹੈ, ਚੁੱਕ ਨਹੀਂ ਸਕਦਾ। ਜਨਾਬ ਦੇਖਿਆ ਕਿੰਨੇ ਜ਼ਿੱਦੀ ਨੇ, ਹੁਣੇ ਹੀ ਇਹ ਹਾਲ ਹੈ ਤਾਂ ਵੱਡੇ ਹੋ ਕੇ ਕੀ ਕਰਨਗੇ? ਵਕਤ ਪਾ ਦੇਣਗੇ ਸਰਕਾਰ ਨੂੰ। ਮੇਰੀ ਮੰਨੋ ਜਨਾਬ, ਇਹਨਾਂ ਦੇ ਸਿਰ ਦੇ ਵਾਲ ਤਰਾਸ ਦਿਓ, ਆਪੇ ਮੁਸਲਮਾਨ ਦਿਸਣਗੇ। ਹਾਂ ਹਜ਼ੂਰ, ਇਹ ਵਾਲਾਂ ਨੂੰ ਕੇਸ ਕਹਿੰਦੇ ਨੇ, ਰੱਬੀ ਦਾਤ ਮੰਨਦੇ ਨੇ। ਹਜ਼ੂਰੇ ਵਾਲਾ, ਮੈਂ ਤਾਂ ਇਹ ਵੀ ਸੁਣਿਆ ਇਹ ਗੁਰੂ ਦੀ ਮੋਹਰ ਕਹਿੰਦੇ ਨੇ ਵਾਲਾਂ ਨੂੰ। ਹਜ਼ੂਰ
ਹਰ ਮੁਮਕਿਨ ਕੋਸ਼ਿਸ਼ ਕਰਕੇ ਵੇਖ ਚੁੱਕੇ ਹਾਂ, ਪਰ ਇਹ ਖੋਪੜੀ ਲਹਾਉਣ ਲਈ ਤਾਂ ਤਿਆਰ ਨੇ, ਵਾਲ ਕਟਾਉਣ ਲਈ ਨਹੀਂ। ਵਜ਼ੀਰ ਖਾਨ ਇਸ ਮੋਹਰ ਦਾ ਨਾਮੋ ਨਿਸ਼ਾਨ ਮਿਟਾ ਦੇਵੇਗਾ। ਬੱਚਿਓ ਜ਼ਿੱਦ ਛੱਡ ਦਿਓ ਤੇ ਮੰਨ ਲਓ ਆਖਾ ਸਰਕਾਰ ਦਾ। ਹੈ ਕੀ ਕਿਹਾ? ਦੀਨ ਕਬੂਲਣਾ ਤਾਂ ਦੂਰ, ਦੂਜਿਆਂ ਦੇ ਧਰਮ ਲਈ ਜਾਨਾਂ ਵਾਰ ਸਕਦੇ ਹੋ? ਬਸ ਜਨਾਬ ਬਸ, ਐ ਨਹੀਂ ਮੰਨਣ ਵਾਲੇ। ਤੁਸੀਂ ਹੁਕਮ ਸੁਣਾਓ, ਕਾਫਰਾਂ ਤੇ ਰਹਿਮ ਕਰਨਾ ਕੋਈ ਅਕਲਮੰਦੀ ਨਹੀਂ। ਕਿਉਂ ਮੌਲਵੀ ਸਾਹਿਬ? ਦਰੁਸਤ ਹੈ, ਇਹਨਾਂ ਦਾ ਬਾਪ ਹਕੂਮਤ ਦਾ ਬਾਗੀ ਤੇ ਗੱਦਾਰ ਹੈ। ਉਸਨੇ ਮੁਗਲ ਸਲਤਨਤ ਚ ਗਦਰ ਮਚਾਇਆ ਹੋਇਆ ਹੈ, ਗਦਰ ਜੋ ਨਾਕਾਬਲੇ ਬਰਦਾਸ਼ਤ ਹੈ। ਬੱਚਿਓ, ਜੇਕਰ ਇਸਲਾਮ ਕਬੂਲ ਕਰ ਲਓ ਤਾਂ ਜਾਨ ਬਖਸ਼ੀ ਹੋ ਸਕਦੀ ਹੈ, ਨਹੀਂ ਤਾਂ ਤੁਹਾਡਾ ਸਿਰ ਤੇ ਜੱਲਾਦ ਦੀ ਸ਼ਮਸ਼ੀਰ ਹੋਵੇਗੀ, ਸ਼ਮਸ਼ੀਰ। ਕੀ ਕਿਹਾ? ਸਿਰ ਦੇਣਾ ਮਨਜ਼ੂਰ ਹੈ? ਨਵਾਬ ਸਾਹਿਬ ਸੁਣ ਲੋ, ਸੁਣਿਆ ਜੇ ਸੁਣ ਲੋ। ਵੇਖਿਆ ਸਰਕਾਰ, ਲੈ ਜਾਓ ਇਹਨਾਂ ਗੁਸਤਾਖਾਂ ਨੂੰ ਠੰਡੇ ਬੁਰਜ, ਸਾਰੀ ਰਾਤ ਡਰਾਇਆ ਜਾਵੇ, ਧਮਕਾਇਆ ਜਾਵੇ। ਮੈਨੂੰ ਕਿਸੇ ਵੀ ਕੀਮਤ ਤੇ ਦੀਨ ਚ ਚਾਹੀਦੇ ਨੇ, ਦੀਨ ਚ। ਮਨ ਜਾਣ ਤਾਂ ਠੀਕ, ਨਹੀਂ ਤਾਂ ਕੱਲ ਦਾ ਦਿਨ ਇਹਨਾਂ ਦਾ ਆਖਰੀ ਦਿਨ ਮੁਕਰਰ ਹੈ। ਲੈ ਜਾਓ। ਜੀ ਬੇਗਮ ਸਾਹਿਬਾ। ਯਾ ਅੱਲਾ ਮੇਰੇ ਮੌਲਾ, ਇਹ ਤਾਂ ਜ਼ੁਲਮ ਹੈ, ਰਹਿਮ ਕਰਿਓ ਨਾ ਬੱਚਿਆਂ ਤੇ। ਪਤਾ ਨਹੀਂ ਕੀ ਸਬਬ ਹੈ ਗ੍ਰਿਫਤਾਰੀ ਦਾ, ਮੈਂ ਨੀ ਫਿਕਰਮੰਦ ਕਿਉਂ ਆ। ਓ ਮੇਰੀ ਜਾਨ ਜੈਨਾ, ਕੀ ਗੱਲ, ਮਿਜ਼ਾਜ ਬੜੇ ਗਮਸ਼ੁਦਾ ਦਿਖਾਈ ਦੇ ਰਹੇ ਨੇ, ਖੈਰੀਅਤ ਤਾਂ ਹੈ? ਮੇਰੇ ਆਕਾ, ਕੱਲ ਰਾਤ ਮੈਨੂੰ ਇੱਕ ਨਿਹਾਇਤ ਖੌਫਨਾਕ ਖੁਆਬ ਆਇਆ। ਉਫ, ਕੈਸੀ ਡਰਾਵਨੀ ਰਾਤ ਸੀ। ਤੋਬਾ ਤੋਬਾ, ਪਰਵਰਦਿਗਾਰ ਰਹਿਮ ਕਰੀ, ਸਾਰੀ ਰਾਤ ਸੌ ਨਾ ਸਕੀ। ਦਰਦੀਆਂ ਕਿਧਰੇ ਹਕੀਕਤ ਨਾ ਬਣ ਜਾਏ। ਬੇਗਮ, ਭੈੜੇ ਤਸਵਰ ਨੂੰ ਮਨ ਵਿੱਚ ਨਹੀਂ ਲਿਆਈਦਾ, ਖੁਆਬ ਤਾਂ ਖੁਆਬ ਹੀ ਹੁੰਦੇ ਨੇ, ਹਕੀਕਤ ਨਹੀਂ। ਸਲਤਨਤ ਦੇ ਆਲਾ ਤਰੀਨ ਨਵਾਬ ਸੂਬਾ ਸਰਹੰਦ ਵਜ਼ੀਰ ਖਾਂ ਬੇਗਮ ਦੀ ਖਿਦਮਤ ਚ ਖੜੇ ਨੇ, ਖਾਦਮ ਨੂੰ ਕੀ ਹੁਕਮ ਹੈ ਬੇਗਮ ਸਾਹਿਬਾ ਦਾ? ਮੈਨੂੰ ਤੁਹਾਡੇ ਨਾਲ ਸ਼ਿਕਵਾ ਹੈ, ਤੁਸੀਂ ਤਾਂ ਨਾ ਦੱਸਿਆ, ਪਰ ਅੱਜ ਉੱਡਦੀ ਉੱਡਦੀ ਗੱਲ ਸੁਣੀ ਹੈ। ਸਿੱਖਾਂ ਦੇ ਮੁਰਸ਼ਦ
दो मासूम बच्चे। ठीक है मेरी जान जैना, मैं ता इन्ना बच्चा नू वेखना चाहुंदा सा, ओ ते अज ही कचहरी च पेश होए ने। मेरे आका, बच्चा नू कुछ ना कहना, ए मेरी इल्तिजा है। मरहबा, इन्ना बेपनाह प्यार काफर दे बच्चा नाल, जे तुहाडी एहो हसरत है तो उन्हां नू मुसलमान बना लेंदे हां। पर की ओ बन जानगे, मैनू एतबार नहीं। ए तां मैं भी जानदा, पर मैं उन्हां दी शक्लो सूरत ते दलेरी तो बहुत ही शाद हां। बच्चे ने डरा धमका के इस्लाम च दाखिल कर ही लवांगे, पर जे किते उन्हां इस्लाम दी तौहीन कीती ता मैं ता की ता वजीर खां सजा देनी भी बाखूबी जानदा है। बेगम साहिबा, सजा तेना मासूमा नू? मेरे सिर दे साई, बच्चे ता सब दे सांझे हुंदे ने, नाले 7 ते 9 साल दे मासूमा ते तशद्दुद करना इस्लाम हरगिज इजाजत नहीं देंदा। पर मैं मजबूर हां बेगम। असी सूर भीर हां, मासूमा ते हाथ उठाना बुजदिली ते कमजोरी है, ए वाजिब नहीं है साडे लई। नवाब साहिब, रहम करो ओना नन्ने नन्ने बच्चियां ते। पर काफर दे बच्चियां ते रहम करना बेअकली है, तौहीन है मुगल हुकूमत दी। मेरे सिर दे ताज, तुहाडी खिदमत तो बिना होर कोई मकसद नहीं है मेरा, उसे खिदमत दे है बस। आज तुहाडी जैना ओना मासूमा दी जान बख्शी दी खैरात मंगदी है, नाले उता दूध पींदे बच्चे ने, किथे ने ओ हुन? बुर्ज च। हाय, उस ठंडे बुर्ज विच निगरानी ली होर कोई महफूज था नहीं मिली तुहानू? एहो जी करड़ी हनेरी रात ते बुर्ज, एता जुल्म दी इंतहा है। मेरा ता रोब रोब कंब रहा है, तुनू मासूम इकले ही ठंडे बुर्ज विच? नहीं, दादी भी नाल है उन्ना दी। हाय अल्लाह, दादी भी नाल है? एता बद्दू भी बद्दर है। एक बुजुर्ग औरत ते 2 छोटे-छोटे मासूम, इन्हें पाले विच ता हाथ भी कोई नहीं बाहर करता, ते ओ तीनों ही ठंडे बुर्ज विच? नवाब साहिब, के हो जब पत्थर दिल हो गया है तुहाडा? मैनू ता होर भी डर लगन लग पिया है, कितने मेरा ख्वाब हकीकत ना बन जाए। ओ जैना मेरी जान, भई मैनू की पता सी कि तू इन्नी मायूस होएंगी। चल ठीक है, हुण मैं उन्ना नू कोई होर तकलीफ नहीं देंगा, बस। जहां अपना मुसलमान ता मोम दिल हुंदा है, नाले ए भी ता किसे दे लखते जिगर ने। वादा करो कल सवेरे ही ओना नू छड़ दियोगे। छड़ देंगा। वाकई तू गजब दी रहम दिल औरत है। नहीं, तुसी पहला पक्का वादा करो,
ਨਹੀਂ ਤਾਂ ਮੈਂ ਤੁਹਾਡੇ ਨਾਲ ਨਹੀਂ ਬੋਲਾਂਗੀ। ਬੇਗਮ ਬਸ ਬਸ ਕਰੋ, ਛੱਡੋ ਛੱਡੋ ਮੈਨੂੰ। ਇੰਨਾ ਗੁੱਸਾ? ਗੁੱਸੇ ਚ ਤਾਂ ਮੇਰੀ ਜਾਨ ਜੈਨਾ ਹੋਰ ਵੀ ਹਸੀਨ ਲੱਗਦੀ ਹੈ। ਜ਼ਰਾ ਇੱਧਰ ਤਾਂ ਆਓ ਮੇਰੀ ਜਾਨ। ਹਰ ਕਿਸ ਨਹੀਂ, ਤੁਹਾਨੂੰ ਦਿਲ ਲੱਗੀ ਸੁੱਜ ਰਹੀ ਹੈ। ਮੈਂ ਬੇਹੱਦ ਬੇਚੈਨ ਹਾਂ, ਪਤਾ ਨਹੀਂ ਉਹਨਾਂ ਦਾ ਕੀ ਹਾਲ ਹੋਵੇਗਾ। ਠੰਡਾ ਬੁਰਜ ਤੇ ਉੱਤੋਂ ਸੁਣ ਕਰ ਨਹੀਂ ਸਰਦੀ। ਅੱਲਾਹ ਰਹਿਮੀ ਕਰੀ। ਅੱਛਾ ਬਈ, ਖਫਾ ਨਾ ਹੋ। ਤੂੰ ਕਹਿੰਦੀ ਹੈ ਤਾਂ ਸਵੇਰੇ ਕਚਹਿਰੀ ਪਹੁੰਚਦਿਆਂ ਹੀ ਉਹਨਾਂ ਨੂੰ ਰਿਹਾ ਕਰ ਦਿਆਂਗਾ, ਠੀਕ? ਜੇ ਨਾ ਕੀਤਾ ਤੇ ਤੁਹਾਡੀ ਜੈਨਾ ਤੁਹਾਨੂੰ ਛੱਡ ਕੇ ਚਲੀ ਜਾਏਗੀ, ਤੇ ਉਹ ਵੀ ਹਮੇਸ਼ਾ ਲਈ। ਹਾਂ ਬੇਗਮ, ਬੇਗਮ। ਓਹ ਮੰਨ ਗਿਆ ਬਈ, ਮੰਨ ਗਿਆ। ਮੈਂ ਕਿਹਾ ਜੀ, ਕਿਹਦੇ ਨਾਲ ਗੱਲਾਂ ਕਰੀ ਜਾਂਦੇ ਹੋ? ਮੋਤੀ ਮੰਨ ਗਿਆ ਬਈ, ਅੱਜ ਮੰਨ ਗਿਆ। ਕਿਹਨੂੰ ਮੰਨ ਗਏ? ਗਲਗੀਆਂ ਵਾਲੇ ਦੇ ਅੰਮ੍ਰਿਤ ਨੂੰ। ਸੁਣਦਾ ਸਾਂ, ਨਹੀਂ ਸਾਂ ਮੰਨਦਾ। ਅੱਜ ਪਤਾ ਲੱਗਾ ਅੰਮ੍ਰਿਤ ਦੀ ਤਾਕਤ ਦਾ। ਵੇਖਿਆ, ਕਹਿੰਦੀ ਸਾਨਾ ਗੁਰਾਂ ਦੇ ਅੰਮ੍ਰਿਤ ਨੇ ਰੂਹ ਭਰਤੀ ਹੈ ਮੁਰਦਿਆਂ ਚ। ਹੁਣ ਤਾਂ ਸਾਰੀ ਦੁਨੀਆ ਮੰਨੂਗੀ। ਨਾ ਕਰਾਤੀ ਛੋਟੇ ਛੋਟੇ ਬਾਲਾਂ ਨੇ, ਇੰਨੀ ਛੋਟੀ ਉਮਰ ਤੇ ਐਡੀ ਵੱਡੀ ਦਲੇਰੀ। ਬਈ ਵਾਹ, ਕਲਗੀਆਂ ਵਾਲੇ ਨਹੀਂ ਰਿਸਾ ਤੇਰੇ ਲਾਲਾਂ ਦੀਆਂ। ਪਰ ਹੋਇਆ ਕੀ? ਦਰਤੱਲੀ ਲਿਆ ਤੀ ਅੱਜ ਕਚਹਿਰੀ ਚ। ਵੇਖਣ ਵਾਲਿਆਂ ਨੇ ਮੂੰਹ ਚ ਉਂਗਲਾਂ ਪਾ ਲਈਆਂ। ਬਈ ਵਾਕਈ, ਸਵਾ ਸਵਾ ਲੱਖ ਦਾ ਇੱਕ ਇੱਕ ਸਿੱਖ ਤਿਆਰ ਕੀਤਾ ਗੁਰੂ ਜੀ ਨੇ, ਤੇ ਸਾਹਿਬਜ਼ਾਦੇ ਲੱਖਾਂ ਕਰੋੜਾਂ ਤੋਂ ਵੀ ਵੱਧ ਨੇ। ਤੇ ਮਰ ਜਾਣਾ ਸੂਬਾ ਚੁੱਪ ਰਿਹਾ? ਸੂਬਾ ਤਾਂ ਪਾਗਲ ਹੀ ਹੋ ਗਿਆ ਗੁੱਸੇ ਚ। ਨਿਆਣਿਆ ਜੋ ਫਟਕਾਰਾਂ ਜੋ ਲਾਂਤਾਂ ਪਾਈਆਂ, ਬਈ ਰਹੇ ਰੱਬ ਦਾ ਨਾਂ, ਸਾਰਾ ਸਰਹੰਦ ਹੀ ਕੰਬਣ ਲੱਗ ਪਿਆ। ਪਰ ਦਾਦੀ ਦਾ ਕੀ ਬਣਿਆ? ਦਾਦੀ ਦਾ ਕੁਛ ਨਾ ਪੁੱਛ, ਉਸ ਠੰਡੇ ਬੁਰਜ ਵਿੱਚ। ਮੈਂ ਮਰ ਜਾ ਠੰਡੇ ਬੁਰਜ, ਇੰਨੇ ਸੁੰਨੇ ਪਾਲੇ ਚ। ਨਾ ਹੇਟਾ ਤੱਪੜੀ, ਨਾ ਗੱਦਾ, ਨਾ ਉੱਪਰ ਰਜਾਈ, ਮੰਜਾ ਤਾਂ ਭਲਾ ਕਿੱਥੋਂ ਮਿਲਣਾ ਸੀ? ਕਿੱਥੋਂ ਭੁੱਖੇ ਉੱਤੋਂ ਪੌਦਾ ਬਹਿਨਾ ਕੱਕਰ ਕਹਿੰਦਾ ਹਾਜੀ ਭੈਣਾ। ਹਾਏ ਹਾਏ, ਐਡਾ ਮਹਿਰ ਇਹਨਾਂ ਪਰ
ਕਾਰੀਆਂ ਨਾਲ ਐਡੀ ਦੁਸ਼ਮਣੀ, ਦੁਨੀਆਂ ਲਾਤਾਂ ਪਾ ਕੇ ਲਾਤਾਂ। ਕਿਸ ਹਾਲ ਚ ਨੇ ਹੁਣ ਉਹ? ਇੱਕ ਨੂੰ ਸੱਚੀ ਗੋਟੀ ਤੇ ਦੂਜੇ ਨੂੰ ਖੱਬੀ ਗੋਟੀ, ਇੱਕ ਨਾਲ ਲਾ ਕੇ ਨਿੱਕ ਦੇ ਰਹੇ ਸਨ। ਨਿੱਕ ਉਤਰਾ ਆਵੇ ਕਿੱਥੋਂ? ਪੱਥਰ ਸੂਬੇ ਨੂੰ ਰਤਾ ਵੀ ਤਰਸ ਨਾ ਆਇਆ। ਜਿਸ ਮਾਤਾ ਦੀ ਸੇਵਾ ਵਿੱਚ ਸੇਵਾਦਾਰ ਹੱਥ ਬੰਨ੍ਹੀ ਖੜੇ ਰਹਿੰਦੇ ਸਨ, ਜਿਹੜੇ ਬੱਚੇ ਮਖਮਲੀ ਗੱਦਿਆਂ ਤੇ ਸਵਾਏ ਜਾਂਦੇ ਸਨ, ਅੱਜ ਹੋਈ ਉਹ ਕੈਦ ਨੇ। ਠੰਡੇ ਬੁੱਸੇ ਬੁਰਜ ਵਿੱਚ ਹੱਥ ਹੁੰਦੀ ਹੈ ਜੁਲੰਦੀ, ਇਹਨਾਂ ਵਿਚਾਰਿਆਂ ਤਾਂ ਨਾ ਰੱਜ ਕੇ ਉਮਰ ਭੋਗੀ, ਨਾ ਰੱਜ ਕੇ ਖਾਧਾ ਪੀਤਾ। ਕੋਮਲ ਕਲੀਆਂ ਹੁਣੇ ਮੁਸੀਬਤਾਂ ਦੇ ਮੂੰਹ ਚ ਪੈ ਗਈਆਂ। ਜਾ ਜਾ, ਦੁੱਧ ਦਾ ਛੰਨਾ ਭਰ ਲਿਆ, ਮੈਂ ਛੇਤੀ ਤੇ ਆਵਾ। ਮੋਏ ਮੁਗਲਿਆਂ ਦੇ ਹੱਥੋਂ ਇੰਨਾ ਕੁਛ ਨਹੀਂ ਜੇ ਖਾਣਾ। ਸੂਬਾ ਵੀ ਤਾਂ ਧੀਆਂ ਪੁੱਤਰਾਂ ਵਾਲਾ ਹੈ, ਚੰਦਰੇ ਨੂੰ ਜ਼ਰਾ ਵੀ ਤਰਸ ਨਾ ਆਇਆ। ਕਿਸੇ ਦੇ ਲਾਡਲੇ ਨੇ ਕੱਖ ਨਾ ਰਹੇ ਖਸਮਾਂ ਖਾਣੇ ਦਾ। ਜੀਵਾ ਸੁਣਦੀ ਹੈ, ਗਹਿਣੇ ਗੱਟੇ ਵੀ ਲਿਆ ਵੀ ਨਾਲੇ। ਕੀ ਲੋੜ ਪੈ ਗਈ ਗਹਿਣਿਆਂ ਦੀ ਰਾਤੀ? ਤੈਨੂੰ ਪਤਾ ਨਹੀਂ ਕਿੰਨਾ ਸਖਤ ਪੈਰ ਹੈ, ਲਾਲਚੀ ਕੁੱਤਿਆਂ ਅੱਗੇ ਹੱਡੀਆਂ ਪਾਵਾਂਗਾ, ਤਾਂ ਹੀ ਅੰਦਰ ਵੜਨ ਦੇਣਗੇ ਨਾ। ਹੈਲੋ, ਗਹਿਣੇ ਤਾਂ ਕੀ, ਗੁਰਾਂ ਦੇ ਲਾਲਾਂ ਤੋਂ ਸਭ ਕੁਝ ਵਾਰ ਸੁੱਟੀਏ ਉਹ ਵੀ ਥੋੜਾ। ਸੱਚੇ ਪਾਤਸ਼ਾਹ ਦੇ ਜਿਗਰ ਦੇ ਟੋਟੇ ਨਾ ਲੱਖੀ ਨਾ ਕਰੋੜੀ ਮਿਲ ਸਕਦੇ ਨੇ। ਉਹ ਮੇਰੇ ਅਰਸ਼ਾਂ ਦੇ ਵਾਲੀ, ਬੜੀ ਕਰ ਦੁੱਖਾਂ ਦੀ ਕੜੀ ਨਾ ਲਿਆਈ। ਆਖੀ ਕੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹੱਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤ ਪਾਲੇ। ਮੈਂ ਕਿਹਾ ਇਹਨਾਂ ਸਿਪਾਹੀਆਂ ਤੋਂ ਰਤਾ ਭੱਜ ਕੇ ਰਹਿਣਾ, ਕੀ ਵਿਗਾੜ ਲੈਣਗੇ ਮੇਰਾ, ਵੱਧ ਤੋਂ ਵੱਧ ਮਾਰ ਹੀ ਦੇਣਗੇ ਨਾ। ਜੇ ਮੇਰੀ ਜਿੰਦ ਗੁਰੂ ਘਰ ਦੇ ਲੇਖੇ ਲੱਗ ਜਾਏ, ਇਦੂ ਚੰਗੀ ਗੱਲ ਹੋਰ ਕਿਹੜੀ ਹੋ ਸਕਦੀ ਹੈ? ਜਾਓ ਜਾਓ, ਛੇਤੀ ਜਾਓ, ਬਾਲ ਵਿਚਾਰੇ ਭੁੱਖੇ ਹੋਣਗੇ। ਚੰਗਾ ਚੰਗਾ ਚਾਹਨਾ। ਮੇਰ ਕਨੀ ਦਾਤਿਆ,
ਮੇਰੀ ਕਰੀ। ਪਤਾ ਨਹੀਂ ਅੱਜ ਕੈਸੀ ਕਿਆਮਤ ਆਊ, ਕੀ ਬਣੂ ਇਹਨਾਂ ਮਸੂਮਾਂ ਦਾ। ਓਏ ਬਣਨਾ ਕੀ ਹੈ, ਜਾਂ ਦੀਨ ਚ ਦਾਖਲ ਜਾਂ ਫਿਰ ਮੌਤ। ਤੇਰਾ ਕੀ ਖਿਆਲ ਹੈ, ਇਹ ਦੀਨ ਕਬੂਲ ਕਰ ਲੈਣਗੇ? ਮੈਨੂੰ ਤਾਂ ਨਹੀਂ ਲੱਗਦਾ। ਸ਼ੇਰ ਦੇ ਬੱਚੇ ਨੇ, ਬੜੇ ਦਲੇਰ, ਦਲੀਲਬਾਜ ਵੀ। ਉਹ ਤਾਂ ਹੈ, ਪਰ ਕੀ ਸੂਬਾ ਛੱਡੂ ਇਹਨਾਂ ਨੂੰ? ਉਹ ਨਹੀਂ, ਹਕੂਮਤ ਨੂੰ ਵਕਤ ਚ ਪਾ ਕੇ ਰੱਖਿਆ ਇਹਨਾਂ ਦੇ ਬਾਪ ਨੇ। ਸੁਣਿਆ ਇਹਨਾਂ ਕੋਈ ਆਬੇ ਹਯਾਤ ਪੀਤਾ ਹੋਇਆ। ਆਬੇ ਹਯਾਤ? ਹਾਂ, ਜਿਹਨੂੰ ਇਹ ਅੰਮ੍ਰਿਤ ਕਹਿੰਦੇ ਨੇ। ਇਹਨੂੰ ਪੀ ਕੇ ਤਾਂ ਚਿੜੀਆਂ ਵੀ ਬਾਜਾਂ ਦਾ ਮੁਕਾਬਲਾ ਕਰ ਲੈਂਦੀਆਂ ਨੇ, ਬਾਜਾਂ ਦਾ। ਚਿੜੀਆਂ ਤੇ ਬਾਜ? ਉਹ ਰਹਿਣ ਦੇ ਰਹਿਣ ਦੇ, ਸੂਬੇਦਾਰ ਦਾ ਗੁੱਸਾ ਵੀ ਬੜਾ ਚੰਡਾਲ ਹੈ। ਉਹ ਕਿੰਨਾ ਵੀ ਜ਼ਾਲਮ ਕਿਉਂ ਨਾ ਹੋਵੇ, ਅੱਲਾ ਦੇ ਆਸ਼ਕਾਂ ਨੂੰ ਕਿਸੇ ਦਾ ਡਰ ਪੈ ਨਹੀਂ ਹੁੰਦਾ। ਓਏ ਚੁੱਪ, ਮਰਵਾਏਗਾ, ਪੂਰਾ ਅੱਖ ਲਾ ਲੈਣ ਦੇ ਹੁਣ। ਲੱਗਦਾ ਹੈ ਕੋਈ ਆ ਰਿਹਾ। ਉਹ ਕੌਣ ਹੈ, ਉਹ ਕੌਣ ਹੈ ਤੂੰ? ਲੱਗਦਾ ਮੋਤੀ ਹੈ। ਜੀ ਮੈਂ, ਸਿਆਣਿਆ ਨਹੀਂ, ਮੈਂ ਮੋਤੀ, ਮੋਤੀ ਮਹਿਰਾ। ਅੱਧੀ ਰਾਤ ਨੂੰ ਹੁਣੇ ਤਾਂ ਹੋ ਕੇ ਗਿਆ, ਆ ਕੀ ਹੈ? ਆਹ ਜਨਾਬ, ਦੁੱਧ ਦਾ ਛੰਨਾ। ਚੱਲਿਆ ਵੱਡਾ ਦੁੱਧ ਪਿਆਣ, ਤੇ ਅਸੀਂ ਜਿਹੜਾ ਠੰਡ 'ਚ ਠੁਰ ਠੁਰ ਕਰ ਰਹੇ ਹਾਂ, ਸਾਡਾ ਕੋਈ ਖਿਆਲ ਨਹੀਂ? ਉਹ ਜਾਣਦੇ ਰਹੀ ਮੈਂ, ਜਾਣਦੇ ਉਹ ਸੁੱਕਾ ਹੀ ਜਾਣਦੀ ਏ। ਉਹ ਲਿਆ, ਉਹ ਲਿਆ, ਕੀ ਹੈ ਤੇਰੇ ਕੋਲ? ਉਹ ਲਿਆ ਲਿਆ, ਆ ਵੀ ਲਿਆ, ਹਾਂ ਆ ਵੀ ਲਿਆ, ਜਾ ਲੰਘ ਜਾ, ਜਾ ਪਰ ਛੇਤੀ ਮੁੜੀ। ਜੀ ਜੀ ਜਨਾਬ।
ਭੁੱਖ ਹੀ ਸੋ ਗਏ ਨੇ। ਓ ਮੇਰੇ ਸੱਚਾ ਪਾਤਸ਼ਾਹ, ਕਿੱਥੇ ਹੈ ਤੂੰ? ਵੇਖ ਤਾਂ ਸਹੀ ਆਣ ਕੇ ਇੰਨੀ ਠੰਡ ਚ, ਪੂੰਜੇ ਮਿੱਟੀ ਚ। ਚੰਨ ਤੋਂ ਵੀ ਸੋਹਣੇ ਮੁੱਖੜੇ, ਕਿਵੇਂ ਕਿਵੇਂ ਦਾਦੀ ਦੀ ਨਿੱਕੀ ਗੋਦ ਚ ਸੁੱਤੇ ਪਏ ਨੇ। ਡਰ ਲੱਗ ਰਿਹਾ ਕਿਤੇ ਆਖਰੀ ਰਾਤ ਨਾ ਹੋਵੇ। ਹੋਣੀ ਤੂੰ ਬੜੀ ਕਹਿਰਬਾਨ ਬੇਤਰਸ ਹੈ। ਉਠਾਵਾਂ ਕਿ ਨਾ ਉਠਾਵਾਂ? ਉਠਾਵਾਂ ਪਰ ਕਿੰਨੇ ਦਿਨ ਹੋ ਗਏ ਅੰਨ ਖਾਧਿਆਂ ਤੇ ਦੁੱਧ ਪੀਤਿਆਂ। ਮਾਤਾ ਜੀ, ਮਾਤਾ ਜੀ, ਮੈਂ ਮੋਤੀ ਤੁਹਾਡਾ ਸੇਵਕ, ਬਾਲੜਿਆਂ ਲਈ ਦੁੱਧ ਲਿਆਇਆ, ਪਿਆ ਤੇਰਾ ਉਠਾਲ ਕੇ। ਚੰਗਾ ਮਾਤਾ ਜੀ, ਮੈਂ ਚੱਲਦਾ ਮਾਤਾ ਜੀ, ਮੈਂ ਚੱਲਦਾ। ਮੇਰੇ ਸੱਚਾ ਪਾਤਸ਼ਾਹ, ਪੇਸ਼ ਕਰੋ ਜਾਨੀ ਖਾਨ ਨੂੰ। ਗੁਲਾਮ ਹਾਜ਼ਰ ਹੈ ਹਜ਼ੂਰ। ਹੁਣ ਤੱਕ ਤਾਂ ਕਾਫਰਾਂ ਦੇ ਬੱਚੇ ਦੀਨ ਕਬੂਲਣ ਲਈ ਰਾਜ਼ੀ ਹੋ ਗਏ ਹੋਣਗੇ। ਰਾਜ਼ੀ ਕਿੱਥੇ ਹਜ਼ੂਰ? ਕੀ ਕਿਹਾ? ਤਮਾਮ ਰਾਤ ਡਰਾਇਆ ਧਮਕਾਇਆ, ਤਸੀਹੇ ਵੀ ਦਿੱਤੇ, ਇੱਥੋਂ ਤੱਕ ਕਿ ਦਾਦੀ ਤੋਂ ਵੀ ਦੂਰ ਰੱਖਿਆ। ਹਜ਼ੂਰ, ਉਹ ਤਾਂ ਟਸ ਤੋਂ ਮਸ ਨਹੀਂ ਹੁੰਦੇ। ਹੈਂ? ਓਏ, ਪਿਆਰ ਨਾਲ ਵਰਗਲਾਉਣਾ ਸੀ, ਉਹ ਵੀ ਕਰਕੇ ਵੇਖ ਲਿਆ ਹਜ਼ੂਰ। ਵੱਡੇ ਵੱਡੇ ਲਾਲਚ ਵੀ ਦਿੱਤੇ, ਪਰ ਉਹਨਾਂ ਇੱਕ ਨਾ ਮੰਨੀ, ਬੜੇ ਜ਼ਿੱਦੀ ਨੇ ਹਜ਼ੂਰ। ਅਸੀਂ ਮਾਸੂਮ ਜਾਣ ਕੇ ਰਹਿਮੋ ਕਰਮ ਕਰਨਾ ਚਾਹੁੰਦੇ ਸਾਂ, ਪਰ ਗੁਸਤਾਖੀ ਮਾਫ ਹਜ਼ੂਰ, ਗਲਤ ਫਹਿਮੀ ਏ ਕਿ ਮਾਸੂਮ ਨੇ। ਦਾਦੀ ਨੇ ਪਤਾ ਨਹੀਂ ਕਿੰਨਾ ਕੁ ਪੱਕਿਆ ਕੀਤਾ ਆਪਣੇ ਧਰਮ ਲਈ। ਹਜ਼ੂਰ, ਮੌਤ ਨੂੰ ਤਾਂ ਜਿਵੇਂ ਕੁੱਛੜ ਹੀ ਚੁੱਕੀ ਫਿਰਦੇ ਨੇ। ਛੋਟੇ ਨੂੰ ਮਨਾ ਕੇ ਵੇਖਣਾ ਸੀ, ਕੀ ਸੋਝੀ ਹੋਣੀ ਹੈ ਉਹਨੂੰ ਧਰਮ ਕਰਮ ਦੀ। ਧਰਮ ਕਰਮ? ਆਲੀ ਜਾਂ, ਜਦੋਂ ਅਸੀਂ ਕਿਹਾ ਤੂੰ ਨਿਆਣਾ ਹੈ, ਖਾਮ ਖਾ ਵੱਡੇ ਦੇ ਆਖੇ ਕਿਉਂ ਜਾਣ ਗਵਾਨਾ? ਪਤਾ ਕੀ ਕਿਹਾ ਉਹਨੇ? ਕੀ ਕਿਹਾ? ਸਾਰੀ ਦੁਨੀਆਂ ਦਾ ਤਖਤੋ ਤਾਜ ਵੀ ਦੇ ਦੇਵੋ, ਤਾਂ ਵੀ ਆਪਣੇ ਧਰਮ ਤੋਂ ਮੂੰਹ ਨਹੀਂ ਮੋੜਾਂਗੇ। ਹਜ਼ੂਰ, ਕਹਿੰਦੇ ਨੇ ਸਿਰ ਕਟਾ ਸਕਦੇ ਆ, ਚੁਕਾ ਨਹੀਂ ਸਕਦੇ। ਵੇਖੇ ਵੇਖੇ ਸਰਕਾਰ ਬਰਜਾਤਾ ਨੂੰ, ਚਿੰਗਾਰੀਆਂ ਨੇ, ਪਾਂਬੜ ਨਾ ਬਣਨ ਦਿਓ ਸਰਕਾਰ। ਬੜੇ ਹੀ ਵਾਹੀਆਤ ਨੇ, ਫੌਰਨ ਪੇਸ਼ ਕਰੋ, ਮੈਂ ਖੁਦ ਤਫਤੀਸ਼ ਕਰਾਂਗਾ। ਸਰਕਾਰ ਸਿਪਾਹੀ ਲੈ ਕੇ ਆ ਹੀ ਰਹੇ ਨੇ।
ਕੋਤਵਾਲ ਸਾਹਿਬ, ਇਹਨਾਂ ਕੰਬਖਤਾਂ ਨੂੰ ਉਸ ਤੰਗ ਦਰਵਾਜ਼ਿਓਂ ਲਿਆਉਣਾ ਤਾਂ ਜੋ ਹੰਕਾਰੀ ਸਿਰ ਸਰਕਾਰ ਅੱਗੇ ਖੁਦ ਬਾ ਖੁਦ ਚੁੱਕ ਜਾਏ। ਦਰੁਸਤ ਹੈ ਦੀਵਾਨ ਸਾਹਿਬ, ਦਰੁਸਤ ਹੈ। ਮੁਗਲ ਸਲਤਨਤ ਦੇ ਖਿਲਾਫ ਬਗਾਵਤ ਕਰਨ ਵਾਲਿਆਂ ਤੇ ਹੁਣ ਕੋਈ ਢਿੱਲ ਨਹੀਂ ਕੀਤੀ ਜਾਵੇਗੀ। ਆਰਿਆਂ ਨਾਲ ਸਿਰ ਚੀਰ ਦੇਵਾਂਗੇ, ਕੜਾਹਿਆਂ ਚੋਂ ਬਾਲ ਦੇਵਾਂਗੇ, ਰੰਬੀਆਂ ਨਾਲ ਖੋਪੜੀਆਂ ਲਾ ਦੇਵਾਂਗੇ। ਆਖਰ ਇਸ ਬਗਾਵਤ ਨੂੰ ਕੁਚਲਣ ਦੀ ਜ਼ਿੰਮੇਵਾਰੀ ਮੇਰੀ ਵਜ਼ੀਰ ਖਾਨ ਦੀ ਹੈ। ਬੰਦਾ ਨਵਾਜ਼ ਨੂੰ ਸਲਾਮ। ਬੱਚੇ ਹਾਜ਼ਰ ਨੇ। ਫਿਰ ਬਾਜ਼ ਨਹੀਂ ਆਏ, ਉਹੀ ਗੁਫਤਾਰ ਉਹੀ ਰਫਤਾਰ। ਵੇਖਿਆ ਵੇਖਿਆ ਮੇਰੀ ਸਰਕਾਰ, ਜੰਮਦੀਆਂ ਸੂਲਾਂ ਦੇ ਮੂੰਹ ਕਿੰਨੇ ਤਿੱਖੇ ਨੇ। ਹੋਰ ਤਿੱਖੇ ਨਾ ਹੋਣ ਦਿਓ ਜਨਾਬ। ਬੱਚਿਓ, ਇਹ ਆਨੰਦਪੁਰ ਨਹੀਂ ਨਵਾਬ ਸਾਹਿਬ ਦੀ ਕਚਹਿਰੀ ਹੈ। ਇਸ ਵਿੱਚ ਖੈਰੀਅਤ ਹੈ, ਇਸਲਾਮ ਕਬੂਲ ਕਰ ਲਵੋ, ਨਹੀਂ ਤਾਂ ਜਨਾਬ ਮਜਬੂਰ ਹੋ ਜਾਣਗੇ। ਕਿਆ ਕੈਂਚੀ ਵਾਂਗੂ ਜ਼ਬਾਨ ਚਲਾ ਰਹੇ ਹੋ? ਸੁਣਿਆ ਸਰਕਾਰ, ਸੁਣਿਆ ਕੀ ਕਹਿੰਦੇ ਨੇ? ਦੇਰ ਕਿਉਂ ਲਾਉਂਦੇ ਹੋ? ਖਾਲਸਾ ਤਿਆਰ ਪਰ ਤਿਆਰ ਹੈ, ਛੇਤੀ ਕਰੋ। ਸਰਕਾਰ, ਖਤਰਨਾਕ ਬਾਗੀ ਨੇ ਸੱਪ ਦੇ ਬੱਚੇ ਸਪੋਲੀਏ, ਜਿੰਨੀ ਜਲਦੀ ਹੋ ਸਕੇ ਸਿਰੀ ਫੇ ਦਿਓ ਜਨਾਬ, ਸਿਰੀ ਫੇ ਦਿਓ। ਤੁਹਾਨੂੰ ਪਤਾ ਹੈ ਦੀਨੇ ਇਸਲਾਮ ਨੂੰ ਠੁਕਰਾਉਣਾ ਤੇ ਸ਼ਾਹੀ ਹੁਕਮ ਦੀ ਨਾ ਫੁਰਮਾਨੀ ਕਰਨਾ ਕਿੱਡਾ ਸੰਗੀਨ ਜੁਰਮ ਹੈ, ਮੌਤ ਦੀ ਸਜ਼ਾ ਵੀ ਹੋ ਸਕਦੀ ਹੈ। ਖਾਮੋਸ਼, ਬੰਦ ਕਰੋ ਇਹ ਗੁਫ਼ਤਗੂ। ਕੀ ਬਖਤੇ ਨੇ ਹੁਣ ਜਾਨੀ ਖਾਂ? ਕਹਿੰਦੇ ਨੇ ਤੇਗਾਂ ਹੇਠ ਜੰਮੇ ਆ, ਤੇਗਾਂ ਹੇਠ ਹੀ ਪਲੇ ਆ, ਜ਼ਿੰਦਗੀ ਮੌਤ ਇੱਕ ਬਰਾਬਰ ਹੈ ਸਾਡੇ ਲਈ। ਕੀ ਮਿਲੇਗਾ ਤੁਹਾਨੂੰ ਇਸ ਤਰ੍ਹਾਂ ਦੀ ਮੌਤ ਮਰ ਕੇ? ਹੈ ਕੀ ਕਿਹਾ? ਅੱਲਾ ਤਾਲਾ ਦੀਆਂ ਖੁਸ਼ੀਆਂ। ਸੁਣਿਆ ਜਨਾਬ, ਕੀ ਕਹਿੰਦੇ ਨੇ? ਅਣਖ ਤੇ ਗੈਰਤ ਦੀ ਬਹਾਲੀ ਹੋਵੇਗੀ। ਹੁਣ ਇਹਨਾਂ ਨੂੰ ਕੋਈ ਨਹੀਂ ਬਚਾ ਸਕਦਾ, ਇਹ ਜਹੰਨਮ ਦੇ ਹੱਕਦਾਰ ਨੇ। ਹਾਂ ਹਜ਼ੂਰ, ਜਾਨ ਦੀ ਅਮਾਨ ਚਾਹੁੰਦਾ, ਗੁਸਤਾਖੀ ਮੁਆਫ, ਮਲੇਰਕੋਟਲਾ ਦੇ ਨਵਾਬ ਤਸ਼ਰੀਫ ਲਿਆ ਰਹੇ ਨੇ। ਆਓ ਆਓ ਸ਼ੇਰ ਮੁਹੰਮਦ ਖਾਨ, ਖੁਸ਼ਾਮਦੀਦ, ਸਹੀ ਵਕਤ ਤੇ ਆਇਓ। ਕਾਫਰਾਂ ਦੇ ਮੁਰਸ਼ਿਦ ਗੋਬਿੰਦ ਦੇ ਬੱਚੇ ਨੇ ਮੇਰੀ ਹਿਰਾਸਤ 'ਚ, ਉਹ ਤੁਹਾਡੇ ਭਰਾ ਨਾਰ ਖਾਨ ਦਾ ਕਾਤਲ ਵੀ ਹੈ। ਮੈਂ ਚਾਹੁੰਦਾ ਤੁਹਾਡੇ ਹਵਾਲੇ ਕਰ ਦਿਆਂ, ਇਹਨਾਂ ਦੇ ਖੂਨ 'ਚ ਨਹਾ ਕੇ ਮਰਹੂਮ ਭਰਾ ਦੀ ਮੌਤ ਦਾ ਬਦਲਾ ਲਵੋ, ਬਦਲਾ। ਤੌਬਾ ਤੌਬਾ, ਬਦਲਾ ਤੇ ਇਹਨਾਂ ਸ਼ੀਰਖੋਰ ਬੱਚਿਆਂ ਤੋਂ? ਕੀ ਕਹਿ ਰਹੇ ਹੋ ਨਵਾਬ ਸਾਹਿਬ? ਕੀ ਇਹਨਾਂ ਦੇ ਪਿਓ ਨੇ ਤੁਹਾਡੇ ਭਰਾ ਦਾ ਕਤਲ ਨਹੀਂ ਕੀਤਾ? ਇਹ ਤਾਂ ਦਰੁਸਤ ਹੈ ਭਾਈ ਜਾਨ, ਬਦਲਾ ਲਵਾਂਗੇ, ਜ਼ਰੂਰ ਲਵਾਂਗੇ, ਪਰ ਮੈਦਾਨੇ ਜੰਗ 'ਚ। ਮੇਰੀ ਤਾਂ ਇਹੀ ਗੁਜ਼ਾਰਿਸ਼ ਹੈ, ਇਹਨਾਂ ਬੇਗੁਨਾਹਾਂ ਨੂੰ ਛੱਡ ਦਿੱਤਾ ਜਾਏ। ਛੱਡ ਦੇਈਏ? ਤੇ ਉਹ ਵੀ ਕਾਫਰ ਦੇ ਬੱਚਿਆਂ ਨੂੰ? ਕੀ ਫਰਮਾ ਰਹੇ ਹੋ? ਪਰ ਇਹ ਕਿੱਥੇ ਲਿਖਿਆ ਵਾਲਦ ਦਾ ਇੰਤਕਾਮ ਉਸਦੇ ਕਮਸਿਨ
ਮਾਸੂਮਾ ਤੋਂ ਲਿਆ ਜਾਏ। ਸ਼ੇਰ ਖਾਂ, ਤੁਸੀਂ ਜਜ਼ਬਾਤ ਦੀ ਰੋ ਵਿੱਚ ਰੁੜ ਰਹੇ ਹੋ। ਵਕਤ ਦੀ ਨਜ਼ਾਕਤ ਨੂੰ ਸਮਝੋ, ਨਜ਼ਾਕਤ ਨੂੰ। ਮੁਗਲੀਆ ਸਲਤਨਤ ਦਾ ਖੈਰ ਖਵਾ, ਮੈਂ ਵੀ ਹਾਂ, ਵਕਤ ਦੀ ਨਜ਼ਾਕਤ ਤੋਂ ਵਾਕਫ ਹਾਂ। ਬਾਦਸ਼ਾਹ ਸਲਾਮਤ ਦੀ ਖੁਸ਼ੀ ਤੁਸੀਂ ਹਾਸਲ ਕਰ ਸਕੋਗੇ ਕਿ ਨਹੀਂ ਇਹ ਮੈਨੂੰ ਨਹੀਂ ਪਤਾ, ਪਰ ਯਕੀਨਨ ਅੱਲਾ ਤਾਲਾ ਦੀਆਂ ਖੁਸ਼ੀਆਂ ਤੋਂ ਮਹਿਰੂਮ ਹੋ ਜਾਓਗੇ। ਮੇਰੀ ਨਸੀਹਤ ਮੰਨੋ, ਮਾਸੂਮਾਂ ਨੂੰ ਰਿਹਾ ਕਰ ਦਿਓ। ਮਾਸੂਮ ਮਾਸੂਮ ਮਾਸੂਮ, ਕੰਨ ਪੱਕ ਗਏ ਨੇ ਮੇਰੇ ਸੁਣ ਸੁਣ ਕੇ, ਕਾਹਦੇ ਮਾਸੂਮ ਨੇ? ਪਿਓ ਤੋਂ ਵੀ ਚਾਰ ਰੱਤੀਆਂ ਵੱਧ ਕੇ ਨੇ ਇਹ ਮਾਸੂਮ। ਭਾਈ ਜਾਨ, ਮਜ਼ਹਬ ਵੀ ਕੋਈ ਚੀਜ਼ ਹੈ, ਕਿੱਥੇ ਦੁੱਧ ਪੀਂਦੇ ਬੱਚੇ, ਤੇ ਤੁਸੀਂ ਮੁਗਲੀਆ ਸਲਤਨਤ ਦੇ ਅਹਿਮ ਸਰਦਾਰ। ਫਬਦਾ ਨਹੀਂ ਨਾ ਤੇ ਦਹਿਸ਼ਤ ਵਰਸਾਣਾ ਆਪ ਨੂੰ। ਮੈਨੂੰ ਤਾਂ ਪੁਖਤਾ ਯਕੀਨ ਸੀ ਤੁਸੀਂ ਆਪਣੇ ਭਰਾ ਦੇ ਇੰਤਕਾਮ ਲਈ ਸਾਡੇ ਨਾਲ ਹਮ ਖਿਆਲ ਹੋਵੋਗੇ, ਪਰ ਕੀ, ਮੇਰੀ ਗੱਲ ਤਾਂ ਤੁਹਾਨੂੰ ਨਾ ਗਵਾਰ ਗੁਜ਼ਰੇਗੀ। ਵਾਲਨ ਨੂੰ ਤਾਂ ਤੁਸੀਂ ਫੜ ਨਹੀਂ ਸਕੇ, ਤੇ ਬਦਲਾ ਨਿੱਕਿਆਂ ਤੋਂ ਸ਼ਰ੍ਹਾ ਇਸ ਦੀ ਕਤਈ ਇਜਾਜ਼ਤ ਨਹੀਂ ਦਿੰਦੀ। ਸ਼ੇਰ ਖਾਂ, ਤੁਸੀਂ ਮੇਰੇ ਤੇ ਜ਼ਾਲਮ ਤੇ ਬੇਇਨਸਾਫ ਹੋਣ ਦੇ ਇਲਜ਼ਾਮਾਤ ਲਗਾ ਰਹੇ ਹੋ। ਜ਼ੁਰਮ ਹੀ ਤਾਂ ਹੈ ਨਦਾਨ ਬੱਚਿਆਂ ਨੂੰ ਸਜ਼ਾ ਦੇਣਾ। ਇਹਨਾਂ ਦੀ ਉਮਰ ਤਾਂ ਵੇਖੋ। ਸਰਕਾਰ, ਅਰਜ਼ ਕਰਾਂ, ਅੱਗੇ ਇਹਨਾਂ ਦਾ ਬਾਪ ਤੇ ਸਤੋ ਸਾਂਭਿਆ ਨਹੀਂ ਜਾਂਦਾ, ਇਹ ਵੀ ਨਾਲ ਰਲ ਗਏ ਤਾਂ ਰੱਬ ਹੀ ਰਾਖਾ, ਨੀਂਦ ਹਰਾਮ ਕਰ ਦੇਣਗੇ ਸਰਕਾਰ ਦੀ। ਵਜ਼ੀਰ ਖਾਂ, ਵੇਖੀ ਇਹਨਾਂ ਬਦ ਅਕਲ ਅਹਿਲਕਾਰਾਂ ਦੇ ਆਖੇ ਕੋਈ ਕਹਿਰੋ ਗਸਮ ਨਾ ਢਾ ਬੈਠੀ, ਇਹਨਾਂ ਨੂੰ ਬਰੀ ਕਰਨ ਚ ਹੀ ਦਾਨਿਸ਼ਮੰਦੀ ਹੈ। ਸ਼ੇਰ ਖਾਂ, ਤੁਸੀਂ ਇਸਲਾਮ ਦੀ ਅਦਾਲਤ ਚ ਕਾਫਰਾਂ ਦੀ ਵਕਾਲਤ ਕਰ ਰਹੇ ਹੋ, ਬਾਗੀਆਂ ਦੀ ਹਮਾਇਤ ਕਰਕੇ ਬਗਾਵਤ ਨੂੰ ਸ਼ਹਿ ਦੇ ਰਹੇ ਹੋ, ਸ਼ਹਿ। ਵਜ਼ੀਰ ਖਾਂ, ਯਾਦ ਰੱਖ, ਇਹਨਾਂ ਦੀ ਮੌਤ ਇੱਕ ਲਾਸਾਨੀ ਸ਼ਹਾਦਤ ਬਣ ਜਾਏਗੀ ਤੇ ਮੁਗਲੀਆ ਸਲਤਨਤ ਲਈ ਇਲਾਹੀ ਕਹਿਰ। ਇੱਕ ਐਸਾ ਬਦਨੁਮਾ ਦਾਗ ਹੋਏਗਾ, ਰਹਿੰਦੇ ਆਲਮ ਤੱਕ ਤੋਤਾ ਨਹੀਂ ਜਾਏਗਾ। ਤਵਾਰੀਖ ਜਵਾਬ ਮੰਗੇਗੀ ਤੇਰੇ ਕੋਲੋਂ ਵਜ਼ੀਰ ਖਾਨ, ਤੇਰੇ ਇਸ ਜੁਰਮ ਦੀ ਸਜ਼ਾ ਸਰਹੰਦ ਤੱਕ ਹੀ ਸਾਰੇ ਹਿੰਦੁਸਤਾਨ ਦੀ ਸਰ ਜ਼ਮੀਨ ਨੂੰ ਚੁਕਾਣੀ ਪਏਗੀ। ਇਹ ਜ਼ੁਲਮੋ ਜ਼ਬਰ ਐਸਾ ਚੱਖੜ ਚੁਲਾਏਗਾ, ਮੁਗਲੀਆ ਸਲਤਨਤ ਦੀ ਜੜ ਪੁੱਟ ਦੇਗਾ। ਵੱਡਾ ਆਇਆ ਖੈਰ ਖਵਾ, ਮੋਮਨ ਦੇ ਪੇਸ ਚ ਕਾਫਰ। ਕਾਜੀ ਸਾਹਿਬ, ਕੀ ਕਹਿੰਦੀ ਹੈ ਸ਼ਰ੍ਹਾ ਇਹਨਾਂ ਬਾਗੀਆਂ ਬਾਰੇ? ਇਹਨਾਂ ਦਾ ਜ਼ਿੰਦਾ ਰਹਿਣਾ ਮੁਗਲੀਆ ਹਕੂਮਤ ਲਈ ਨਿਹਾਇਤ ਖਤਰਨਾਕ ਹੈ। ਦੀਨੇ ਇਸਲਾਮ ਕਬੂਲ ਕਰ ਲੈਣ ਤਾਂ ਜਾਨ ਬਖਸ਼ੀ ਕਰ ਦਿਓ, ਨਹੀਂ ਤਾਂ ਸਜ਼ਾਏ ਮੌਤ। ਪਰ ਕਿਸ ਤਰ੍ਹਾਂ? ਮੁਜਰਮਾਂ ਨੂੰ ਹਾਥੀਆਂ ਥੱਲੇ ਮਸਲਵਾ ਦਿਓ। ਜਾਂ ਹਜ਼ੂਰ, ਸਰੇ ਬਾਜ਼ਾਰ ਸੰਗਸਾਰ ਦਾ ਹੁਕਮ ਸੁਣਾ ਦਿਓ। ਨਹੀਂ, ਇਹ ਵਾਕਿਆ ਪੁਰਾਣੇ ਹੋ ਚੁੱਕੇ ਨੇ, ਸਜ਼ਾ ਕੋਈ ਐਸੀ ਤਜਵੀਜ਼ ਕਰੋ ਕਿ ਜ਼ਮਾਨਾ ਕੰਬ ਜਾਏ, ਘੁੱਟ ਘੁੱਟ ਕੇ ਮੌਤ ਨਸੀਬ ਹੋਵੇ ਤੇ ਲਹੂ ਵੀ ਨਾ ਡੁੱਲੇ ਜ਼ਿੱਦੀ ਕਾਫਰਾਂ ਦਾ। ਫਿਰ ਤਾਂ ਬਾਗੀਆਂ ਨੂੰ ਜ਼ਿੰਦਾ ਨੀਹਾਂ ਚ ਚਿੰਨ ਦਿੱਤਾ ਜਾਵੇ। ਨੀਹਾਂ ਚ? ਉਹ ਵੀ ਜ਼ਿੰਦਾ?
ਹਾਂ ਜਨਾਬ, ਜਿਵੇਂ ਜਿਵੇਂ ਕੰਧ ਉੱਚੀ ਹੋਵੇਗੀ ਮੰਨ ਹੀ ਜਾਣਗੇ, ਆਖਿਰ ਫੇਰ ਵੀ ਬੱਚੇ ਹੀ ਨੇ। ਠੀਕ ਰਹੇਗਾ, ਠੀਕ ਰਹੇਗਾ, ਬਿਲਕੁਲ ਦਰੁਸਤ। ਖਾਮੋਸ਼, ਲੈ ਜਾਓ ਮੇਰੀਆਂ ਅੱਖਾਂ ਸਾਹਮਣੇ। ਕੱਲ ਸਵੇਰੇ ਹੀ ਜਿਉਂਦੇ ਹੀ ਨੀਹਾਂ ਚ ਚਿਣ ਦਿੱਤਾ ਜਾਏ। ਕੰਧ ਸਿੱਧੀ ਰਹਿਣੀ ਚਾਹੀਦੀ ਹੈ, ਸਿੱਧੀ, ਨਹੀਂ ਤਾਂ ਗੋਡੇ ਗਿੱਟੇ ਛਾਂਗ ਦਿਓ। ਐਲਾਨ ਕਰ ਦਿਓ ਸਾਰੇ ਸਰਹੰਦ ਚ, ਇਹ ਨਜ਼ਾਰਾ ਸਾਰੀ ਰਿਆਇਆ ਦੇ ਸਾਹਮਣੇ ਠੰਡੇ ਬੁਰਜ ਕੋਲ ਹੋਵੇਗਾ, ਤਾਂ ਜੋ ਇਹਨਾਂ ਦੀ ਦਾਦੀ ਵੀ ਸਿਸਕ ਸਿਸਕ ਕੇ ਮਰ ਜਾਏ। ਹਾਂ ਜਾਓ, ਖੜੇ ਕਿਉਂ ਹੋ, ਹੁਕਮ ਦੀ ਤਾਮੀਲ ਹੋ। ਸਦਾ ਚਿਰ ਜੀਣ ਦੀ ਉਸਾਰੀ ਸ਼ੁਰੂ ਹੋ ਗਈ। ਇੱਕ ਪਾਸੇ ਜ਼ੋਰਾਵਰ ਸਿੰਘ, ਦੂਜੇ ਪਾਸੇ ਫਤਿਹ ਸਿੰਘ, ਚਾਰ ਚੁਫੇਰੇ ਇੱਟਾਂ ਰੱਖ ਦਿੱਤੀਆਂ, ਗਾਰਾ ਭਰ ਦਿੱਤਾ। ਰਦੇ ਉੱਤੇ ਰਦਾ, ਰਦੇ ਉੱਤੇ ਰਦਾ। ਸਾਹਿਬਜ਼ਾਦੇ ਅੱਖਾਂ ਮੀਟੀ ਪਾਠ ਕਰ ਰਹੇ ਨੇ ਜਪਜੀ ਦਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਰਾਜਗੀਰਾਂ ਮਜ਼ਦੂਰਾਂ ਦੀਆਂ ਅੱਖਾਂ ਭਰੀਆਂ, ਦੇਖਣ ਵਾਲਿਆਂ ਦੇ ਦਿਲ ਦਹਿਲ ਗਏ। ਪਰ ਸਾਹਿਬਜ਼ਾਦੇ ਇੱਕ ਅਗੰਮੀ ਮਿੱਠੀ ਲੋੜ ਚ ਨੇ। ਦੀਵਾਰ ਗੋਡਿਆਂ ਤੀਕ ਪਹੁੰਚੀ, ਕਾਜ਼ੀ ਨੇ ਕੰਧ ਸਿੱਧੀ ਰੱਖਣ ਲਈ ਕਿਹਾ, ਇੱਟਾਂ ਘੜਨ ਦੀ ਬਜਾਏ ਗੋਡੇ ਘੜਨੇ ਸ਼ੁਰੂ ਕਰ ਦਿੱਤੇ। ਦੀਵਾਰ ਛਾਤੀ ਤੀਕ ਪਹੁੰਚੀ, ਵੱਡੇ ਦੀਆਂ ਅੱਖਾਂ ਚ ਹੰਝੂ ਆ ਗਏ। ਛੋਟੇ ਨੇ ਪੁੱਛਿਆ, ਵੀਰਿਆ ਤੇਰੀ ਦਲੇਰੀ ਤੇ ਨਾਸ ਸੀ ਸਭ ਨੂੰ, ਕੀ ਗੱਲ, ਡੋਲ ਗਿਆ? ਵੱਡੇ ਹੱਸ ਕੇ ਕਿਹਾ, ਡੋਲਿਆ ਨਹੀਂ, ਆਇਆ ਮੈਥੋਂ ਪਿੱਛੋਂ, ਜਾਣ ਦੀਆਂ ਤਿਆਰੀਆਂ ਪਹਿਲਾਂ। ਲੋਕੀ ਟਾਹਾਂ ਮਾਰ ਮਾਰ ਕੇ ਰੋਣ ਲੱਗ ਗਏ। ਛੋਟੇ ਕਹਿਆ, ਵੀਰ ਜੀ, ਜਨਮ ਵੇਲੇ ਪਹਿਲ ਮਿਲੀ ਸੀ ਤੁਹਾਨੂੰ ਤੇ ਸ਼ਹੀਦੀ ਵੇਲੇ ਮੈਨੂੰ। ਕੰਧ ਹੋਰ ਉੱਚੀ ਹੋਈ, ਫਤਿਹ ਸਿੰਘ ਜੀ ਦੇ ਬੁੱਲਾਂ ਤੱਕ ਦਿਸ ਰਿਹਾ ਸੀ ਸਿਰਫ ਮੁਖੜਾ ਤੇ ਨਿੱਕੀ ਜਿਹੀ ਸੋਹਣੀ ਨਿਹੰਗੀ ਦਸਤਾਰ। ਕੈਸਾ ਦ੍ਰਿਸ਼ ਸੀ, ਅੱਜ ਝੂਠ ਸੱਚ ਨੂੰ ਹਲਾਲ ਕਰ ਰਿਹਾ ਸੀ। ਦੀਵਾਰ ਠੋਡੀ ਤਿੱਕਣ ਪੂਚੀ, ਜ਼ੋਰਾਵਰ ਸਿੰਘ ਸਮਝ ਗਏ ਸਮਾਂ ਆ ਗਿਆ। ਮੁਸਕਰਾਉਂਦੇ ਕਹਿਣ ਲੱਗੇ, ਮੇਰੀ ਉਡੀਕ ਕਰਨਾ ਫਤਿਹ ਸਿੰਘ, ਮੈਂ ਵੀ ਆਇਆ। ਨਾਲ ਹੀ ਹੋਰ ਰਦੇ ਤੇ ਸਾਹਿਬਜ਼ਾਦਿਆਂ ਦੀਆਂ ਸੋਹਣੀਆਂ ਮੂਰਤਾਂ ਦਿਸਣੋਂ ਬੰਦ ਹੋ ਗਈਆਂ। ਹੋਰ ਰਦੇ ਨਾਲ ਝੂਠ ਦੀ ਕੰਧ ਡਿੱਗ ਪਈ ਤੜਾਮ ਕਰਕੇ। ਜਲਾਦਾਂ ਨੇ ਦੋਹਾਂ ਦੇ ਸਿਰ ਤੜ ਤੋਂ ਵੱਖ ਕਰਤੇ, ਡੋਲ ਗਈ ਸਾਰੀ ਕਾਇਨਾਤ ਨਿੱਕੀਆਂ ਨਿੱਕੀਆਂ ਜ਼ਿੰਦਾਂ ਦੇ ਵੱਡਿਆਂ ਸਾਖੀਆਂ ਤੇ। ਨਜ਼ਰੀ ਆ ਰਿਹਾ ਸੀ ਝੁੱਲਣ ਵਾਲਾ ਚੱਕਰ।
ਦੂਜੇ ਪਾਸੇ ਠੰਡੇ ਬੁਰਜ ਮਾਤਾ ਗੁਜਰੀ, ਉਹ ਵੀ ਦੇਹ ਤਿਆਗ ਜਾਂ ਵੀ ਰਾਜੇ ਸੱਚਖੰਡ ਦੋਨੋਂ ਸਾਹਿਬਜ਼ਾਦਿਆਂ ਦੇ ਨਾਲ ਹੈ। ਧੰਨ ਧੰਨ ਗੁਰੂ ਕਾ ਸਿੱਖ ਟੋਡਰ ਮਲ, ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਦ ਰਿਹਾ, ਸੰਸਕਾਰ ਕਰ ਰਿਹਾ ਅਮਰ ਸ਼ਹੀਦਾਂ ਦੇ ਸਰੀਰਾਂ ਦਾ। ਚੌਪਾਸੀ ਮੰਡਰਾਣ ਲੱਗ ਪਈਆਂ ਹਾਹਾਕਾਰ ਦੀਆਂ ਧੁਨਾਂ, ਘਰ ਘਰ ਜ਼ੁਲਮੀ ਸਾਕੇ ਦੀ ਦਾਸਤਾਨ, ਥਾਂ ਥਾਂ ਹੰਝੂਆਂ ਦੇ ਵੈਨ, ਕੁਰਲਾਟਾਂ ਰੋਣਾ ਪਿੱਟਣਾ, ਸੋਗ ਹੀ ਸੋਗ, ਧਰਤੀ ਥਰ ਥਰ ਕੰਬਣ ਲੱਗ ਪਈ। ਸਾਹਿਬਜ਼ਾਦੇ ਅਜੇ ਵੀ ਜਿਉਂਦੇ ਨੇ, ਜਿਉਂਦੇ ਨੇ, ਰਹਿੰਦੀ ਦੁਨੀਆਂ ਤੱਕ ਜਿਉਂਦੇ ਰਹਿਣਗੇ। ਫਤਿਹ ਦਾ ਨਿਸ਼ਾਨ ਬੁਲੰਦ ਰਹੇਗਾ, ਜ਼ੁਲਮ ਦਾ ਨਾਮੋ ਨਿਸ਼ਾਨ ਮਿਟ ਜਾਏਗਾ, ਔਰ ਇਹ ਦੀਵਾਰ ਜੁਗਾਂ ਜੁਗਾਂ ਤੱਕ ਖੜੀ ਰਹੇਗੀ। ਇਸ ਫਤਿਹ ਦੇ ਗੜ੍ਹ 'ਚ ਚਾਨਣ ਮੁਨਾਰੇ ਵਾਂਗ। ਹਜ਼ੂਰ ਹਜ਼ੂਰ, ਕੌਣ ਹੈ ਕੌਣ ਹੈ, ਇਹ ਕੈਸੀਆਂ ਖੌਫਨਾਕ ਆਵਾਜ਼ਾਂ ਨੇ? ਆਲੀ ਜਾਂ ਬੰਦਾ ਸਿੰਘ ਬਹਾਦਰ ਨੇ ਸਰਾਂ ਦੇ ਉੱਤੇ ਧਾਵਾ ਬੋਲ ਦਿੱਤਾ। ਧਾਵਾ ਬੋਲ ਦਿੱਤਾ ਕਿ ਸਾਡੀਆਂ ਫੌਜਾਂ? ਹਜ਼ੂਰ, ਭਾੜੇ ਦੇ ਸਿਪਾਹੀਆਂ ਦਾ ਕੀ ਮੁਕਾਬਲਾ ਉਹਨਾਂ ਜਾਂ ਨਿਸਾਰਾਂ ਨਾਲ? ਵਜ਼ੀਰ ਖਾਨ, ਬੇਸ਼ੁਮਾਰ ਸਾਹਿਬਜ਼ਾਦੇ ਪੈਦਾ ਹੋ ਗਏ ਨੇ। ਕੋਈ ਹੈ? ਕੋਈ ਹੈ? ਕਿੱਥੇ ਮਰ ਗਏ ਨੇ ਸਾਰੇ? ਗੋਬਿੰਦ ਸਿੰਘ ਦੇ ਬੱਚਿਆਂ ਨੂੰ ਲੈ ਜਾਓ। ਜਨਾਬ ਜਨਾਬ, ਸਿੰਘਾਂ ਦੀਆਂ ਫੌਜਾਂ ਮਹਿਲ ਦੇ ਹਦੂਦ ਅੰਦਰ ਵੜਾ ਹੀ ਹੈ। ਨਹੀਂ, ਛੱਡ ਜਾਓ ਮੈਨੂੰ, ਮੈਂ ਕਹਿੰਦਾ ਮੈਨੂੰ ਛੱਡ ਜਾਓ, ਛੱਡ ਜਾ ਮੈਨੂੰ। ਸ਼ਾਬਾਸ਼ ਪੁੱਤ, ਤੂੰ 300 ਵਰੇ ਪਹਿਲਾਂ ਦੇ ਸਿੱਖ ਇਤਿਹਾਸ ਨੂੰ ਮੁੜ ਸੁਰਜੀਤ ਕੀਤਾ, ਪਰ ਪੁੱਤ ਅੱਜ ਕੀ ਵਾਪਰਿਆ? ਇੰਨਾ ਉੱਚਾ ਸੁੱਚਾ ਪਿਛੋਕੜ ਤੇ ਅੱਜ ਦਾ ਸਿੱਖ ਨੌਜਵਾਨ? ਬਜ਼ੁਰਗੋ, ਆਪਣੇ ਵਿਰਸੇ ਤੋਂ ਅਣਜਾਣ ਹੋਣ ਕਰਕੇ ਹੀ ਨੌਜਵਾਨ ਪੀੜ੍ਹੀ ਭਟਕ ਰਹੀ ਹੈ। ਬਾਬਾ ਜੀ, ਮੈਨੂੰ ਪਤਾ ਨਹੀਂ ਸੀ ਕਿ ਸਿੱਖੀ ਸਿਦਕ ਐਡਾ ਕੀਮਤੀ ਹੈ, ਜਿਹਦੇ ਲਈ ਇੰਨੀਆਂ ਸ਼ਹੀਦੀਆਂ ਹੋਈਆਂ। ਬਾਬਾ ਜੀ, ਮੇਰੇ ਹਾਣੀ ਤਾਂ ਝੱਟ ਵਾਲ ਕਟਾ ਲੈਂਦੇ ਨੇ, ਕਹਿੰਦੇ ਨੇ ਘਰ ਦੀ ਖੇਤੀ ਹੈ। ਨਹੀਂ ਕਾਕਾ, ਘਰ ਦੀ ਖੇਤੀ ਨਹੀਂ, ਗੁਰਾਂ ਦੀ ਅਮਾਨਤ ਹੈ, ਮੋਹਰ ਹੈ ਗੁਰੂ ਦੀ, ਇਹ ਕੇਸ ਤੇ ਦਸਤਾਰ। ਵੀਰਾ, ਸਾਡੇ ਟੱਬਰ ਲਈ ਵੀ ਅਰਦਾਸ ਕਰ, ਸਿੱਖੀ ਦਾ ਬੂਟਾ ਜੋ ਗੁਰਾਂ ਨੇ ਸਾਡੇ ਘਰੀ ਲਾਇਆ ਵਾਧਾ ਫੁੱਲਦਾ ਰਵੇ। ਫਿਰ ਜਾਏ ਸਿਦਕ ਨਾ ਜਾਏ ਕਦੇ,
ਇਨਾ ਉੱਚਾ ਤੇ ਸੁੱਚਾ ਕਿਰਦਾਰ ਰੱਖਿਓ ਪਦਤ ਪੁਣੇ ਤੇ ਨਸ਼ਿਆਂ ਤੋਂ ਬਚ ਰਹੀਏ ਗੁਰੂ ਫੜੇਗਾ ਬਾਂ ਇਤਬਾਰ ਰੱਖਿਓ ਜਿੰਨਾ ਕੇਸਾਂ ਲਈ ਖੋਪੜੀਆਂ ਲੋਹਾਈਆਂ ਸਿੰਘਾਂ ਉਸ ਮੋਹਰ ਨੂੰ ਸਦਾ ਬਰਕਰਾਰ ਰੱਖਿਓ ਦੇਖ ਚੱਲਿਓ ਸ਼ਹੀਦੀ ਸਾਹਿਬਜ਼ਾਦਿਆਂ ਦੀ ਉਮਰ ਭਰ ਲਈ ਹੁਣ ਇਕਰਾਰ ਰੱਖਿਓ ਉਮਰ ਭਰ ਲਈ ਹੁਣ ਇਕਰਾਰ ਰੱਖਿਓ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਕੇਸਾਂ ਦੀ ਇੰਪੋਰਟੈਂਸ ਬਾਰੇ ਆਈ ਸਵੇਅਰ ਫਰੋਮ ਟੁਡੇ ਔਨਵਰਡਸ ਆਈ ਵਿਲ ਨੈਵਰ ਪਲੱਕ ਮਾਈ ਆਈਬ੍ਰੋਸ ਬਾਬਾ ਜੀ ਇਹ ਸ਼ਹੀਦੀਆਂ ਸੁਣ ਕੇ ਤਾਂ ਮੇਰਾ ਦਿਲ ਅਜੇ ਤੱਕ ਕੰਬ ਰਿਹਾ ਹੈ ਮੈਨੂੰ ਨਹੀਂ ਸੀ ਪਤਾ ਆਪਣੀ ਹਿਸਟਰੀ ਬਾਰੇ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਮੈਂ ਅੱਜ ਤੋਂ ਬਾਅਦ ਕਦੀ ਆਪਣੇ ਵਾਲ ਨਹੀਂ ਕਟਾਵਾਂਗਾ ਤੇ ਨਾ ਹੀ ਕਦੀ ਡਰੱਗਸ ਲਵਾਂਗਾ ਬਾਬਾ ਜੀ ਪਲੀਜ਼ ਰੇਜ਼ ਹੈਂਡਸ ਲੈਟਸ ਪਲੇਜ ਹਾਂ ਹਾਂ ਬਣਾਂਗੇ ਗੁਰੂ ਵਾਲੇ ਸਰਦਾਰ ਸਿੰਘ ਬੋਲੇ ਸੋਨੇਹਾ ਸਿਆਕਾਲ ਸਦਾ ਚਿਰ ਜੀਵੋ ਸਦਾ ਚਿਰ ਜੀਵੋ ਸਦਾ ਚਿਰ ਜੀਵੋ ਸਦਾ ਚਿਰ ਜੀਵੋ ਅੰਮ੍ਰਿਤ ਪੀਵੋ ਪੀਵੋ ਸਦਾ